ਨਾਲ ਦੇ ਪਿੰਡ ਦੀ ਸਰਪੰਚ ਦੀ ਕੁੜੀ ਨੇ ਭੱਜ ਕੇ ਵਿਆਹ ਕਰਵਾ ਲਿਆ ਗਾ ਆਪਣੀ ਕੁੜੀ ਦਾ ਖਿਆਲ ਰੱਖੀ ਤੂੰ ਮੇਰੇ ਵਿਆਹ ਕਰਵਾਉਣ ਨੂੰ ਜੇ ਕਰਦਾ ਬੇਬੇ ਨਾ ਮੰਨਦੇ ਮੇਰੀ ਮਾਮਾ ਜੀ ਪਿੰਡੀਆਂ ਇਹ ਕਿੱਥੋਂ ਚੱਕ ਲਿਆ ਈ ਇਹ ਮੇਰੇ ਸ਼ਗਨਾਂ ਦੀਆਂ ਪਿੰਡੀਆਂ ਹੈ ਮਾਮਾ ਜੀ ਸ਼ਗਨਾਂ ਦੀਆਂ ਪਿੰਡੀਆਂ ਹੁਣ ਮੈਂ ਤੁਹਾਨੂੰ ਕਿਵੇਂ ਸਮਝਾਵਾਂ ਹੁਣ ਤਾਂ ਤੁਸੀਂ ਮੈਨੂੰ ਤੋਰਨ ਦੀ ਤਿਆਰੀ ਕਰੋ ਤੂੰ ਕਿੱਥੇ ਤੁਰ ਕੇ ਜਾਣਾ ਪੁੱਤ ਮੈਂ ਤੇ ਨਿਹਾਲ ਆਪਣੇ ਵਿਆਹ ਦਾ ਫੈਸਲਾ ਕਰ ਚੁੱਕੇ ਹਾਂ ਮਾਮਾ ਜੀ ਆਪਣਾ ਨਿਹਾਲ ਕਿਹੜਾ ਫੀਟ ਵਾਲਿਆਂ ਦਾ ਨਿਹਾਲ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਉਹ ਸਾਲੇ ਨੂੰ ਮੰਗਿਆ ਕੋਈ ਪਾਣੀ ਦਾ ਗਲਾਸ ਨਹੀਂ ਦਿੰਦਾ ਤੇ ਮੈਂ ਆਪਣੀ ਧੀ ਦਾ ਰਿਸ਼ਤਾ ਦੇ ਦੂੰ ਉਹਨੂੰ ਮਾਮਾ ਜੀ ਮੈਂ ਆਪਣੇ ਨਿਹਾਲ ਬਾਰੇ ਇੱਕ ਲਫ਼ਜ਼ ਵੀ ਹੋਰ ਨਹੀਂ ਸੁਣਨਾ ਚਾਹੁੰਦੀ ਅੱਛਾ ਉਹਦੇ ਆਪਣੇ ਤਾਈ ਤਾਈ ਨੇ ਤਾਂ ਕਦੇ ਚਾਰ ਬੰਦੇ ਸਾਹਮਣੇ ਉਹਨੂੰ ਆਪਣਾ ਨਿਹਾਲ ਕਿਹਾ ਨਹੀਂ ਤੇਰਾ ਨਿਹਾਲ ਕਿੱਥੋਂ ਹੋ ਗਿਆ ਮੈਂ ਉਹਦੇ ਖਿਲਾਫ ਇੱਕ ਲਫ਼ਜ਼ ਨਹੀਂ ਸੁਣਨਾ ਚਾਹੁੰਦੀ ਬਸ ਮਾਮਾ ਜੀ ਮੈਂ ਹੋਰ ਨਹੀਂ ਸੁਣਨਾ ਚਾਹੁੰਦੀ ਨਹੀਂ ਤਾਂ ਮੈਂ ਕੁਝ ਕਰ ਬੈਠਾਂਗੀ ਮੈਂ ਕੀ ਕਰ ਬੈਠੇਗੀ ਤੂੰ ਕੀ ਕਰ ਬੈਠੇਗੀ ਉਹ ਦੱਸ ਮੈਨੂੰ ਕੀ ਕਰ ਬੈਠੇਗੀ ਤੂੰ ਬੜੀ ਆਈ ਹੈ ਖਬਰਦਾਰ ਜੇ ਮੇਰੇ ਸਾਹਮਣੇ ਜ਼ਬਾਨ ਚਲਾਈ ਹੈ ਤੇ ਬਕਵਾਸ ਨਾ ਕਰਿਆ ਕਰ ਜੇ ਮਾਮਾ ਜੀ ਮੈਂ ਤੁਹਾਡੀ ਆਪਣੀ ਕੁੜੀ ਹੁੰਦੀ ਤਾਂ ਵੀ ਤੁਸੀਂ ਇਦਾਂ ਹੀ ਕਰਦੇ ਬਗਾਨੀਆਂ ਤਾਂ ਬਗਾਨੀਆਂ ਹੀ ਹੁੰਦੀਆਂ ਨੇ ਨਹੀਂ ਕੁੜੀਏ ਸਮਝਾ ਇਹਨੂੰ ਜਿੱਦ ਛੱਡੋ ਤੁਸੀਂ ਵੀ ਤੁਹਾਨੂੰ ਪਤਾ ਤਾਂ ਹੈ ਵੀ ਉਹਨੇ ਮੰਨਣਾ ਤਾਂ ਹੈ ਨਹੀਂ ਨਾਲੇ ਵਿਆਹ ਤੋਂ ਬਾਅਦ ਮੁੰਡੇ ਸੁਧਰ ਜਾਂਦੇ ਹੁੰਦੇ ਨੇ ਇੱਕ ਗੱਲ ਤਾਂ ਸੋਚੋ ਮੁੰਡਾ ਕਿੱਡੀ ਵੱਡੀ ਜ਼ਮੀਨ ਜਾਇਦਾਦ ਦਾ ਮਾਲਕ ਹੈ ਮੈਂ ਇਹ ਤਾਂ ਨਿਆਣੀ ਹੈ ਤੇਰੀ ਅਕਲ ਨੂੰ ਕੀ ਹੋਇਆ ਜੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ ਨਾ ਕਿ ਨਿਹਾਲ ਦਾ ਰਿਸ਼ਤਾ ਮੈਂ ਆਪਣੀ ਧੀ ਬਾਰੇ ਮੰਗਿਆ ਹੈ ਜਿਹੜੀ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਤੇ ਬਿਠਾਇਆ ਨਾ ਤੇ ਉਸੇ ਸਰਵਸੰਮਤੀ ਨਾਲ ਉਹਨਾਂ ਨੇ ਮੈਨੂੰ ਸਰਪੰਚ ਦੀ ਕੁਰਸੀ ਤੋਂ ਪੁੰਜੇ ਲਾ ਕੇ ਰੱਖ ਦੇਣਾ ਹੁਣ ਮੈਂ ਕਿਹੜਾ ਮੂੰਹ ਲੈ ਕੇ ਜਾਊਂਗਾ ਧੰਨ ਭਾਗ ਸਾਡੇ ਤੁਸੀਂ ਸਾਡੇ ਘਰ ਚਰਨ ਪਾਏ ਜੀ ਭੈਣ ਜੀ ਗੱਲ ਕਰਨੀ ਸੀ ਇਹ ਇੱਧਰ ਉੱਧਰ ਕੀ ਵੇਖ ਰਹੇ ਹੋ ਗੱਲ ਹੀ ਹੋਈ ਜੀ ਕੋਈ ਸੁਣ ਨਾ ਲਵੇ ਅਸੀਂ ਆਪਣੀ ਸਪਨਾ ਦਾ ਰਿਸ਼ਤਾ ਤੁਹਾਡੇ ਨਿਹਾਲ ਨਾ ਕਰਨਾ ਚਾਹੁੰਦੇ ਮੈਂ ਕੁਝ ਸਮਝੀ ਨਹੀਂ ਮੈਂ ਵੀ ਨਹੀਂ ਸਮਝਿਆ ਬਈ ਨਿਹਾਲ ਜਿੰਨਾ ਮਰਜ਼ੀ ਨਿਖੱਤ ਹੋਵੇ ਪਰ ਮੁੰਡਾ ਤਾਂ ਚੰਗਾ ਉਹ ਤਾਂ ਸਾਡੀ ਅੱਖਾਂ ਤੇ ਪੱਟੀਆਂ ਬੰਨੀਆਂ ਹੋਈਆਂ ਸੀ ਅਸੀਂ ਵਿਚਾਰ ਕੀਤਾ ਕਿ ਬਈ ਆਪਣੀ ਸਪਨਾ ਦਾ ਹੱਥ ਤੁਹਾਡੇ ਨਿਹਾਲ ਦੇ ਹੱਥ ਹੀ ਦੇ ਦੇਣਾ ਬਸ ਤੁਸੀਂ ਵਿਆਹ ਦੀਆਂ ਤਿਆਰੀਆਂ ਕਰੋ ਪਰ ਮੈਂ ਇੱਕ ਵਾਰੀ ਨਿਹਾਲ ਨੂੰ ਪੁੱਛ ਤਾਂ ਲਵਾਂ ਨਿਹਾਲ ਤੇ ਮੈਂ ਇੱਕ ਫੈਸਲਾ ਲਿੱਤਾ ਕਿ ਅਸੀਂ ਜ਼ਿੰਦਗੀ ਚ ਇੰਨੀ ਦੂਰ ਨਿਕਲ ਜਾਈਏ ਕਿ ਕਦੇ ਵੀ ਇਹ ਜ਼ਿੰਦਗੀ ਦਾ ਸਫ਼ਰ ਮੁੱਕੇ ਨਾ ਮੈਂ ਹਮੇਸ਼ਾ ਉਹਦੇ ਲਈ ਭਿੰਡੀਆਂ ਬਣਾਵਾਂ ਤੇ ਉਹ ਮੇਰੇ ਲਈ ਖੇਤਾਂ ਚੋਂ ਮੂਲੀਆਂ ਪੱਟ ਕੇ ਲਿਆਵੇ ਮੈਨੂੰ ਲੱਗਦਾ ਸ਼ਿਕਾਇਤ ਲੈ ਕੇ ਆਈ ਆ ਸਰਪੰਚ ਸਾਹਿਬ ਮੈਨੂੰ ਛੇੜਿਆ ਨਹੀਂ ਜੀ ਇਹਦੇ ਸਾਈਕਲ ਦਾ ਪੈਡਲ ਢਿੱਲਾ ਹੋ ਗਿਆ ਸੀ ਮੈਂ ਤੈਨੂੰ ਲਿਫਟ ਵੀ ਦਿੱਤੀ ਆ ਪੁੱਛ ਲਓ ਇਹਨੂੰ ਨਿਹਾਲ ਤੂੰ ਕਿੱਦਾਂ ਦੀਆਂ ਗੱਲਾਂ ਕਰੀ ਜਾਂਦਾ ਇੱਧਰ ਆ ਤੂੰ ਮੇਰੇ ਨਾਲ ਮੈਂ ਕੋਈ ਇੱਥੇ ਤੇਰੀ ਸ਼ਿਕਾਇਤ ਥੋੜੀ ਨਾ ਲੈ ਕੇ ਆਈ ਹਾਂ ਪਰ ਸਾਡੇ ਘਰੇ ਤਾਂ ਜਦੋਂ ਵੀ ਕੋਈ ਆਇਆ ਸਾਲੇ ਸ਼ਿਕਾਇਤਾਂ ਹੀ ਲੈ ਕੇ ਆਏ ਨੇ ਮਾਮਾ ਜੀ ਇੱਥੇ ਆਪਣੇ ਵਿਆਹ ਦੀ ਗੱਲ ਕਰਨ ਆਏ ਆਪਣੇ ਵਿਆਹ ਦੀ ਗੱਲ ਹਾਂਜੀ ਸਰਪੰਚ ਸਾਹਿਬ ਮੈਂ ਤਾਲੀ ਗੱਲ ਆ ਜੀ ਸਾਨੂੰ ਬਾਈ ਘੱਟ ਵਾਲੀ ਸਜ਼ਾ ਦੇ ਦਿਓ ਸਾਡੇ ਨਾ ਕੋਈ ਆਵੇ ਨਾ ਕੋਈ ਜਾਵੇ ਪਰ ਐਡਾ ਵੱਡਾ ਸਜ਼ਾ ਦਾ ਢੋਲ ਲਾ ਦਿਓ ਜੀ ਪਲੀਜ਼ ਨਿਹਾਲ ਤੂੰ ਮੈਨੂੰ ਕਿਹਾ ਸੀ ਮੈਂ ਤੇਰੇ ਨਾਲ ਸਾਰੀ ਜ਼ਿੰਦਗੀ ਬਿਤਾਉਣਾ ਚਾਹੁੰਦਾ ਤੇ ਤੇਰੇ ਹੱਥ ਦੀਆਂ ਭਿੰਡੀਆਂ ਵੀ ਖਾਣਾ ਚਾਹੁੰਦਾ ਉਹ ਭਿੰਡੀਆਂ ਦਾ ਮਤਲਬ ਤੂੰ ਵਿਆਹ ਕੱਢ ਲਿਆ ਕਮਲੀ ਇੰਨੀ ਛੇਤੀ ਤਾਂ ਕੋਈ ਭਿੰਡੀਆਂ ਧਰਦਾ ਨਹੀਂ ਤੂੰ ਵਿਆਹ ਧਰੀ ਬੈਠੀ ਹੈ ਅੱਛਾ ਮੇਰੀ ਗੱਲ ਸੁਣ ਦੇਖ ਤੂੰ ਮੇਰੀ ਵੱਡੀ ਭੈਣ ਵਰਗੀ ਹੈ ਨਿਹਾਲ ਮੇਰੀ ਗੱਲ ਸੁਣ ਲਾ ਮੈਂ ਨਹੀਂ ਵਿਆਹ ਕਰਾਉਣਾ ਹੈਗਾ ਪਰ ਦੱਸ ਕਮੀ ਕੀ ਹੈ ਮੇਰੇ 'ਚ ਕੋਈ ਕਮੀ ਨਹੀਂ ਸਗਾ ਤੋਂ 35-40 ਕਿਲੋ ਫਾਲਤੂ ਹੈ ਮੇਰੀ ਇਹ ਗੱਲ ਸੁਣ ਲਾ ਮੈਂ ਕਹਤਾ ਇਹ ਵਿਆਹ ਨਹੀਂ ਹੋ ਸਕਦਾ ਪਰ ਕਿਉਂ ਨਹੀਂ ਹੋ ਸਕਦਾ ਮੈਂ ਕਿਸੇ ਹੋਰ ਨੂੰ ਪਿਆਰ ਕਰਦਾ ਕਹਦੇ ਕਿ ਝੂਠ ਹੈ ਐ ਕਿਵੇਂ ਕਹਿੰਦਾ ਝੂਠ ਹੈ ਉਹ ਕੁੜੀ ਮੇਰਾ ਰੱਬ ਹੈ ਮੇਰਾ ਸੱਚਾ ਪਿਆਰ ਹੈ ਮੈਂ ਕਿਸੇ ਹੋਰ ਦਾ ਨਹੀਂ ਹੋ ਸਕਦਾ ਇਹ ਸੋਨੇ ਵਰਗੀ ਪਵਿੱਤਰ ਦੇਹ ਉਸ ਦੀ ਹੋ ਚੁੱਕੀ ਹੈ ਕੌਣ ਹੈ ਉਹ ਦੱਸ ਮੈਨੂੰ ਜਿਹਨੇ ਸੋਨੇ ਵਰਗੀ ਦੇਹ ਮੇਰੇ ਤੋਂ ਖੋਲੀ ਕੌਣ ਹੈ ਉਹ ਦੱਸ ਮੈਨੂੰ ਕੌਣ ਹੈ ਉਹ ਤੈਨੂੰ ਦੱਸ ਕੇ ਕੁੜੀ ਮਰਾਉਣੀ ਹੈ ਮੈਂ ਦਿਮਾਗ ਖਰਾਬ ਹੈ ਮੇਰਾ ਕੀ ਤਮਾਸ਼ਾ ਲਾਇਆ ਤੂੰ ਜੇ ਤੂੰ ਮੇਰੀ ਕੁੜੀ ਨਾਲ ਵਿਆਹ ਨਹੀਂ ਸੀ ਕਰਾਉਣਾ ਤੈਨੂੰ ਲਾਰਾ ਕਿਉਂ ਲਾਇਆ ਉਹ ਤਾਂ ਮੈਂ ਸਜ਼ਾ ਤੋਂ ਡਰਦੇ ਰਹੀ ਤਾਂ ਫਾਇਦਾ ਚੁੱਕ ਲਿਆ ਜੀ ਤੂੰ ਤੂੰ ਮੇਰੀ ਕੁੜੀ ਦਾ ਫਾਇਦਾ ਚੁੱਕ ਰਿਹਾ ਇਹ ਸੁਣਨ ਤੋਂ ਪਹਿਲਾਂ ਮੈਂ ਮਰ ਕੇ ਨਹੀਂ ਗਈ ਇਹ ਖੜ ਜਾ ਜੇ ਮੇਰੀ ਭਾਣਜੀ ਨੂੰ ਕੁਝ ਹੋਇਆ ਨਾ ਤਾਂ ਮੈਂ ਤੈਨੂੰ ਨਹੀਂ ਛੱਡਦਾ ਪੁੱਤਰ ਸੱਚੀ ਸੱਚੀ ਦੱਸ ਤੇਰਾ ਕਿਸੇ ਕੁੜੀ ਨਾਲ ਚੱਕਰ ਹੈ ਕਿੱਦਾਂ ਦੀਆਂ ਗੱਲਾਂ ਕਰਦੀ ਹੈ ਬੇਬੇ ਜੇ ਇਹ ਗੱਲ ਆ ਤਾਂ ਸਪਨਾ ਨਾਲ ਵਿਆਹ ਕਰਾ ਲਾ ਕੁੜੀ ਮਾੜੀ ਨਹੀਂ ਆ ਅੱਛਾ ਮਾੜੀ ਨਹੀਂ ਬੇਬੇ ਇਹ ਤਾਂ ਤਕੜੀ ਹੈ ਨਾਲੇ ਜੇ ਦੁਬਾਰਾ ਮੈਨੂੰ ਇਦਾਂ ਦੀ ਗੱਲ ਕਹੀ ਨਾ
ਮੈਂ ਟੈਂਕੀ ਤੋਂ ਚੜ੍ਹ ਕੇ ਛਾਲ ਮਾਰ ਦੇਣੀ ਆ। ਬਾਈ ਦੇਖੀ ਚੱਲ, ਅੱਜ ਆਪਣੇ ਪਿੰਡ ਤੋਂ ਭਾਗ ਲੱਗ ਜਾਣੇ ਆ, ਅੱਜ ਐਨੇ ਛਾਲ ਮਾਰ ਦੇਣੀ ਟੈਂਕੀ ਤੋਂ। ਨਾ ਜੀ ਇਹ ਕੰਮ ਨਾ ਕਰੀ। ਮਾਮਾ ਜੀ ਮੈਂ ਟੈਂਕੀ ਤੋਂ ਛਾਲ ਮਾਰ ਦਿਆਂਗੀ ਜੇ ਮੇਰਾ ਨਿਹਾਲ ਨਾਲ ਵਿਆਹ ਨਾ ਕੀਤਾ ਤਾਂ। ਉਹ ਸਰਪੰਚ ਜੀ ਇਹ ਨਿਹਾਲ ਉਹ ਫੀਡ ਵਾਲਾ, ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਆ, ਗਲਤ ਹੈ। ਓ ਯਾਰ ਚੁੱਪ ਕਰ ਯਾਰ, ਇਹਦੇ ਮੇਰਾ ਕੀ ਕਸੂਰ ਆ, ਉਹਨੇ ਕੁੜੀ ਦਾ ਦਿਮਾਗ ਖਰਾਬ ਕਰ ਰੱਖਿਆ। ਤੇਰਾ ਤਾਂ ਮਲਬਾ ਇਕੱਠਾ ਕਰਨ ਨੂੰ ਵੀ ਹਜ਼ਾਰ ਬੰਦਾ ਚਾਹੀਦਾ। ਚੁੱਪ ਕਰ ਯਾਰ, ਇਹ ਤੂੰ ਥੱਲੇ ਆ ਜਾ, ਮੈਂ ਵਿਆਹ ਕਰਾਊਂਗਾ ਤੇਰਾ ਨਿਹਾਲ ਨਾਲ। ਬਿਲਕੁਲ ਬਿਲਕੁਲ, ਕੁੜੀ ਨੂੰ ਵਿਆਹ ਦਾ ਲਾਰਾ ਲਾਉਣ ਵਾਲੇ ਨੂੰ ਕੁੜੀ ਨਾਲ ਵਿਆਹ ਕਰਾਉਣਾ ਹੀ ਪਊਗਾ। ਤੇਰਾ ਵਿਆਹ ਨਿਹਾਲ ਨਾਲ ਮੈਂ ਕਰਾਊ, ਤੂੰ ਹੇਠਾਂ ਆ ਜਾ, ਰੱਬ ਦਾ ਵਾਸਤਾ ਹੇਠਾਂ ਆ ਜਾ। ਚਲੋ ਆਪਾਂ ਨਿਹਾਲ ਦੇ ਘਰ ਚੱਲ ਕੇ ਉਹਦੀ ਬੇਬੇ ਨਾਲ ਫੈਸਲਾ ਕਰਦੇ ਹਾਂ। ਤਾਰੀ ਸਲਿਆ, ਜਦੋਂ ਵੀ ਤੈਂ ਸਲਾਹ ਦਿੱਤੀ ਆ ਨਾ, ਪੁੱਠੀ ਸਲਾਹ ਦਿੱਤੀ ਆ। ਇਹੋ ਜਿਹਾ ਬਿੱਜੂ ਮੈਂ ਜਿਹੜਾ ਤੇਰੀ ਸਲਾਹ ਮੰਨ ਲੈਣਾ। ਉੱਤੋਂ ਸਾਲਾ ਬਿੱਜੂਆਂ ਦਾ ਸਰਦਾਰ ਪਿੰਡ ਦਾ ਸਰਪੰਚ, ਜਿਹੜਾ ਸਾਲਾ ਆਪਦੀ ਡਰਾਮ ਵਰਗੀ ਭਾਣਜੀ ਦਾ ਰਿਸ਼ਤਾ ਲੈ ਕੇ ਮੇਰੇ ਅੱਗੇ ਚੋਬਰ ਜਵਾਨ ਲਈ ਆ ਗਿਆ। ਮੈਂ ਤਾਂ ਹੈਰਾਨ ਆ, ਕਿਹੜਾ ਕਰਾਊ ਇਹੋ ਜਿਹੀ ਨਾ ਵਿਆਹ? ਸਾਲੀ ਕਿਹੋ ਜਿਹੀ ਤਾਂ ਪਈ ਆ। ਬੰਬੋਏ ਬੰਬੋਏ ਹਟੋ, ਇਹਨੂੰ ਨਾ ਦੇਖ। ਤਾਰੀ ਤੈਨੂੰ ਸਾਲਿਆ ਕੀ ਮਿਲਦਾ ਗੂਗਲ ਤੋਂ ਆ ਮਾਸੂਮ ਮਾਸੂਮ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਕੇ? ਬਈ ਇਹੋ ਜਿਹਾ 5-7 ਫੋਟੋ ਪ੍ਰਿੰਟ ਕਰਕੇ ਜੇਬ ਚ ਪਾਈਆਂ ਹੋਣ ਨਾ, ਬੰਦੇ ਦਾ ਹੌਸਲਾ ਹੀ ਹੋਰ ਹੁੰਦਾ ਹੈ। ਡੂ ਵਨ ਥਿੰਗ, ਦੋ ਤਿੰਨ ਮੇਰੇ ਲਈ ਵੀ ਪ੍ਰਿੰਟ ਕਰ। ਓਕੇ ਓਏ, ਆਈ ਲਾਈਕ ਹਰ, ਮੇਰਾ ਵੀ ਹੌਸਲਾ ਬੁਲੰਦ ਹੋਵੇ। ਐਂਡ ਵਨ ਮੋਰ ਥਿੰਗ, ਆਪਣੇ ਲਈ ਨਾ ਪ੍ਰਿੰਟ ਕਰੀ। ਓਕੇ, ਸ਼ੀ ਇਜ਼ ਮਾਈ ਪਰਸਨਲ ਰਬੀਨਾ ਟੰਡਨ। ਮਾਰ ਕੇ ਬਟਨ ਤੇ ਹੱਥ। ਉਹ ਤਾਰੀ, ਨਾ ਕੋਈ ਭਚਾਲ ਨਾ ਕੋਈ ਹੜ, ਆ ਸਾਲੇ ਪਿੰਡ ਵਾਲੇ ਕਿੱਧਰ ਨੂੰ ਉੱਡੇ ਜਾਂਦੇ ਨੇ? ਉੱਜੜੇ ਨੀ ਜਾਂਦੇ ਪੁੱਤ, ਤੇਰੇ ਜੌਂ ਟੰਗਣ ਆਉਂਦੇ ਨੇ। ਲੈ ਦੱਸ ਕਿਹੋ ਜਿਹਾ ਮੁੰਡਾ, ਘੱਟੋ ਘੱਟ ਆਪਣੀ ਵਿਧਵਾ ਮਾਂ ਦੀ ਸ਼ਰਮ ਤਾਂ ਕਰਨੀ ਚਾਹੀਦੀ ਹੈ। ਕੀ ਹੋਇਆ? ਤੁਹਾਨੂੰ ਨੀ ਪਤਾ ਕੀ ਹੋਇਆ? ਭੈਣ ਜੀ ਸਾਰੇ ਪਿੰਡ ਨੇ ਫੈਸਲਾ ਕੀਤਾ ਕਿ ਨਿਹਾਲ ਨੂੰ ਮੇਰੀ ਭਾਣ ਜੀ ਨਾਲ ਵਿਆਹ ਕਰਾਉਣਾ ਪਊ। ਸਾਨੂੰ ਪਤਾ ਕਿਵੇਂ ਲਾਹ ਟੈਂਕੀ ਤੋਂ ਇਹਨੂੰ, ਸੁਖਣਾ ਸਿਹਤ ਤਾਂ ਦੇਖੋ ਕੰਨਿਆਂ ਦੀ। ਮੇਰੇ ਹੱਥ ਜੋੜ ਕੇ ਬੇਨਤੀ ਆ, ਹੁਣ ਤੁਸੀਂ ਜਾਓ, ਮੈਂ ਆਪੇ ਮੁੰਡੇ ਨੂੰ ਸਮਝਾ ਦੂੰਗੀ। ਮੁੰਡੇ ਨੂੰ ਵਿਆਹ ਲਈ ਤਾਂ ਕੀ ਕਰਨਾ? ਘੱਟੋ ਘੱਟ ਐਦਾਂ ਕਿੱਦਾਂ ਜਾਈਏ, ਹੁਣ ਤਾਂ ਫੈਸਲਾ ਕਰਕੇ ਜਾਵਾਂਗੇ। ਤੂੰ ਪਰਾਂ ਮਾਰ, ਕਮਾਲ ਹੈ। ਵਲਾ 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 ਬੇਬੇ, ਅੱਜ ਤਾਂ ਜੀ ਨਰਾਇਣ ਦੇ ਘਰੇ ਕੀੜੀ ਵਾਲਾ ਕੰਮ ਹੋਇਆ ਪਿਆ ਹਨਾ। ਕੀੜੀ ਵਾਲਾ ਨਹੀਂ, ਕੀੜੀਆਂ ਵਾਲਾ। ਸਮੇਤ ਸਰਪੰਚ ਸਾਹਿਬ, ਰੋਟੀ ਆਪਣੇ ਕਰਨੀ ਅੱਜ? ਦੇਖ ਤਾਂ ਕਿਵੇਂ ਭੋਲੇ ਬਣਦੇ ਦੋਨੋਂ, ਜਿਵੇਂ ਕੁਝ ਪਤਾ ਹੀ ਨਹੀਂ ਹੁੰਦਾ। ਆਰਾਮ ਨਾਲ ਬੋਲੋ ਮਾਮਾ ਜੀ, ਤੁਹਾਡਾ ਹੋਣ ਵਾਲਾ ਜਵਾਈ ਹੈ। ਚੁੱਪ ਕਰ, ਤੈਨੂੰ ਮਾਨੀ ਮਨ ਪ੍ਰੀਤਾ ਮਨੀ ਬੈਠੀ ਹੈ, ਦੱਸ ਇਹਦਾ ਕੀ ਕਰਾਂ? ਮੇਰੀ ਗੱਲ ਸੁਣ ਲਓ ਜੀ, ਮੈਂ ਪਹਿਲਾਂ ਵੀ ਕਿਹਾ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਉਣਾ। ਮੇਰੀ ਸੈਟਿੰਗ ਕਿਤੇ ਹੋਰ ਆ। ਕਿਉਂ? ਮੈਂ ਉੱਥੇ ਵਿਆਹ ਕਰਾਉਂ? ਵੇ ਨਿਹਾਲ, ਕਿਉਂ ਝੂਠ ਬੋਲੀ ਜਾਂਦਾ? ਮੈਨੂੰ ਸਭ ਪਤਾ, ਕੋਈ ਸੈਟਿੰਗ ਸ਼ੂਟਿੰਗ ਨਹੀਂ ਤੇਰੀ। ਤਾਈ ਤੈਨੂੰ ਬੜਾ ਪਤਾ ਸੈਟਿੰਗ ਸ਼ੂਟਿੰਗ ਦਾ, ਕਿਤੇ 1965 ਤੂੰ ਹੀ ਤਾਂ ਨਹੀਂ ਰਾਜਦੂਤ ਤੇ ਗੇੜੇ ਲਾਉਂਦੀ ਰਹੀ ਹੈਂ? ਗੇੜਾ ਗੂੜਾ ਦਾ ਤਾਂ ਮੈਨੂੰ ਪਤਾ ਨਹੀਂ, ਪਰ ਇਹ ਮੈਨੂੰ ਪਤਾ ਵੀ ਇਹ ਝੂਠ ਬੋਲਦਾ। ਲੈ ਮੈਂ ਕਿਉਂ ਝੂਠ ਬੋਲੂੰਗਾ, ਨਾਲੇ ਮੇਰਾ ਕਿਹੜਾ ਨੌਨ ਮੈਡੀਕਲ ਰੱਖਿਆ ਹੋਇਆ ਸੀਗਾ, ਮੈਨੂੰ ਟਾਈਮ ਨਹੀਂ ਲੱਗਿਆ ਕੁੜੀ ਨੇ ਸੈਟਿੰਗ ਕਰਨ ਦਾ। ਨਾਲੇ ਗੱਲ ਸੁਣੋ ਤੁਸੀਂ ਮੇਰੀ, ਸਾਰੇ ਜਣੇ ਬਾਹਰ ਨਿਕਲੋ, ਦਫਾ ਹੋ ਜਾਓ, ਮੇਰੀ ਬੇਬੇ ਸਾਹਮਣੇ ਆਲਤੂ ਫਾਲਤੂ ਬਕਵਾਸ ਨਹੀਂ ਕਰਨੀ ਹੈਗੀ। ਉਹ ਬਕਵਾਸ ਕਿਉਂ ਨਾ ਕਰੋ, ਆ ਹੈਗੀ ਐ ਤਾਂ ਦੱਸ ਫੇਰ। ਕੌਣ ਆ ਉਹ? ਨਾ ਕੀ ਕਰਦੀ ਐ? ਫਿਲਮਾਂ 'ਚ ਕੰਮ ਕਰਦੀ ਆ, ਰਾਣੀ ਮੁਖਰਜੀ ਆ। ਦੱਸ ਰਾਣੀ ਮੁਖਰਜੀ ਨਾਲ ਤਾਂ ਤੇਰਾ ਯੋਗ ਹੀ ਬੰਦਾ, ਨਾ ਥੋੜੀਆਂ ਕੁੰਡਲੀਆਂ ਮਿਲਣ, ਉਹ ਬੰਗਾਲਾ ਤੂੰ ਪੰਜਾਬੀ। ਸਾਲੇ ਤੁਸੀਂ ਕਦੇ ਹਿੰਦੁਸਤਾਨ ਨੂੰ ਇੱਕ ਨਾ ਹੋਣ ਦਿਓ, ਪਹਿਲਾਂ ਜਾਤਾਂ ਪਾਤਾਂ 'ਚ ਪਾ ਕੇ ਬਣਤਾ, ਹੁਣ ਸੂਬੇ ਨਹੀਂ ਇਕੱਠੇ ਹੋਣ ਦਿੰਦੇ। ਚੱਕ ਲਾ ਮਰਦ ਨੂੰ, ਭੁੱਸਿਆ ਫਿਰਦਾ। ਖੜ, ਬਹੁਤੀਆਂ ਉਰਲੀਆਂ ਪਰਲੀਆਂ ਨਾ ਮਾਰ ਓਏ, ਸਿੱਧਾ ਹੋ ਕੇ ਮੇਰੀ ਭਾਣ ਜੀ ਨਾਲ ਵਿਆਹ ਕਰਾ ਲੈ। ਪੁੱਤਰ ਜੇ ਕੋਈ ਕੁੜੀ ਨਹੀਂ ਹੈਗੀ ਤਾਂ ਤੂੰ ਝੂਠ ਕਿਉਂ ਬੋਲੀ ਜਾਂਦਾ? ਹੈ ਬੇਬੇ ਹੈ।
मैं फोटो भी दिखाना थोनू, एक मिनट कढ़ दिओ, हुण ही कढ़ दिंदे आपां। हलो किहदी फोटो दिखाती? कनेडा वाले दी है मैनूं तां लगदा। ਜੇ ਤੇਰੀ ਗੱਲ ਬਾਤ ਕੁੜੀ ਨਾਲ ਹੈ ਤੇ ਫੋਟੋ ਇਹਦੇ ਕੋਲ ਕੀ ਕਰਦੀ ਹੈ? ਆ ਜੜਾਉਣ ਨੂੰ ਦਿੱਤੀ ਸੀ। ਹਾਂ ਹਾਂ ਮੇਰੀ ਸ਼੍ਰੀਮਤੀ ਸਤਕਾਰਯੋਗ ਭਾਬੀ ਦੀ ਫੋਟੋ ਹੈ, ਜੜਾਉਣੀ ਹੈ। ਲੈ ਫੋਟੋ ਦਾ ਕੀ ਹੈ, ਜਣਾ ਖਣਾ ਚੱਕੀ ਫਿਰਦਾ? ਤੈਨੂੰ ਬੜਾ ਹਿਸਾਬ ਹੈ ਤਾਈ, ਕਿੱਥੇ ਫੋਟੋ ਖਿਚਾਉਂਦੀ ਤਾਂ ਨਹੀਂ ਰਹੀ ਹੈ? ਮੈਂ ਤੈਨੂੰ ਕਹਿ ਰਿਹਾ ਨਿਹਾਲ, ਤੂੰ ਉਹਦੇ ਨਾਲ ਗੱਲ ਕਰਾ ਸਾਡੀ। ਕਹਿੰਦੇ ਜਾੜ ਦਾ ਆਪਰੇਸ਼ਨ ਹੋਇਆ। ਤੂੰ ਉੱਟਾ ਕਿਆ ਰਿਹਾ? ਅਬੇ ਕਰਾਉਂ ਕਰਾਉਂ ਤਾਈ ਕਰਾਊਂਗਾ, ਤੇਰੀ ਤਾਂ ਕਦੇ ਲੰਮੀ ਗੱਲ ਕਰਾਊਂਗਾ। ਕਦੇ ਕਿਉਂ, ਹੁਣੇ ਕਰਾ ਨਾ। ਐ ਕਿਵੇਂ ਕਰਾ ਦਿਆ, ਕੈਨੇਡਾ ਚ ਰਹਿੰਦੀ ਆ ਅਗਲੀ, ਅੰਗਰੇਜ਼ੀ ਬੋਲਦੀ ਆ, ਬੋਲਦੀ ਕੀ ਆ, ਅੰਗਰੇਜ਼ੀ ਤਾਂ ਲਾ ਲਾ ਕੇ ਰੱਖਦੀ ਆ। ਆਉਂਦੀ ਆ ਕਿਸੇ ਨੂੰ ਅੰਗਰੇਜ਼ੀ? ਸਾਲੇ ਦੇਸੀ ਇਕੱਠੇ ਹੋਏ ਨੇ, ਦੇਸੀ ਡਿਪਾਰਟਮੈਂਟ। ਓਏ ਅੰਗਰੇਜ਼ੀ ਤਾਂ ਤੈਨੂੰ ਵੀ ਨਹੀਂ ਆਉਂਦੀ, ਤੂੰ ਕਿਵੇਂ ਗੱਲਾਂ ਕਰਦਾ ਉਹਦੇ ਨਾਲ ਅੰਗਰੇਜ਼ੀ ਚ? ਪਿਆਰ ਕੀਤਾ ਕਦੇ ਵੀਰੇ? ਜੇ ਕੀਤਾ ਹੋਵੇ ਤਾਂ ਤੈਨੂੰ ਪਤਾ ਲੱਗੇ, ਪਿਆਰ ਦੀ ਵੀ ਇੱਕ ਭਾਸ਼ਾ ਆਉਂਦੀ ਆ। ਇੱਥੋਂ ਕੀਤਾ ਜਾਂਦਾ ਪਿਆਰ, ਇੱਥੋਂ ਦਿਲੋਂ ਕੀਤਾ ਜਾਂਦਾ ਪਿਆਰ, ਜਜ਼ਬਾਤਾਂ ਦੇ ਨਾਲ। ਇਨਕਲਾਬ ਜਜ਼ਬਾਤਾਂ ਤੇ ਕਾਬੂ ਰੱਖ ਤਾਰੀ। ਸੋਹਣਾ ਮੁੰਡਿਆ, ਹੁਣ ਸਾਰੇ ਪਿੰਡ ਦੇ ਸਾਹਮਣੇ ਮੇਰੇ ਕੋਲੋਂ ਹੋਰ ਬੇਇੱਜ਼ਤੀ ਨਹੀਂ ਕਰਵਾਈ ਜਾਂਦੀ। ਜੇ ਤੇਰਾ ਕਿਸੇ ਕੁੜੀ ਦੇ ਨਾਲ ਚੱਕਰ ਹੈ ਤੇ ਉਹਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਸਾਰੇ ਪਿੰਡ ਦੇ ਸਾਹਮਣੇ ਇੱਥੇ ਲੈ ਕੇ ਆਈ, ਨਹੀਂ ਤਾਂ ਮੇਰੀ ਭਾਣਜੀ ਸਪਨਾ ਨਾਲ ਚੁੱਪ ਚਾਪ ਵਿਆਹ ਕਰਾਈ। ਔਰ ਇਸ ਗੱਲ ਦਾ ਗਵਾਹ ਸਾਰਾ ਪਿੰਡ ਹੈ। ਕਿਉਂ ਬਈ, ਠੀਕ ਹੈ ਨਾ? ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਯੂ ਕਾਕਾ ਇੱਥੇ ਆਉਂਦੇ ਫਿਰ ਇਸ ਗੱਲ ਤੇ? ਚਲੋ 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 ਬਈ ਚਲੋ, ਦੇਖਦੇ ਆ ਕਿਵੇਂ ਇਧਰ ਨੂੰ ਆ ਰਹੇ। ਜਿਹੇ ਜੀ ਮਾਂ ਉਹੋ ਜਿਹਾ ਪੁੱਤ, ਤੁਸੀਂ ਦੋਵੇਂ ਮਾਂ ਪੁੱਤਾਂ ਨੇ ਸਾਰੇ ਪਿੰਡ 'ਚ ਸਾਡੀ ਨੱਕ ਵੜਾ ਕੇ ਰੱਖਦੀ। ਸ਼ੁਕਰ ਹੈ ਬੇਬੇ ਸੁੱਤੀ ਪਈ ਆ, ਨਹੀਂ ਤਾਂ ਸਾਰੀ ਪੀਤੀ ਲੈ ਜਾਣੀ ਸੀ। ਨਿਹਾਲ। ਹਾਂਜੀ ਬੇਬੇ। ਹੋਰ ਕੀ ਲੁਕੋਏਗਾ ਤੂੰ ਮੈਥੋਂ? ਬੇਬੇ ਉਹ ਤਾਰੀ ਦੇ ਰਿਸ਼ਤੇਦਾਰ ਆਏ ਸੀਗੇ, ਤਾਰੀ ਨੇ ਪੀਣੀ ਨਹੀਂ ਸੀ, ਮੈਨੂੰ ਸਾਰੇ ਧੱਕੇ ਨਾਲ ਬੁਲਾ ਦੀ। ਪੁੱਤ ਤੂੰ ਗੱਲ ਤੇ ਝੂਠ ਬੋਲਦਾ, ਕਿੰਨੇ ਝੂਠ ਬੋਲੇਗਾ ਮੇਰੇ ਕੋਲੇ? ਹੈ ਕੋਈ ਕੁੜੀ ਹੈ ਤੇਰੀ ਜ਼ਿੰਦਗੀ 'ਚ? ਸੱਚ ਦੱਸ ਦੇ ਪੁੱਤ। ਬੇਬੇ ਤੈਨੂੰ ਮੇਰੇ 'ਤੇ ਯਕੀਨ ਨਹੀਂ ਹੈਗਾ? ਨਹੀਂ ਹੈਗਾ। ਬੇਬੇ ਉਸ ਪੁੱਤ ਦੀ ਕੀ ਜ਼ਿੰਦਗੀ ਆ ਜਿਹਦੀ ਮਾਂ ਨੂੰ ਉਸ 'ਤੇ ਯਕੀਨ ਹੀ ਨਹੀਂ ਹੈਗਾ? ਮੈਂ ਕੱਲ੍ਹ ਨੂੰ ਜਾ ਕੇ ਕੁੜੀ ਲੈ ਕੇ ਆਊਂਗਾ, ਸਭ ਤੋਂ ਪਹਿਲਾਂ ਤੈਨੂੰ ਹੀ ਦਿਖਾਊਂਗਾ, ਪਿੰਡ ਵਾਲਿਆਂ ਨੂੰ ਤਾਂ ਸਾਲਿਆਂ ਨੂੰ ਬਾਅਦ 'ਚ ਦਿਖਾਊਂਗਾ। ਸਵੇਰੇ ਉੱਠ ਕੇ ਤੈਨੂੰ ਯਾਦ ਵੀ ਰਹੂਗਾ, ਨਹੀਂ ਤਾਂ ਪੂਰੇ ਪਿੰਡ ਵਾਲੇ ਮੈਨੂੰ ਤਾਨੇ ਮਾਰ ਮਾਰ ਕੇ ਮਾਰ ਦੇਣਗੇ। ਯਾਦ ਰਹੂਗਾ ਬੇਬੇ, ਤੂੰ ਪਲੀਜ਼ ਸੌ ਜਾ। ਰੱਖ ਸਿਰ ਤੇ ਹੱਥ। ਲੈ ਬੇਬੇ। ਆਪਦੇ ਨਹੀਂ ਮੇਰੇ। ਲੈ ਬੇਬੇ ਹੁਣ ਠੀਕ ਆ, ਬਸ ਖਾ ਸੌ ਕਿ ਕੱਲ ਨੂੰ ਕੁੜੀ ਨੂੰ ਲੈ ਕੇ ਆਏਗਾ। ਲੈ ਕੇ ਆਊਂਗਾ ਬੇਬੇ, ਤੂੰ ਸੌ ਜਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਭ ਚ ਪੀਟ ਵਾਲੇ ਨਿਹਾਲ ਦੇ ਘਰ ਪਹੁੰਚਾਉਣ ਦੀ ਕਿਰਪਾਲਤਾ ਕਰਨ। ਉਹਨਾਂ ਦੀ ਮਾਤਾ ਸਾਰਿਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਮੇਰਾ ਪੁੱਤ ਝੂਠਾ ਨਹੀਂ, ਉਹ ਉਹਨਾਂ ਦੀ ਨੂੰਹ ਨੂੰ ਲੈਣ ਲਈ ਕੈਨੇਡਾ ਜਾ ਰਿਹਾ ਹੈ। ਭੈਣ ਜੀ ਨਿਹਾਲ ਕੁੜੀ ਜਰੂਰ ਲੈ ਕੇ ਆਊਗਾ, ਰਾਤੀ ਉਹਨੇ ਮੇਰੇ ਸਿਰ ਤੇ ਹੱਥ ਰੱਖ ਕੇ ਸੌ ਖਾਧੀ ਆ। ਰੱਬ ਕਰੇ ਤੇਰੀ ਗੱਲ ਸੱਚੀ ਹੋਵੇ। ਨਿਹਾਲ ਵੇ ਆ ਗਈ ਤੈਨੂੰ ਜਾਗ,
ਗੁੱਡ ਮਾਰਨਿੰਗ। ਆ ਪੁੱਤ ਮਾੜਾ ਜਿਹਾ ਦੱਸੀ ਇਹਨਾਂ ਨੂੰ ਜਿਨ੍ਹਾਂ ਨੇ ਮੈਨੂੰ ਤੇਰੇ ਨਾਲ ਝੂਠੀ ਬਣਾਤਾ ਸੀ ਕਿ ਤੂੰ ਮੇਰੀ ਨੂੰਹ ਨੂੰ ਲੈ ਕੇ ਆਏਗਾ। ਸਾਲੇ ਪਿੰਡ ਵਾਲੇ ਮੇਰੀ ਹਰ ਗੱਲ ਨੂੰ ਪਤਾ ਨੀ ਕਿਉਂ ਸੀਰੀਅਸਲੀ ਲੈ ਜਾਂਦੇ ਨੇ। ਨਿਹਾਲ ਪੁੱਤ ਤੂੰ ਚੁੱਪ ਕਿਉਂ ਆ? ਦੱਸ ਨਾ ਇਹਨਾਂ ਨੂੰ ਕਿ ਤੂੰ ਮੇਰੀ ਨੂੰਹ ਜ਼ਰੂਰ ਲੈ ਕੇ ਆਏਗਾ। ਉਹ ਨਿਆਣੇ ਬੋਲਦਾ ਕੋਈ ਨੀ, ਬੋਲਦਾ ਸਹੀ। ਹਾਂ ਹਾਂ ਲੈ ਕੇ ਆਊਂਗਾ। ਸੁਣ ਲਿਆ ਸਾਰੇ ਪਿੰਡ ਨੇ, ਮੇਰਾ ਪੁੱਤ ਨੂੰਹ ਜ਼ਰੂਰ ਲੈ ਕੇ ਆਊਗਾ। ਨਾਲੇ ਜਾ ਕੇ ਸਰਪੰਚ ਨੂੰ ਕਹਿ ਦੋ ਕਿ ਆਪਦੀ ਭਾਣਜੀ ਵਾਸਤੇ ਕੋਈ ਹੋਰ ਮੁੰਡਾ ਲੱਭ ਲਵੇ। ਜਿਉਂਦਾ ਰਹਿ ਪੁੱਤ, ਜਿਉਂਦਾ ਰਹਿ। ਆਪਣੇ ਹੱਥੀ ਮਾਰ ਕੇ ਬੇਬੇ ਕਹਿਦੀ ਆ ਜਿਉਂਦਾ ਰਹਿ। ਧਾਰੀ ਕਿੱਥੇ ਆ ਤੂੰ ਸਾਲਿਆ? ਉਹ ਸਾਲਿਆ ਤੈਨੂੰ ਕੋਈ ਆਸੇ ਪਾਸੇ ਦੀ ਕੁੜੀ ਨੀ ਲੱਭੀ? ਸਾਲਿਆ ਜੇ ਆਸੇ ਪਾਸੇ ਵਾਲੇ ਕਿਸੇ ਕੁੜੀ ਤੇ ਅੱਖ ਰੱਖ ਲਈ ਨਾ, ਪਿੰਡ ਵਾਲਿਆਂ ਨੇ ਮਾਰ ਮਾਰ ਕੇ ਆਪਣੇ ਪਾਸੇ ਬਿਠਾ ਦੇਣੇ ਨੇ। ਹਮੇਸ਼ਾ ਦੂਰ ਦੂਰ ਦੀ ਸੋਚੋ। ਮੈਂ ਬੇਬੇ ਜੀ ਸੌ ਖਾਲੀ ਆ, ਉੱਤੋਂ ਤੂੰ ਸਾਲਿਆ ਪਿੰਡ ਵਾਲਿਆਂ ਨੂੰ ਕੁੜੀ ਦੀ ਇਹੋ ਜਿਹੀ ਫੋਟੋ ਦਿਖਾਈ ਆ ਜਿਹਦਾ ਨਾ ਕੋਈ ਆਤਾ ਨਾ ਕੋਈ ਪਤਾ। ਹੁਣ ਇੱਥੇ ਬੈਠਾ ਚਬਲ ਮਾਰੀ ਜਾਂਦਾ ਵਾ, ਕੁੜੀ ਲੱਭ, ਕੁੜੀ ਜਸਨੀਤ। ਉਹ ਕਰਦਾ ਆ ਲੈ, JASNEET ਜਸਨੀਤ। ਓਏ ਕੀ ਪਾ? ਓਏ ਆ ਲੈ ਖਸਮਾ, ਇੱਕ ET ਇਹ ਆ ਲੈ। ਆ ਤਾਂ ਧੋਖਾ ਹੋ ਗਿਆ ਓਏ, ਸਾਰੀ ਸਰਦਾਰ ਨਿਕਲ ਜਾਂਦੇ ਨੇ। ਉਹ ਸਾਲਿਆ ਸਿੰਘ ਨੀ, ਕੌਰ ਪਾ। ਆ ਲੈ KAUR ਆ ਲੈ। ਆ ਗਈ ਓਏ, ਨਿਕਲੇ ਤੇਰੀ ਭਰਜਾਈ, ਮੈਨੂੰ ਤਾਂ ਮੇਰੀ ਭਰਜਾਈ। ਸਟੇਟਸ ਸਿੰਗਲ, ਜਸਨੀਤ ਕੌਰ, UBC ਦੀ ਪੜ੍ਹੀ ਹੋਈ ਮਿਲੀਨੀਅਰ ਦੀ ਕੁੜੀ। ਮਿਲੀਨੀਅਰ? ਸਲਮ ਡੌਗ ਮਿਲੀਨੀਅਰ ਦੀ ਭਤੀਜੀ। ਅੱਛਾ। ਆਏ ਹਾਏ, ਬੰਬ ਪਟਾਕਾ। ਮੇਰਾ ਮਤਲਬ ਦੀਵਾਲੀ ਨੂੰ ਚਲਾਉਣਾ ਪਸੰਦ ਕਰਦੀ ਹੈ, ਲਿਖਿਆ ਹੋਇਆ ਅਗਲੀ ਨੇ। ਪਰ ਤਾਰੀ ਮੈਂ ਕੈਨੇਡਾ ਕਿਵੇਂ ਜਾਊਂਗਾ ਯਾਰ? ਸਮੁੰਦਰ ਚ ਟਿਊਬ ਸਿੱਟ ਕੇ ਸਾਲਿਆ 50 ਏਜੰਟ ਜਾਣਦੇ ਨੇ ਮੈਨੂੰ, ਉਹ ਕੀ ਰਗੜੇ ਕੇ ਗੋਡਿਆਂ ਤੇ ਲਾਉਣੇ ਨੇ? ਤੂੰ ਬਸ ਪੈਸਾ ਇਕੱਠਾ ਕਰ, 7.5 ਲੱਖ ਰੁਪਇਆ ਹੈਗਾ। ਪੈਸੇ ਤਾਂ 8 ਲੱਖ ਹੈਗੇ ਯਾਰ, ਪਰ ਉਹ ਤਾਂ ਮੈਂ ਜੌਂਡੀਅਰ ਲਈ ਰੱਖੇ। ਫਿਰ ਜੌਂਡੀਅਰ ਤੇ ਚਲਾ ਜਾਈ। 10,000 ਸਾਲਿਆ, ਪੈਸੇ ਤਾਂ ਹੈ ਗਿਆ, ਫਿਰ ਚਲ ਜੂੰਗਾ। ਬਸ ਫਿਰ ਪੈਸਾ ਤੇ ਫੜਾ, ਨਾਲ ਦੀ ਨਾਲ ਸਮਝ ਲੈ ਜਹਾਜ਼ ਤੇ ਕੱਪੜਾ ਵੱਜ ਗਿਆ। ਜਸਨੀਤ ਕੌਰ, ਨਿਹਾਲ ਸਿੰਘ ਆ ਰਿਹਾ। ਲਓ ਜੀ ਸਰਪੰਚ ਸਾਹਿਬ, ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਕਿ ਜੱਟ ਚੱਲਿਆ ਕੈਨੇਡਾ ਪਿੰਡ ਦੀ ਨੂੰਹ ਲੈਣ। ਪਿੰਡ ਦੀ ਨੀ, ਮੇਰਾ ਮਤਲਬ ਘਰ ਦੀ ਨੂੰਹ ਨੂੰ। ਘਰ ਦੀ ਨੂੰਹ ਲੈਣ ਮੇਰਾ ਮਤਲਬ। ਬੇ ਪੁੱਤ, ਹਾਲੇ ਵੀ ਹੈਗਾ ਟਾਈਮ, ਮੇਰੀ ਮੰਨੇ ਤਾਂ ਮੰਗ ਲੈ ਪਿੰਡ ਵਾਲਾ ਤੋਂ ਮਾਫੀ। ਮਾਫੀਆਂ ਤਾਂ ਸਾਰੇ ਪਿੰਡ ਵਾਲੇ ਮੈਥੋਂ ਮੰਗਣਗੇ, ਕਹਿਣਗੇ ਵੀ ਨਿਹਾਲ ਸਿਆ ਤੂੰ ਸੱਚਾ ਸੀ ਤੇ ਅਸੀਂ ਝੂਠੇ। ਉਹ ਤੇਰੀ ਕੁੰਡਲੀ ਵਿੱਚ ਤਾਂ ਮਾਦਾ ਪੰਛੀ ਵੀ ਨਹੀਂ ਆਉਂਦੀ, ਕੁਲੀ ਕਿੱਥੋਂ ਆਜੂ? ਸ਼ੁਕਰ ਦਾ ਤਾਂ ਨੀਚੇ ਬੈਠਾ। ਸ਼ੁਕਰ ਬਿਠਾਵਾਂਗੇ ਥੱਲੇ, ਹੋਰ ਉੱਤੇ ਕਿਵੇਂ ਬਹਿਜੂ? ਪਰਸੋਂ ਆਏ ਸੋਫੇ ਤੇ ਕੱਪੜਾ ਚੜ੍ਹਿਆ, ਐਂ ਕਿਵੇਂ ਬਹਿਜੂਗਾ? ਐਂਡ ਯੂ ਮਿਸਟਰ ਅਨਮੋਲ ਸਿੰਘ, ਲਿਸਨ, ਆਈ ਗੋ ਕੈਨੇਡਾ ਐਂਡ ਬ੍ਰਿੰਗ ਯੋਰ ਪਾਬੀ। ਨਾਲੇ ਤੂੰ ਉਹ ਪੜਤਾ, ਜੇ ਤੈਨੂੰ ਤੇ ਤੇਰੇ ਸ਼ੁਕਰ ਨੂੰ ਨਾ ਮੂਰੇ ਲਾਇਆ ਨਾ ਜੱਟ ਨੇ, ਤਾਂ ਮੈਨੂੰ ਨਿਹਾਲ ਸਿੰਘ ਨਾ ਆਖੀ। ਪੰਡਤ ਨੂੰ ਮੰਦਾ ਨਹੀਂ ਬੋਲੀ ਦਾ, ਇੱਥੇ ਹੀ ਭਸਮ ਹੋ ਜਾਏਗਾ। ਪੰਚਾਇਤ ਚੱਲ, ਫੇੜੇ ਨਾ ਖਾਲੀ ਮੈਥੋਂ। ਚਲੋ ਤਾਰੀ ਚੱਲੀਏ, ਖੋਲ ਘੋੜੀ ਤੇ ਚੱਕ ਬਦੂਖ ਚੱਲੀਏ। ਜਾਣੇ ਮੋੜ ਤਿਆਰੀ, ਅੱਡੀ ਝੜਦੇ ਜੱਟ ਨੇ ਮਾਰੀ, ਧਮਕ ਪੈਂਦੀ ਪੌੜ ਦੀ, ਹਟ ਉੜਕੀ ਵਿੱਚ ਹਵਾ ਦੇ ਯਾਰੋ, ਘੋੜੀ ਜਾਣੇ ਮੋੜ ਦੀ। ਨਿਹਾਲ ਸਿੰਘ ਜੀ, ਵੈਲਕਮ ਟੂ ਕੈਨੇਡਾ ਜੀ। ਓਏ ਹੋਏ, ਕਿੰਨੀ ਸਫਾਈ ਆ! ਆਹ ਤਾਂ ਸਾਲਾ ਮੈਨੂੰ ਕੈਨੇਡਾ ਦਾ ਤਿਰੰਗਾ ਲੱਗਦਾ ਹੈ। ਬਈ ਭੀੜ ਵੀ ਬਹੁਤ ਹੈ, ਪਰ ਕਮਾਲ ਦੀ ਗੱਲ ਆ ਯਾਰ, ਇੰਨੀਆਂ ਗੋਰੀਆਂ ਚਿੱਟੀਆਂ ਮੇਮਾਂ ਦੇ ਵਿੱਚ ਮੈਨੂੰ ਮੇਰੇ ਵਾਲੀ ਮੇਮ ਕਿਵੇਂ ਲੱਭੂਗੀ? ਆਈ ਮੀਨ ਟੂ ਸੇ ਮੇਰੀ ਗੂਗਲ ਵਾਲੀ ਜਸਨੀਤ ਕੌਰ, ਉਹ ਲੱਭ ਜਾ ਮੇਰਿਆ ਪਟੋਲਿਆ। ਗੱਲ ਯਾਦ ਰੱਖਿਓ, ਐਤਕੀ ਤਾਂ ਤੁਸੀਂ ਲਾ ਕੇ ਮੈਨੂੰ ਮੁੜ ਜਾਣਾ, ਪਰ ਥੋੜੇ ਦਿਨਾਂ ਤੱਕ ਮੈਨੂੰ ਵਾਪਸ ਛੱਡ ਕੇ ਆਉਣਾ ਏਅਰਪੋਰਟ ਤੇ। ਪਰ ਉਸ ਟਾਈਮ ਮੈਂ ਇਕੱਲਾ ਨਹੀਂ, ਦੁਕੱਲਾ। ਦੁਕੱਲਾ ਮਤਲਬ ਦੋ ਜਣੇ ਹੋਵਾਂਗੇ ਅਸੀਂ। ਯਾਰ ਤਾਰੀ ਨੇ ਆਪਦੇ ਚਾਚੇ ਢੀਂਡਸਾ ਸਾਹਿਬ ਦਾ ਐਡਰੈਸ ਦੇ ਕੇ ਭੇਜ ਤਾਂ ਦਿੱਤਾ, ਪਰ ਹੈ ਤਾਂ ਸਾਲਾ ਤਾਰੀ ਵੀ ਮੇਰੇ ਵਰਗਾ ਝੂਠਾ ਹੀ, ਕਿਤੇ ਐਡਰੈਸ ਗਲਤ ਨਾ ਨਿਕਲ ਜੇ।
ਬਈ ਆ ਕੌਣ ਪਟੋਲਾ ਜਾ ਤੁਰਿਆ ਫਿਰਦਾ ਕਿਤੇ ਤਾਰੀ ਦੀ ਭੈਣ ਭੂਣ ਨਾ ਨਿਕਲਿਆ ਵੇ ਚਲੋ ਗੱਲ ਕਰਕੇ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਢੀਂਡਸਾ ਸਾਹਿਬ ਦਾ ਘਰੇ ਹੀ ਹੈ ਜੀ ਹਾਂਜੀ ਇਹੀ ਆ ਪਰ ਤੁਸੀਂ ਕੌਣ ਮਾਈ ਸੈਲਫ ਨਿਹਾਲ ਸਿੰਘ ਗਰੇਵਾਲ ਜੀ ਪਾਰਟੀ ਪ੍ਰੈਜ਼ੀਡੈਂਟ ਰਿਪੂ ਦਮਨ ਕਾਲਜ ਨਾਭਾ ਕਮਾਲ ਦੀ ਗੱਲ ਜਿਹ ਜੀ ਆਪ ਉਹ ਜੀ ਗੱਡੀ ਚੱਕੀ ਫਿਰਦੀ ਆ ਸਟੇਅਰਿੰਗ ਪੁੱਠੇ ਪਾਸੇ ਲਵਾਇਆ ਐ ਦੀ ਲੰਘ ਕੇ ਦਿਖਾਉਂਦੀ ਤਾਂ ਚਾਚੀ ਕਿੱਥੇ ਆ ਤੂੰ ਗਰੋਸਰੀ ਸਟੋਰ ਬਲਾ 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 ਐਡਾ ਜਗਾੜ ਤਾਰੀ ਦੇ ਚਾਚੇ ਦਾ ਤਾਂ ਨਹੀਂ ਹੋ ਸਕਦਾ ਸਾਲਾ ਕੰਮ ਕੰਮ ਕਰਦਾ ਹੋਣਾ ਇੱਥੇ ਐਪਲ ਬੜੇ ਸਲੇ ਰਜਾਈਆਂ ਚੱਲ ਭੇਟ ਲਪੇਟ ਰੱਖਿਆ ਵਾਹ ਨਿਕਲੋ ਜਨਾਬ ਰਜਾਈ ਚੋਂ ਓ ਗੋਡ ਇਹ ਤੇ ਇੱਥੇ ਵੀ ਆ ਗਿਆ ਚੱਕ ਅੰਬਾ ਤੂੰ ਵੀ ਲੁੱਟ ਰਜਾਈ ਦੀ ਮੌਜ ਬੇਚਾਰਾ ਕਮਜ਼ੋਰ ਹੈ ਲੱਗਦਾ ਨਹੀਂ ਮੰਮਾ ਪਾਪਾ ਨੇ ਨਾ ਮੇਰਾ ਪਤਾ ਕਰਾਉਣ ਲਈ ਭੇਜਿਆ ਹੋਣਾ ਇਹ ਸਾਲੀ ਉਰੇ ਕੀ ਕਰ ਰਹੀ ਆ ਓ ਮਾਈ ਗੋਡ ਇਹ ਤੇ ਮੇਰੇ ਵਾਲੀ ਆ ਰਿਹਾ ਓ ਮਾਈ ਗੋਡ ਤੂੰ ਇੱਥੇ ਕੀ ਕਰਦਾ ਇਹੀ ਤਾਂ ਮੈਂ ਪੁੱਛਦਾ ਵੀ ਤੂੰ ਇੱਥੇ ਕੀ ਕਰ ਰਹੀ ਆ ਇਹ ਸਟੋਰ ਮੇਰਾ ਹੈ ਅੱਛਾ ਜੀ ਇਹ ਸਟੋਰ ਤਾਰੀ ਦੇ ਚਾਚੇ ਦਾ ਢੀਂਡਸਾ ਸਾਹਿਬ ਦਾ ਓ ਇਹ ਸਟੋਰ ਵੇਚ ਕੇ ਇੱਥੋਂ ਜਾ ਚੁੱਕੇ ਐ ਓਏ ਸ਼ਕਲ ਤਾਂ ਤੇਰੀ ਲੱਗਦੀ ਨਹੀਂ ਕੀ ਹੈ ਟੁੱਟੀ ਜੀ ਕਾਰ ਰੱਖੀ ਆ ਸੈਂਟਰ ਓਖੇ ਸਟੋਰ ਤੇਰਾ ਤੂੰ ਮੇਰੀ ਕਾਰ ਤੋਂ ਕੀ ਲੈਣਾ ਚੱਲ ਇੱਥੋਂ ਬਾਹਰ ਤੇ ਆ ਕਿੱਥੇ ਪੁੱਛ ਕੇ ਚੱਕਿਆ ਅੱਛਾ ਬੜੇ ਅਮੀਰ ਦੇਖੇ ਜ਼ਿੰਦਗੀ ਚ ਪਰ ਐਸਾ ਘਟੀਆ ਅਮੀਰ ਨਹੀਂ ਦੇਖਿਆ ਵੀ ਇੱਕ ਭੁੱਖੇ ਦੇ ਹੱਥੋਂ ਸਿਓ ਖੋਲਵੇ ਮਾਤੜ ਨਾ ਜਾਣੀ ਮੈਨੂੰ ਸਨ 82 ਦੇ ਵਿੱਚ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀਗੀ 3600 ਫੋਰਡ ਖੜਾ ਕਰੇ ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ 60 ਕਿੱਲੇ ਆਪਦੇ ਨੇ 18 ਠੇਕੇ ਤੇ ਨੇ ਸੰਦ ਸਾਰੇ ਨੇ ਹਾਂ $632 ਲੈ ਕੇ ਆਇਆ ਸੀਗਾ ਭਾਨ ਲੈਦਾ ਵਾ ਵਰਦੀ ਨੂੰ ਬਿਨਾਂ ਟੰਡਨ ਲੋਕ ਕੋਈ ਇਟਾਲੀਅਨ ਸੀਟਾਂ ਲਵਾਈ ਫਿਰਦੇ ਨੇ ਜੋ ਸਾਲਾ ਖੇਤਾਂ 'ਚ ਨਜ਼ਾਰਾ ਆਉਂਦਾ ਨਾ ਉਹ ਨਜ਼ਾਰਾ ਹੀ ਲੈ ਵੀ ਤਾਰੀ ਸਿਆ ਹੋ ਲੈ ਢਿੱਲਾ ਕਰਾਂ ਹਾਏ ਵੇ ਰੱਬਾ ਸਾਲਾ ਲੋਕਾਂ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਤਾਰੀ ਜ਼ਰੂਰੀ ਕੰਮ ਚੱਲਿਆ ਹੈਲੋ ਉਹ ਤਾਰੀ ਆਹ ਕੀ ਕਰਤਾ ਤੂੰ ਸਾਲਿਆ ਮੈਨੂੰ ਆਪਦੇ ਚਾਚੇ ਦਾ ਐਡਰੈਸ ਗਲਤ ਦਿੱਤਾ ਉਹ ਐਡਰੈਸ ਜਮਾ ਸਹੀ ਹੈ ਯਾਰ ਐਤਕੀ ਦਾ ਕਾਰਡ ਆਇਆ ਚਾਚੇ ਦਾ ਨਵੇਂ ਸਾਲ ਤੇ ਉਹ ਮੈਂ ਸਾਲਿਆ ਉੱਥੇ ਜਾ ਕੇ ਆਇਆ ਵਾਂ ਕੋਈ ਤੇਰਾ ਚਾਚਾ ਚੂਚਾ ਨਹੀਂ ਰਹਿੰਦਾ ਉੱਥੇ ਤੂੰ ਸਟੋਰ ਤੇ ਕਿਹੜਾ ਮਾਰਿਆ ਹੋਏ ਉਹ ਸਟੋਰ ਤੇ ਵੀ ਜਾ ਕੇ ਆਇਆ ਤੇਰਾ ਚਾਚਾ ਸਟੋਰ ਤੇ ਘਰ ਇੱਕ ਝੱਲੀ ਜੀ ਕੁੜੀ ਨੂੰ ਵੇਚ ਗਿਆ ਵਾ ਉਹਨੇ ਸਾਲੀ ਨੇ ਮੈਨੂੰ ਧੱਕੇ ਮਾਰ ਕੇ ਬਾਹਰ ਕੱਢਤਾ ਮੈਨੂੰ ਤਾਂ ਹੁਣ ਇਹ ਨਹੀਂ ਸਮਝ ਲੱਗਦੀ ਮੈਂ ਉਹ ਸਾਲੇ ਆਪਣੇ ਰਹਿਣ ਨੂੰ ਜਗ੍ਹਾ ਲੱਭਾਂ ਜਾਂ ਜਸਨੀਤ ਨੂੰ ਲੱਭਾਂ ਚੰਗੇ ਭਲੇ ਨੂੰ ਬਣਵਾਸ ਕਰਾ ਕੇ ਧਰਤਾ ਕਮਾਲ ਕਰਦਾ ਯਾਰ ਤੂੰ ਤੂੰ ਤਾਂ ਕੀਤੀ ਕਰਾਈ ਖੂਹ 'ਚ ਪਾਈ ਜਾਂਦਾ ਮੈਂ ਦੱਸ ਕਿੱਥੇ ਨਹੀਂ ਖੜਿਆ ਤੇਰੇ ਨਾਲ ਉਹ ਰਹਿਣ ਦੇ ਰਹਿਣ ਦੇ ਰਹਿਣ ਦੇ ਸਾਲਿਆ ਖੜੇ ਆ ਕਿੱਥੇ ਆ ਤੂੰ ਪੰਗਾ ਬਾਅਦ 'ਚ ਪੈਂਦਾ ਸੀ ਪਹਿਲਾਂ ਮੋਕ ਮਾਰ ਜਾਂਦਾ ਸੀ ਸਾਲਾ ਹੋਇਆ ਉਹ ਮੋਕ ਮੈਂ ਜਾਣ ਕੇ ਮਾਰਦਾ ਸੀ ਯਾਰ ਉਹ ਤਾਂ ਕਈ ਬੰਦੇ ਦਾ ਪ੍ਰੈਸ਼ਰ ਬਣਾ ਹੁੰਦਾ ਬਸ ਸਮਝਦਾ ਹੁੰਦਾ ਨਾਲੇ ਮੇਰੇ ਤੇ ਕੋਈ ਔਖੇ ਹੋਣ ਦਾ ਫਾਇਦਾ ਹੈ ਜਿਹੜਾ ਕੁਛ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਤੂੰ ਐਂ ਕਰ ਨੇੜੇ ਤੇੜੇ ਗੁਰਦੁਆਰਾ ਦੇਖ ਉੱਥੇ ਜਾ ਵੜ ਜਿਹਦਾ ਵੀਰ ਕੋਈ ਨਹੀਂ ਹੁੰਦਾ ਨਾ ਉਹਦਾ ਰੱਬ ਹੁੰਦਾ ਗੋਰਿਆਂ ਦਾ ਗੁਰਦੁਆਰਾ ਚੱਲੂ ਬਾਬਾ ਜੀ ਇੱਕ ਤੁਹਾਡੇ ਨਾਲ ਜ਼ਰੂਰੀ ਗੱਲ ਕਰਨੀ ਸੀ ਪਰ ਹਿਸਾਬ ਜਿਹਾ ਨਹੀਂ ਆ ਰਿਹਾ ਜੀ ਤੁਸੀਂ ਹੈ ਕਿਹੜੇ ਪਾਸੇ ਹੋ ਮੈਂ ਸਾਹਮਣੇ ਦੇਖ ਕੇ ਗੱਲ ਕਰ ਲੈਣਾ ਬਾਬਾ ਜੀ ਨੇ ਇੱਕ ਸਾਡੇ ਵਾਲੇ ਬਾਬਾ ਜੀ ਨੂੰ ਸੁਨੇਹਾ ਲਾ ਦਿਓ ਜੀ ਕਿ ਜੀ ਨਿਹਾਲ ਕੈਨੇਡਾ ਪਹੁੰਚ ਗਿਆ ਅਤੇ ਛੋਟੀ ਜਿਹੀ ਪ੍ਰੋਬਲਮ 'ਚ ਫਸ ਗਿਆ ਬਾਬਾ ਜੀ ਤੁਹਾਨੂੰ ਸੱਚ ਬੋਲਦਾ ਦੇਖੋ ਥੋਤੋਂ ਕਾਹਦਾ ਲੁਕੋ ਤੁਹਾਨੂੰ ਤਾਂ ਪਤਾ ਹੀ ਲੱਗ ਜਾਣਾ ਵੀ ਸੱਚ ਕੀ ਆ ਬਸ ਕੈਨੇਡਾ 'ਚ ਪ੍ਰੋਬਲਮ ਆ ਜੀ ਦੇਖੋ ਇੰਡੀਆ ਤਾਂ ਤੁਹਾਨੂੰ ਪਤਾ ਸੂਤੇ ਆ ਤੁਹਾਡੀ ਮਿਹਰਬਾਨੀ ਦੇ ਨਾਲ ਜੀ 82 ਦੇ ਵਿੱਚ ਡੈਡੀ ਕੋਲੇ ਫੀਅਟ ਕਾਰ ਹੁੰਦੀ ਸੀ 3600 ਘਰੇ ਖੜਾ ਜੀ ਜੌਂਡੀਅਰ ਲੈਣ ਦੀਆਂ ਸਲਾਹਾਂ ਬਣਦੀਆਂ 60 ਕਿੱਲੇ ਪੈਲੀ ਆ ਜੀ 18 ਕਿੱਲੇ ਤਾਂ ਐਤਕੀ ਠੇਕੇ 'ਤੇ ਲਏ ਨੇ ਪਰ ਬਾਬਾ ਜੀ ਦੇਖੋ ਸੋਚਣ ਵਾਲੀ ਗੱਲ ਤਾਂ ਇਹੀ ਹੈ ਨਾ ਜੀ ਹੁਣ ਬੇਬੇ ਇਕੱਲੀ ਥੋਨਾ ਪਾਊਗੀ ਉਹਨੂੰ ਮੈਨੂੰ ਇਹ ਚਾਹੀਦਾ ਨਾ ਜੀ ਮੈਂ ਉੱਥੇ ਹੋਵਾਂ
ਪਰ ਬਾਬਾ ਜੀ ਜੇ ਤੁਸੀਂ ਮੇਰੀ ਮਦਦ ਕਰ ਦੋਗੇ ਨਾ ਸਾਰੇ ਦਾ ਸਾਰਾ ਕੰਮ ਸੂਤ ਆਜੂ ਬਾਬਾ ਜੀ ਬਸ ਐਤਕੀ ਬਚਾ ਲਓ ਮਿਹਰਬਾਨੀ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਉਹ ਕੜਾਹ ਪ੍ਰਸ਼ਾਦ ਦਾ ਇੰਤਜ਼ਾਮ ਜੀ ਤੁਸੀਂ ਵੀ ਕਹੋਗੇ ਕਿਹੋ ਜਿਹਾ ਬੰਦਾ ਜੀ ਬਾਬਾ ਜੀ ਭੁੱਖ ਬਹੁਤ ਲੱਗੀ ਆ ਸਵੇਰ ਦੇ ਨੇ ਚਾਹ ਦਾ ਕੱਪ ਨਹੀਂ ਪੀਤਾ ਜੀ ਇੱਕ ਪੁੜੀ ਭੁੱਕੀ ਦੀ ਸੀਗੀ ਜੀ ਉਹ ਵੀ ਦਿੱਲੀ ਕਸਟਮ ਵਾਲਿਆਂ ਨੇ ਆਉਣ ਵੇਲੇ ਕੱਢ ਲਈ ਮੈਂ ਤਾਂ ਜੀ ਬਸ ਬੁਰੇ ਹਾਲ ਨੇ ਤੂੰ ਤੂੰ ਇੱਥੇ ਕਰਦੀ ਆ ਹੁਣ ਕਿਤੇ ਇਹ ਨਾ ਕਹਿ ਜੀ ਵੀ ਢੀਡ ਸਾਹਿਬ ਤੈਨੂੰ ਆਹ ਜਗ੍ਹਾ ਵੀ ਵੇਚ ਕੇ ਓਏ ਸਿਰ ਨੰਗਾ ਪੈਰਾਂ 'ਚ ਜੁੱਤੀ ਮਾਰਾਂ ਤੇਰੇ ਚੱਕ ਕੇ ਮੋਮਬੱਤੀ ਮੈਂ ਤੇਰਾ ਦਿਮਾਗ ਠੀਕ ਹੈ ਓਕੇ ਇਹ ਚਰਚ ਹੈ ਇੱਥੇ ਇਦਾਂ ਹੀ ਹੁੰਦਾ ਹੈ ਹਾਂ ਚਰਚ ਹੋਵੇ ਚਾਹੇ ਜੋ ਮਰਜ਼ੀ ਹੋਵੇ ਸਾਡੇ ਮਾਂ ਪਿਓ ਨੇ ਇਹੀ ਸਿਖਾਇਆ ਵੀ ਬੰਦੇ ਦਾ ਸਿਰ ਟਕਿਆ ਹੋਣਾ ਚਾਹੀਦਾ ਤੇ ਪੈਰ ਨੰਗੇ ਹੋਣੇ ਚਾਹੀਦੇ ਆ ਤੂੰ ਤਾਂ ਲੱਤਾਂ ਵੀ ਨੰਗੀਆਂ ਲਈ ਫਿਰਦੀ ਆ ਓਕੇ ਆਈ ਐਮ ਸੌਰੀ ਮੇਰੇ ਤੋਂ ਗਲਤੀ ਹੋ ਗਈ ਨਾ ਤੇਰੇ ਤੋਂ ਗਲਤੀ ਨਹੀਂ ਹੁੰਦੀ ਮੇਰੇ ਤੋਂ ਗਲਤੀ ਹਾਂ ਮੇਰੇ ਤੋਂ ਗਲਤੀ ਯੈਸ ਮੇਰੇ ਤੋਂ ਗਲਤੀ ਹੋਈ ਆ ਯਾਰ ਗਲਤੀ ਹੋਈ ਆ ਮੈਂ ਤਾਂ ਬੈਠ ਤਾਂ ਸਕਦਾ ਨਾ ਚਰਚ 'ਚ ਹਾਂ ਹਾਂ ਲੰਡੂ ਜੇ ਬੰਦਿਆਂ ਪਿੱਛੇ ਲੱਗ ਕੇ ਮੈਂ ਕੈਨੇਡੇ ਆ ਗਿਆ ਆਹ ਦੇਖ ਲੈ ਸਵੇਰ ਦਾ ਚਾਚੇ ਲੱਭਦਾ ਫਿਰਦਾ ਵਾਂ ਕਿੱਥੇ ਆ ਢੀਂਡਸਾ ਸਾਹਿਬ ਕਿੱਥੇ ਆ ਢੀਂਡਸਾ ਸਾਹਿਬ ਹੈਗੇ ਨੇ ਢੀਂਡਸਾ ਸਾਹਿਬ ਹੈ ਹੈਗੇ ਨੇ ਪਹਿਲਾਂ ਇਹ ਦੱਸ ਕੌਫੀ ਪੀਏਂਗਾ ਕਿਹਦੇ ਨਾਲ ਮੇਰੇ ਨਾਲ ਕੁੜੀ ਨਾਲ ਕੌਫੀ ਹਾਂ ਬਈ ਸਿਰਾ ਹੀ ਹੈ ਬਾਬਾ ਜੀ ਤੁਹਾਡਾ ਤਾਂ ਅੱਜ ਪਤਾ ਲੱਗਿਆ ਵੀ ਕੈਨੇਡਾ ਕਿੰਨਾ ਫਾਸਟ ਆ ਅਜੇ 2 ਮਿੰਟ ਪਹਿਲਾਂ ਮੈਂ ਸੁਨੇਹਾ ਲਾਇਆ ਤੁਸੀਂ ਸਾਡੇ ਬਾਬੇ ਤੱਕ ਪਹੁੰਚਾ ਵੀ ਦਿੱਤਾ ਸਲਿਊਟ ਆ ਬਾਬਾ ਜੀ ਲਵ ਯੂ ਕਮਾਲ ਹੈ ਕਿਸੇ ਕੁੜੀ ਦੀ ਫੋਟੋ ਨੂੰ ਫੇਸਬੁੱਕ ਤੇ ਦੇਖਿਆ ਤੇ ਉਹਨੂੰ ਮਿਲਣ ਲਈ ਇੰਨੀ ਦੂਰ ਆ ਗਿਆ ਓਏ ਜੀ ਤਾਂ ਮੈਂ ਫੋਟੋ ਦੇਖ ਕੇ ਆ ਜੀ 2-3 ਕੁੜੀਆਂ ਪਿੱਛੇ ਤਾਂ ਮੈਂ ਐਂ ਹੀ ਚਲੇ ਗਿਆ ਮੇਰੇ ਯਾਰਾਂ ਦੋਸਤਾਂ ਨੇ ਕਿਹਾ ਤਾਂ ਬਾਹਲੀ ਕੁਆਟਰ ਕੁੜੀ ਹੈ ਹੈਲੋ ਉਹ ਸ਼ਹਿਰ ਦੀ ਸਭ ਤੋਂ ਰਿਚ ਕੁੜੀ ਹੈ ਸਮਝ ਆਈ 2 ਮਹੀਨੇ ਕੀ 2 ਜਨਮ ਵੀ ਉਹਦੇ ਪਿੱਛੇ ਲਾ ਦੇਣਾ ਤਾਂ ਵੀ ਨਹੀਂ ਤੇਰੀ ਗੱਲ ਬਣਨੀ ਨਹੀਂ ਤਾਂ ਮੈਂ ਮਾਤੜਾ ਆ 87 ਜੀ ਮੇਰੇ ਡੈਡੀ ਕੋਲੇ ਫੀਅਰ ਕਰਦੀ ਸੀ ਦੱਸਿਆ ਸੀ ਮੈਨੂੰ ਨਾ ਹੁਣ ਮੈਨੂੰ ਢੀਂਡਸਾ ਸਾਹਿਬ ਦੇ ਘਰੇ ਲੈ ਕੇ ਜਾਣਾ ਜਾਂ ਇੱਥੇ ਠੰਡ 'ਚ ਮਾਰਨਾ ਤੈਨੂੰ ਇੱਕ ਗੱਲ ਦੱਸਾਂ ਉਹ ਜਿਹੜਾ ਘਰ ਸੀ ਨਾ ਜਿੱਥੇ ਤੂੰ ਮੈਨੂੰ ਪਹਿਲੀ ਵਾਰੀ ਮਿਲਿਆ ਸੀ ਉਹ ਢੀਂਡਸਾ ਅੰਕਲ ਦਾ ਹੀ ਹੈ ਹਾਂ ਤੇ ਉਹ ਜਿਹੜਾ ਗ੍ਰੋਸਰੀ ਸਟੋਰ ਹੈ ਨਾ ਉਹ ਵੀ ਢੀਂਡਸਾ ਅੰਕਲ ਦਾ ਹੀ ਹੈ ਤੂੰ ਝੂਠ ਕਿਉਂ ਬੋਲਿਆ ਮੈਨੂੰ ਐਕਚੁਅਲੀ ਮੈਂ ਵੀ 90 ਤੋਂ ਹੀ ਹਾਂ 90 ਤੋਂ ਤੂੰ ਹਾਂ ਉਹ ਸਹੀ ਬਲਾਗੀ ਹਾਂ ਇੱਕ ਮਿੰਟ ਗੱਲ ਤਾਂ ਸੁਣ ਲਾ ਪਰ ਨਾ 90 ਤੋਂ 2 ਸਾਲ ਪਹਿਲਾਂ ਨਾ ਮੈਂ ਇੱਕ ਬੇਵਕੂਫੀ ਕੀਤੀ ਸੀ ਅੱਛਾ ਪਰ ਮੈਂ ਨਾ ਇੱਕ ਮੁੰਡੇ ਨੂੰ ਇੰਟਰਨੈਟ ਤੇ ਲਾਈਕ ਕਰਦੀ ਸੀ ਇੰਟਰਨੈਟ ਤੇ ਫੇਰ ਉਹਦੇ ਨਾਲ ਵਿਆਹ ਕਰਾਉਣ ਲਈ ਮੈਂ ਇੱਥੇ ਆ ਗਈ ਆਪਣੇ ਮੰਮਾ ਪਾਪਾ ਦੀ ਮਰਜ਼ੀ ਦੇ ਅਗੇਂਸਟ ਇੱਥੇ ਆ ਕੇ ਮੈਨੂੰ ਪਤਾ ਲੱਗਿਆ ਕਿ ਉਹ ਇੱਕ ਨੰਬਰ ਦਾ ਧੋਖੇਬਾਜ਼ ਹੈ ਕਹਿੰਦਾ ਕਿ ਜੇ ਤੂੰ ਆਪਣੇ ਪੇਰੈਂਟਸ ਨੂੰ ਛੱਡਤਾ ਤੇ ਇਹਦਾ ਮਤਲਬ ਤੇਰੇ ਕੋਲ ਹੁਣ ਪ੍ਰਾਪਰਟੀ ਰਹੀ ਨਹੀਂ ਤੇ ਮੈਨੂੰ ਤੇਰੇ 'ਚ ਕੋਈ ਇੰਟਰਸਟ ਨਹੀਂ ਰਿਹਾ ਮੈਨੂੰ ਦੱਸ ਸਾਲਾ ਕਿੱਥੇ ਨਹਾਸਣਾ ਭਾਂਦੀਆਂ ਮੈਂ ਸਾਲੇ ਦੀਆਂ ਮੈਨੂੰ ਕੀ ਪਤਾ ਕਿੱਥੇ ਹੈ ਮੰਮੀ ਪਾਪਾ ਤੇ ਇਹੀ ਸਮਝਦੇ ਆ ਨਾ ਕਿ ਮੇਰਾ ਉਹਦੇ ਨਾਲ ਵਿਆਹ ਹੋ ਗਿਆ ਤੇ ਮੈਂ ਬਹੁਤ ਖੁਸ਼ ਹਾਂ ਹਮੇਸ਼ਾ ਕਹਿੰਦੇ ਰਹਿੰਦੇ ਕਿ ਮੈਂ ਫੋਨ ਤੇ ਉਹਨਾਂ ਦੀ ਗੱਲ ਕਰਾਵਾਂ ਉਹਨਾਂ ਦੇ ਜਵਾਈ ਦੇ ਨਾਲ ਪਰ ਮੈਂ ਹੀ ਹਾਂ ਹਮੇਸ਼ਾ ਟਾਲਦੀ ਰਹਿੰਦੀ ਹਾਂ ਇਸੇ ਕਰਕੇ ਮੈਂ ਡਰ ਗਈ ਸੀ ਜਦ ਤੂੰ ਕਿਹਾ ਨਾ ਕਿ ਤੂੰ 90 ਤੋਂ ਹੈ ਮੈਨੂੰ ਲੱਗਿਆ ਕਿ ਸ਼ਾਇਦ ਮੰਮਾ ਪਾਪਾ ਨੇ ਤੈਨੂੰ ਮੇਰੇ ਪਿੱਛੇ ਭੇਜਿਆ ਮੇਰੀ ਜਾਸੂਸੀ ਕਰਨ ਵਾਸਤੇ ਚੱਲ ਹੁਣ ਮੈਨੂੰ ਠੰਡ 'ਚ ਮਾਰੇਂਗੀ ਜਾਂ ਔਰ ਢੀਂਡਸਾ ਸਾਹਿਬ ਨੂੰ ਵੀ ਮਿਲਾਏਂਗੀ ਉੱਥੇ ਵੀ ਇੱਕ ਪੰਗਾ ਹੈ ਨਾ ਪਿਓ ਮੰਨਦਾ ਤੇ ਪੁੱਤ ਨਹੀਂ ਮੰਨਦਾ ਜੇ ਪੁੱਤ ਮੰਨਦਾ ਤੇ ਪਿਓ ਨਹੀਂ ਮੰਨਦਾ ਔਰ ਨਿਹਾਲ ਸਿੰਘ ਤਾਂ ਸਾਰੇ ਪਿੰਡ ਨੂੰ ਮਨਾਈ ਫਿਰਦਾ ਇਹ ਤਾਂ ਬੰਦੇ ਹੀ 2 ਨੇ ਚੱਲ ਡੈਡ ਪਲੀਜ਼ ਤੁਸੀਂ ਮੇਰੀ ਗੱਲ ਮੰਨੋ ਪਲੀਜ਼ ਉਹ ਨਹੀਂ ਮੈਂ ਆਪਣਾ ਗ੍ਰੋਸਰੀ ਸਟੋਰ ਬੰਦ ਨਹੀਂ ਕਰ ਸਕਦਾ ਓਏ ਅਕਲ ਨੂੰ ਹੱਥ ਮਾਰ ਖੋਤਿਆ ਅਕਲ ਨੂੰ ਹੱਥ ਮਾਰ ਅਸੂਲ ਦੀ ਗੱਲ ਕਰ ਮੈਂ ਆਪਣਾ ਗ੍ਰੋਸਰੀ ਸਟੋਰ ਕਿਵੇਂ ਬੰਦ ਕਰਦਾ ਵਾਂ ਖੋਤੇ ਦਾ ਪੁੱਤ ਨਾ ਹੋਵੇ ਤਾਂ ਓ ਗੋਡ ਡੈਡ ਬੰਦ ਕਰਨ ਦੀ ਕੌਣ ਗੱਲ ਕਰਦਾ ਤੁਸੀਂ ਮੇਰੀ ਗੱਲਾਂ ਨੂੰ ਅੰਡਰਸਟੈਂਡ ਨਹੀਂ ਕਰਦੇ ਮੈਂ ਤਾਂ ਸਿਰਫ ਤੁਹਾਨੂੰ ਇਹੀ ਕਹਿਣਾ ਕਿ ਉਹਦੀ ਜਗ੍ਹਾ ਆਪਾਂ ਕਲੱਬ ਖੋਲਾਂਗੇ ਜਿੱਥੇ ਡਾਂਸ ਹੋਊਗਾ ਤੇਰਾ ਮਤਲਬ ਹੈ ਖੋਤਿਆ ਮੈਂ ਆਪਣਾ 25 ਸਾਲ ਪੁਰਾਣਾ ਸਟੋਰ ਬੰਦ ਕਰਕੇ ਸ਼ਕੀਲਾ ਦੀ ਤਰ੍ਹਾਂ ਕੱਛਾ ਪਾ ਕੇ ਉੱਥੇ ਡਾਂਸ ਕਰਾਂ ਓ ਗੋਡ ਡੈਡ ਮੈਂ ਤੁਹਾਡੀ ਗੱਲ ਥੋੜੀ ਕਰਦਾ ਤੁਸੀਂ ਥੋੜੀ ਡਾਂਸ ਵੈਂਸ ਕਰਨਾ ਹੈ ਡੈਡ ਜ਼ਰਾ ਸੋਚ ਆਪਣੇ ਢੀਂਡਸਾ ਗ੍ਰੋਸਰੀ ਸਟੋਰ ਢੀਂਡਸਾ ਨਹੀਂ ਢੀਂਡਸਾ ਉਹ ਬੋਲਣਾ ਤਾਂ ਸਿੱਖ ਲੈ ਓ ਡੈਡ ਜ਼ਰਾ ਸੋਚ ਆਪਣੇ ਗ੍ਰੋਸਰੀ ਸਟੋਰ ਦੀ ਜਗ੍ਹਾ ਡੀ ਕਲੱਬ ਹੋਊਗਾ ਹੈ ਲਿਮੋਜ਼ਿਨ ਵਿੱਚੋਂ ਤੁਸੀਂ ਉਤਰੋਗੇ ਚਾਰੋਂ ਪਾਸੇ ਟੀਵੀ ਰਿਪੋਰਟਰ ਹੋਣਗੇ ਸੋਹਣੀ ਸੋਹਣੀ ਕੁੜੀਆਂ ਆਲੇ ਦੁਆਲੇ ਡਾਂਸ ਕਰਨਗੀਆਂ ਕੁੜੀਆਂ ਦੀਆਂ ਮੰਮੀਆਂ ਵੀ ਹੋਣਗੀਆਂ ਓ ਗੋਡ ਡੈਡ ਮੰਮੀ ਡੈਡੀ ਥੋੜੀ ਆਉਂਦੇ ਆ parents are not allowed dad nahi par galle te ta main hi baithunga na oh dad galla vi nahi hunda phir main club khol ke ki karna jadon utthe mera koi kam hi nahi hai nale sade culture de khilaf hai asool di gal kar tu nihal ha mainu lagda ki aap galat time te aa gaye oh nihal le vi kade koi time galat ja theek hoya
ਪੁਰਾਣੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਣ ਨੂੰ ਹੀ ਕਲਚਰ ਕਹਿੰਦੇ ਆ। ਕੱਲ ਨੂੰ ਤੂੰ ਬੁੱਢੇ ਮਾਂ ਬਾਪ ਨੂੰ ਕਹੇਗਾ ਬਈ ਪੁਰਾਣੇ ਪੈ ਗਏ, ਇਹਨਾਂ ਨੂੰ ਬਾਹਰ ਸਿੱਟ ਦੋ, ਇਹ ਹੈ ਕਲਚਰ ਤੁਹਾਡਾ? ਲਾਣਾ ਤੇ ਇਹੋ ਜਿਹੇ ਕਲਚਰ ਦੇ ਉੱਤੇ। ਬਿਲਕੁਲ ਸਹੀ ਗੱਲ ਆ ਚਾਚਾ ਜੀ, ਆਪਣੇ ਇੱਕ ਮਿੰਟ ਓਏ, ਜੇ ਆਪਾਂ ਆਪਦੀਆਂ ਜੜਾਂ ਭੁੱਲ ਕੇ ਤਾਂ ਆਪਾਂ ਥੱਲੇ ਨਹੀਂ ਡਿੱਗਾਂਗੇ। ਬਿਲਕੁਲ, ਅਸੂਲ ਦੀ ਗੱਲ ਕੀਤੀ ਹੈ, ਇਹੀ ਕਲਚਰ ਹੈ ਗੋਰਿਆਂ ਦਾ, ਆਪਣੇ ਬੱਚਿਆਂ ਨੂੰ ਪੂਰੀ ਫ੍ਰੀਡਮ ਦਿੰਦੇ। ਇਹ ਵੀ ਗੱਲ ਆ, ਦੇਖੋ ਜੀ ਇੱਕ ਗੱਲ ਤਾਂ ਮੰਨਣੇ ਵਾਲੀ ਆ, ਗੋਰੇ ਘੱਟੋ ਘੱਟ ਆਪਣੇ ਬੱਚਿਆਂ ਨੂੰ ਕੁੱਕੜੀ ਵਾਂਗੂ ਤਾੜ ਕੇ ਨਹੀਂ ਰੱਖ ਲਿਆਗੇ। ਨਹੀਂ ਪਰ ਜੇ ਪਤੰਗ ਦੀ ਡੋਰੀ ਕੱਟ ਗਈ ਫਿਰ ਤਾਂ ਜ਼ਮੀਨ ਤੇ ਡਿੱਗੂਗੀ। ਵਾਹ ਚਾਚਾ ਜੀ ਵਾਹ, ਕਿਆ ਬਾਤ ਹੈ ਚਾਚਾ ਜੀ, ਆਏ ਹਾਏ, ਧੰਨ ਭਾਗ ਮੇਰੇ ਕਿ ਮੈਨੂੰ ਐਡੀ ਮਹਾਨ ਸ਼ਖਸੀਅਤ ਦੇ ਘਰੇ ਰਹਿਣ ਦਾ ਮੌਕਾ ਮਿਲਿਆ। ਚਾਚਾ ਜੀ ਗ੍ਰੇਟ ਹੋ ਤੁਸੀਂ, ਗ੍ਰੇਟ। ਪਰ ਮੁੰਡੇ ਇੰਨਾ ਗ੍ਰੇਟ ਵੀ ਨਹੀਂ ਹੈ ਮੈਂ, ਬਸ ਜੀ ਸਦ ਕੇ ਤੇਰਾ ਆਪਣਾ ਘਰ ਹੈ, ਤੂੰ ਰਹਿ ਸਕਦਾ ਹੈ। ਇੱਕ ਮਿੰਟ ਫੜੀ, ਮੈਂ ਤੈਨੂੰ ਪਛਾਣਿਆ ਨੀ, ਤੂੰ ਹੈ ਕੌਣ? ਮੈਨੂੰ ਨੀ ਪਛਾਣਿਆ ਚਾਚਾ ਜੀ, ਕਮਾਲ ਦੀ ਗੱਲ ਆ, ਉਹ ਮੈਂ ਤੁਹਾਡਾ ਆਪਣਾ ਨਿਹਾਲ ਚਾਚਾ ਜੀ, ਛੋਟਾ ਨਿਹਾਲ। ਕਿਹੜਾ ਨਿਹਾਲ? ਉਹ ਚਾਚਾ ਜੀ ਪਿੰਡੋਂ ਨਾਭੇ ਤੋਂ ਤਾਰੀ ਦਾ ਦੋਸਤ ਨਿਹਾਲ ਸਿੰਘ ਗਰਿਆ। ਤਾਰੀ ਤਾਂ ਨਹੀਂ ਆਇਆ ਕਿਤੇ? ਉਹਨੂੰ ਕਿਨੇ ਬੀਜਾ ਦੇਣਾ ਜੀ ਕੈਨੇਡਾ ਦਾ, ਤਾਰੀ ਕਿਥੇ, ਮੈਂ ਕੱਲਾ ਹੀ ਆਇਆ। ਬੜਾ ਕਰੈਕਟਰਲੈਸ ਜਿਹਾ ਮੁੰਡਾ ਹੈ ਉਹ। ਜਮਾਂ ਹੀ ਤੁਹਾਡੇ ਤੇ ਜੀ। ਹਾਂ ਗਿਆ ਹੀ ਨਹੀਂ ਗਾ ਤੁਹਾਡੇ ਤੇ, ਦੇਖੋ ਬਿਲਕੁਲ ਹੀ ਨਹੀਂ ਗਿਆ ਹੈਗਾ। ਕਿੱਥੇ ਤਾਰੀ, ਕਿੱਥੇ ਤੁਸੀਂ, ਕਿਆ ਗ੍ਰੇਟ ਪਰਸਨੈਲਿਟੀ ਜੀ ਚਾਚਾ ਜੀ, ਸਵਾਦ ਆ ਗਿਆ, ਸਿਰਾ ਲੱਗ ਗਿਆ। ਬੇਟਾ ਤੂੰ ਅੱਜ ਤੋਂ ਇੱਥੇ ਰਹੇ ਜੀ, ਅੱਜ ਤੋਂ ਇਹ ਮੇਰਾ ਪਤੀ ਸਾਡੇ ਘਰ ਦੇ ਵਿੱਚ ਸਾਡੇ ਨਾਲ ਹੀ ਰਹੂਗਾ, ਤੇਰੀ ਬਿਲਕੁਲ ਦਖਲ ਅੰਦਾਜ਼ੀ ਨਹੀਂ ਹੋਣੀ ਚਾਹੀਦੀ। ਸੋਰੀ ਚਾਚਾ ਜੀ, ਆ ਮੇਰਾ ਰੂਮ ਕਿੱਥੇ ਜੀ? ਆਪਣਾ ਉੱਪਰ ਚੜ ਕੇ ਨਾ ਖੱਬੇ ਹੱਥ ਨੂੰ ਦੂਜਾ ਕਮਰਾ। ਥੈਂਕ ਯੂ ਚਾਚਾ ਜੀ, ਚਾਹ ਤੇ ਮਿਲਦੇ ਆ ਦਈ ਵੀਰੇ। ਸੁਣਿਆ ਤੂੰ, ਹੁਣ ਖਿਆਲ ਰੱਖੇ। ਮੈਡਮ ਜੀ ਬੇਬੇ ਨੇ ਨਿਹਾਲ ਨਾ ਐਂ ਨਹੀਂ ਸੀ ਰੱਖਿਆ, ਜਿੱਥੇ ਜਾਈਦਾ ਜਾਂ ਤਾਂ ਨਿਹਾਲ ਕਰ ਦੇ ਦੀ ਆ। ਮਿਲਦੇ ਆ ਜੀ। ਓ ਨਹੀਂ, ਕਮਾਲ ਦੀ ਗੱਲ ਆ ਨਿਹਾਲ ਸਿਆ, ਮੈਂ ਆਪਣੇ ਦੁੱਖੜੇ ਸੁਣਾਉਣਾ, ਜਿਹੜਾ ਸੁਣਦਾ ਉਹ ਪਤੰਦਰ ਹੱਸਣ ਲੱਗ ਜਾਂਦਾ। ਓ ਸੱਚੀ ਸਵਾਦ ਆ ਗਿਆ ਸਾ, ਆ ਕੀਤੀ ਹੈ ਜੱਟਾਂ ਵਾਲੀ ਗੱਲ, ਪੰਗਾ ਪਿਆ, ਕਬਰਿਆ ਕੁਬਰਿਆ ਨਹੀਂ, ਐਕਸ਼ਨ ਲਿੱਤਾ ਐਕਸ਼ਨ। ਐਕਸ਼ਨ ਤਾਂ ਲੈ ਲਿਆ, ਪਰ ਕੀ ਹੁਣ ਇਹ ਸੋਚਿਆ ਕਿ ਅੱਗੇ ਕੀ ਕਰਨਾ ਹੈ? ਉਹ ਕੁੜੀਏ ਇਹੋ ਜਿਹੇ ਕੰਮ ਦੇ ਵਿੱਚ ਅੱਗੇ ਪਿੱਛੇ ਨਹੀਂ ਦੇਖੀਦਾ ਹੁੰਦਾ, ਇਹ ਬਿਨਾਂ ਸੋਚੇ ਇੱਥੇ ਆਇਆ, ਹੁਣ ਬਿਨਾਂ ਸੋਚੇ ਹੀ ਅੱਗੇ ਤੁਰੂ। ਉਹ ਪਰ ਚਾਚਾ ਜੀ ਮੇਰੀ ਘੱਟੋ ਘੱਟ ਇੱਕ ਕੁੜੀ ਨਾਲ ਫੋਟੋ ਤੱਕ ਖਿਚਾ ਦਿਓ, ਉਹ ਪਿੰਡਾ ਤਾਈ ਨੇ ਮੇਰੀ ਬੇਬੇ ਦਾ ਗੱਲਾਂ ਸੁਣਾ ਸੁਣਾ ਬਲੱਡ ਪ੍ਰੈਸ਼ਰ ਵਧਾਇਆ ਪਿਆ ਹੋਣਾ, ਉਹਨਾਂ ਨੂੰ ਪਤਾ ਤਾਂ ਲੱਗ ਜਾਵੇ ਵੀ ਨਿਹਾਲ ਕੈਨੇਡੇ ਪਹੁੰਚ ਗਿਆ। ਠੀਕ ਹੈ ਚਲੋ ਫਿਰ ਫੋਟੋ ਖਿਚਾਈਏ। ਡੈਡ ਫੋਟੋ ਕਰਨ ਦੀ ਗੱਲ ਛੱਡੋ, ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਤੁਹਾਨੂੰ ਪਤਾ ਵੀ ਉਹ ਰਹਿੰਦੀ ਕਿੱਥੇ? ਉਹ ਮੂਰਖਾ ਸਾਰੀ ਦੁਨੀਆਂ ਨੂੰ ਪਤਾ ਹੈ ਉਹ ਕਿੱਥੇ ਰਹਿੰਦੀ ਹੈ, ਕਦੇ ਅਖਬਾਰ ਵੀ ਪੜ ਲਿਆ ਕਰ, ਸ਼ਹਿਰ ਦੀ ਸਭ ਤੋਂ ਅਮੀਰ ਫੈਮਿਲੀ ਨੂੰ ਬਿਲੋਂਗ ਕਰਦੀ ਹੈ ਉਹ। ਚਾਚਾ ਜੀ ਜ਼ਿੰਦਗੀ 'ਚ ਪਹਿਲੀ ਵਾਰੀ ਕਿਸੇ ਕੁੜੀ ਦੀ ਵੇਟ ਕਰ ਰਿਹਾ, ਸਾਲਾ ਓਪਰਾ ਓਪਰਾ ਜਿਹਾ ਫੀਲ ਹੋ ਰਿਹਾ, ਪਤਾ ਨਹੀਂ ਕਦੋਂ ਆਊਗੀ। ਚਾਚਾ ਜੀ ਸਾਲੀ ਵਾਲੀ ਕੈਮਰਾ ਸਿਰਾ ਹੀ ਲਾਈ ਜਾਂਦੀ ਆ, ਫੋਟੋ ਵੀ ਟਪਾ ਦੀ ਇਹਨੇ ਤਾਂ। ਚਾਚਾ ਜੀ ਤੁਹਾਨੂੰ ਪਤਾ ਦੀਵਾਲੀ ਵੇਲੇ ਇੱਕ ਪਟਾਕਾ ਹੁੰਦਾ ਜਿਹੜਾ ਬਿਲਕੁਲ ਐਂਡ ਤੇ ਚਲਾਈਦਾ, ਜਿਹਦੇ ਵਿੱਚ ਚੱਕਰੀਆਂ ਅਨਾਰ ਫੁੱਲਚੜੀਆਂ ਬੰਬ ਗੋਲੇ, ਉਹ ਪਟਾਕਾ ਹੈ। ਓਏ ਹੋਏ ਹੋਏ, ਸਾਉਣ ਦਾ ਮਹੀਨਾ ਹੋਵੇ, ਮਿੰਨੀ ਮਿੰਨੀ ਕਣੀ ਪੈਂਦੀ ਹੋਵੇ ਤੇ ਜੱਟ ਬੈਠਾ ਹੋਵੇ ਜੌਂਡੀਅਰ ਤੇ ਸੁਹਾਗਾ ਫੇਰਦਾ, ਤੇ ਮੇਰੀ ਰਵੀਨਾ ਟੰਡਨ ਪਾ ਕੇ ਖੱਬੇ ਪੈਰ 'ਚ ਝਾਂਜਰ ਛਣ ਛਣ ਕਰਦੀ ਜੱਟ ਦਾ ਪੱਤਾ ਲੈ ਕੇ ਆਉਂਦੀ ਹੋਵੇ, ਸਵਾਦ ਹੀ ਆ ਜਾਵੇ। ਪਰ ਬੇਟਾ ਜੀ ਤੂੰ ਤਾਂ ਕਹਿੰਦਾ ਸੀਗਾ ਬਈ ਜੌਂਡੀਅਰ ਲੈਣ ਦੀਆਂ ਹਲੇ ਸਲਾਹਾਂ ਹੀ ਬਣ ਰਹੀਆਂ। ਉਹ ਚਾਚਾ ਜੀ ਅਭੀ ਤਾਂ ਸਲਾਹਾਂ ਹੀ ਬਣਦੀਆਂ ਨੇ, ਪਰ ਆਹ ਸਾਲੇ ਕਾਲੇ ਪੀਣੇ ਜੇ ਕੌਣ ਨੇ ਚਾਚਾ ਜੀ? ਇਹਦਾ ਪਾਪਾ ਐਮ ਪੀ ਯੂ ਪੀ ਆ। ਉਹ ਯਾਰ ਛੱਡ ਐਮ ਪੀ ਯੂ ਪੀ ਨੂੰ, ਆਪਾਂ ਇਹਦੇ ਨਾਲ ਫੋਟੋ ਖਿਚਾਈਏ, ਚੱਲ ਬੈਠ ਗੱਡੀ 'ਚ। ਨਿਹਾਲ ਬੇਟਾ ਜੀ ਇਹ ਹੈ ਆਪਣਾ ਵੈਂਕੂਵਰ ਦਾ ਡਾਊਨ ਟਾਊਨ। ਕੀ ਹੈ ਜੀ? ਜਾਣੀ ਕਿ ਆਪਣੇ ਪਿੰਡ ਦੀ ਜਿਵੇਂ ਸੱਥ ਹੁੰਦੀ ਹੈ ਨਾ, ਇਹ ਸੱਥ ਹੈ। ਅੱਛਾ ਜੀ। ਨਹੀਂ ਸਮਝਿਆ? ਨਹੀਂ, ਐ ਸਮਝ ਲੈ ਬਈ ਜਿਵੇਂ ਚੰਡੀਗੜ੍ਹ ਦਾ 17 ਸੈਕਟਰ ਇਹ 17 ਸੈਕਟਰ ਹੈ। ਇਹਦਾ ਮਤਲਬ ਅੱਗੇ ਮੁੜ ਕੇ ਫੁਹਾਰਾ ਜੀ? ਫੁਹਾਰਾ ਫੁਵਰਾ ਕੁਛ ਨਹੀਂ ਹੈ ਇੱਥੇ, ਬਸ ਤੂੰ ਰੌਣਕ ਮੇਲਾ ਦੇਖ ਚਾਰੇ ਪਾਸੇ। ਪਰ ਆਪਣੀ ਰਵੀਨਾ ਟੰਡਨ ਤਾਂ ਕਿਤੇ ਦੇਖਦੀ ਨੀ ਜੀ। ਉਹ ਵੀ ਦਿਖ ਜਾਓ ਕਿਤੇ ਨਾ ਕਿਤੇ। ਆਹੋ ਖੜੀ
ਆ ਸਾਹਮਣੇ ਬਸ ਹੁਣ ਤੁਸੀਂ ਮੜਾ ਜਾ ਤਰੀਕੇ ਨਾਲ ਕਿਤੇ ਉਹੀ ਨਾ ਊਟ ਪਟਾਂਗ ਹਾਂ ਤੂੰ ਘਬਰਾ ਨਾ ਅੱਜ ਤੂੰ ਦੇਖੀ ਇਹ ਜੀ ਮੈਂ ਕਮਾਲ ਦੀ ਫੋਟੋ ਖਿੱਚਣ ਲੱਗਿਆ ਹੈ ਨਾ ਮਨ ਜਾਏਗੀ ਤੂੰ ਵੀ ਹਾਏ ਕੁੜੀ ਐਡੀ ਸੋਹਣੀ ਲੱਗ ਰਹੀ ਨਾ ਕੈਮਰੇ ਅੰਕਲ ਫੋਟੋ ਖਿੱਚੋ ਬੇਟਾ ਖਿੱਚ ਰਿਹਾ ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ ਆ ਦੇਖੀ ਕਿਆ ਵਧੀਆ ਫੋਟੋ ਖਿੱਚਾਂਗਾ ਮੈਂ ਖਿੱਚਦੇ 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 ਸਤਿ ਸ਼੍ਰੀ ਅਕਾਲ ਜੀ ਜਵਾਨੀ ਦਤਰ ਮਿੰਦਰ ਹੋਵੇ ਮੰਨਦਾ ਹੁਣ ਆਪਣੇ ਚਾਚੇ ਨੂੰ ਕੁੜੀ ਕਿੱਥੇ ਆ ਓਹੋ ਤੂੰ ਟੈਨਸ਼ਨ ਕਿਉਂ ਲੈਂਦਾ ਤੇਰੀ ਫੋਟੋ ਖਿੱਚੀ ਜਾਣੀ ਹੈ ਫੋਟੋ ਤਾਂ ਖਿੱਚੂਗੀ ਜੇ ਕੁੜੀ ਲੱਭੂਗੀ ਓਹੋ ਕੁੜੀ ਵੀ ਲੱਭ ਜੂਗੀ ਉਹ ਖੜੀ ਆ ਤੇਰੀ ਰਵੀਨਾ ਟੰਡਨ ਗਦਕਾਰ ਪਲੀਜ਼ ਹੁਣ ਤੂੰ ਫੋਟੋ ਚਾਜਰਾ ਖਿੱਚਦੀ ਬੇਬੀ ਦੀ ਤਾਂ ਤਾਂ ਹੋ ਜੀ ਪਿੰਡ ਚ ਉਹ ਹੋ ਜੂ ਤਾਂ ਤਾਂ ਨੇ ਹੁਣ ਤੂੰ ਜਾ ਵਾਟ ਆਰ ਯੂ ਸੇਇੰਗ ਥੈਂਕ ਗੋਡ ਫॉर दैट ਨੋ ਜੋ ਨਿਹਾਲ ਕੁੜੀ ਦੇ ਕੋਲ ਨੂੰ ਹੋਏ ਨਾ ਉਦੋਂ ਕਲਿੱਕ ਕਰੀ ਵਨ ਸੈਕ ਅਜੇ ਨਾ ਕਰੀ ਠਹਿਰ ਥੋੜਾ ਜਾ ਯਾ ਲਾਈਕ ਦੈਟ ਮੈਂ ਕਹਾਂਗਾ 1 2 3 ਓ ਡੈਮ I missed her. ਹਲੇ ਮੈਂ ਤੈਨੂੰ ਕਹੇ ਨਹੀਂ ਤੂੰ ਪਹਿਲਾਂ ਹੀ ਕੋੜਾ ਦੱਬਤਾ ਬਣ ਗਈ ਵੱਡੀ ਫੋਟੋਗ੍ਰਾਫਰ ਦੇਖ ਲੈ ਆ ਕੀ ਸੋਹਣੀ ਹੈ ਮੈਂ ਤਾਂ ਫੇਰ ਵੀ ਬੰਦੇ ਨਾਲ ਫੋਟੋ ਖਿੱਚੀ ਸੀਗੀ ਇਹ ਤਾਂ ਇਹਨੇ ਖਿੱਚੀ ਹੈ ਬੁੱਤ ਨਾਲ ਤੇਰੀ $8 ਲੱਗ ਜੂ ਮੈਂ ਨਾ 2 ਨਿੰਬੂ ਲੈ ਲਏ ਆਪਾਂ ਘਰ ਜਾ ਕੇ ਸ਼ਿਕੰਜ ਵੀ ਪੀਵਾਂਗੇ ਮੈਨੂੰ ਮਾਫ ਕਰੋ ਮੇਰੇ ਜੋੜੇ ਹੱਥ ਮੇਰੀ ਇੱਕ ਹੈਲਪ ਕਰੋਗੇ ਤੁਸੀਂ ਕੀ ਮੇਰੀ ਕੋਈ ਹੈਲਪ ਨਾ ਕਰਿਓ ਮੈਂ ਤਾਂ ਸਟੈਂਡ ਲਿਆ ਹੀ ਯਾਰ ਸਲੋ ਡਾਊਨ ਡੈਡ ਕੁਛ ਨਾ ਕੁਛ ਤਾਂ ਕਰਨਾ ਹੀ ਪੈਣਾ ਮੈਨੂੰ ਤਾਰੀ ਨੇ ਸੜੇ ਨੇ ਫੋਟੋ ਤਾਂ ਸਿਰੇ ਦੇ ਪੁਰਜੇ ਦੀ ਵਿਖਾਈ ਆ ਬੇਬੇ ਤੈਨੂੰ ਕੱਚ ਦੇ ਸਮਾਨ ਅੱਗੋਂ ਰੱਖੂਗੀ ਸਾਂਭ ਸਾਂਭ ਕੇ ਜੀ ਕਰਦਾ ਇਹਦੇ ਮੂਹਰੇ ਬੈਠ ਕੇ ਨਾ ਬਸ ਦੇਖੀ ਜਾਵਾਂ ਥੈਂਕਸ ਲੱਗਦਾ ਐ ਨਹੀਂ ਬਣਨੀ ਗੱਲ ਜਗਾੜ ਤਾਂ ਲਾਉਣਾ ਹੀ ਪੈਣਾ
बोलो जी सत श्री अकाल। यार आ की कीता, आवाज भी नहीं आई। दस दा जी है, सेवा कितने? वाहिगुरु तेरी आत्मा नु शांति बख्शे। और इन्ना टड़न चली हो मैडम, वो निकल गए जी। वो मैं कोशिश तो बड़ी की थी, फड़े नहीं गए जी। पर एक्सक्यूज मी, हु आर यू? माइंड योर ओन बिजनेस, ऑलराइट? टॉकिंग टू हर यार। मैडम वेरी गुड इंग्लिश जी, बट माइसेल्फ निहाल सिंह रियाल जी, पार्टी प्रेसिडेंट रुपदमन कॉलेज नब्बा। ऑलराइट, हूएवर यू आर, तुसी जो भी होगे इत्थे सीन ना क्रिएट करो प्लीज। पर मैं थोड़े लिए जी हो। पर मैडम मेरी गलता सुनो। हेलो, तू आई कदे ना बे, ठोले मार मार पोपड़ पाड़ दूं साले दा। टाटा हुण पैर मिद तो गरीब दा। चाचा जी अपने आप समझते की आप भैन फुकरी सड़ी कि मैं काट कर कुत्ती सड़ी। स्वाद आ गया गाल दा, तो सच्ची स्वाद आ गया। केरा पंजाब दा चेता करा देता तू, एक बार फिर गाल कट। चाचा जी मैं कही ना मेरी सड़ी बेइज्जती होगी, भैन फुकरी सड़ी। मजा आ गया। ए हुंदी आ गाल, एथे दा गाल कट लूंगे मुंह खींच के। स्टूपिड Idiot! गाल ओ हुंदी है जे मज नू गड्डी जाए ना, साढ़े दो दिन दूध न दबे, फिर गाल दा स्वाद है। कट एक बारी फिर। मैं कह जाना मेरी बेइज्जती होगी, भैन चार बंदे साले के दी। Who are you? यार फिर की हो गया जे कहता Who are you? पहले कदे नहीं किसी ने तेनू कहा Who are you? मैनू? हाँ। रामगढ़ वाली रिंपी ने कहा थी। दस दे की कहा सी रामगढ़ वाली ने। चाचा दारू पी के मैं ठरकी जा हो जाना तू। मैं कल्ला थोड़े ही हो जाता है, सारी दुनिया दारू पी के ठरकी हो जाती है। सुना की के हसिया ने बस एमी। चाचा मेनू साली कहंदी हु आर यू? हां बस जट ने चलाया जादू भर। हां दो चार दिन मगरों जट दे जिंद बार दी फिरदी सी। एवें पीती खादी जी। चाचा फोन ला लिया मैं। ओ जे नंबर पता नहीं साला 98154705 सी, पता नहीं साला 92-34 थी। चल कोई नहीं तू गल। हाँ की कहंदे? चाचा बैल बज दिया हले गल। अच्छा हेलो रिंपी मैं बोलदा। की कहंदे? चाचा गल कर दे पहला। की कहंदे दस? वे पिंड मासी दे गई। 1 2 3 मैं क्या किथे आ, वे पिंड मासी दे गई सी, की करदी सी कहती भाभी ना वई सी। ओ मैं क्या किथे आ, पिंड मासी दे गई सी, की करदी सी कहती भाभी ना वई। लग गई सी, ओ मैं क्या किथे है, पिंड मासी दे गई सी।
ਸਸਰੀਕਾਲ ਬੇਬੇ। ਸਸਰੀਕਾਲ ਪੁੱਤ, ਸਸਰੀਕਾਲ। ਕਿਉਂ ਨੋ ਕੋਲੇ ਜਾ ਕੇ ਬੇਬੇ ਨੂੰ ਭੁੱਲ ਗਿਆ? ਕਿੱਦਾਂ ਦੀਆਂ ਗੱਲਾਂ ਕਰਦੇ ਆ ਬੇਬੇ? ਕਿੱਥੇ ਆ ਪੁੱਤ? ਨੋ ਰਾਣੀ ਸਾਡੀ ਮੇਰੇ ਨਾਲ, ਮਤਲਬ ਮੈਨੂੰ ਡਾਊਨ ਟਾਊਨ ਘੁਮਾਉਣ ਲਿਆਈ ਆ। ਕਿੱਥੇ? ਡਾਊਨ ਟਾਊਨ ਸ਼ਹਿਰ ਹੁੰਦਾ ਬੇਬੇ, ਸ਼ਹਿਰ। ਹਾਂ ਉਹ ਬੇਬੇ, ਬਸ ਮੈਂ ਤਾਂ ਸਕੂਟਰ ਵਾਂਗੂ ਭਜਾਈ ਫਿਰਦੀ ਆ, ਕਦੇ ਰਿਸ਼ਤੇਦਾਰੀਆਂ ਕਦੇ ਸਾਲੀਆਂ, ਬਸ ਗੱਲਾਂ ਹੀ ਛੱਡਦੇ, ਚਾਰੇ ਪਾਸੇ ਜੀਜਾ ਜੀ ਜੀਜਾ ਜੀ ਹੁੰਦੀ ਆ। ਅੱਜ ਤਾਂ ਸੇਵੀਆਂ ਖੜਾਈਆਂ, ਮੈਨੂੰ ਆਪਦੇ ਹੱਥੀ ਬਣਾਈਆਂ ਸੀ ਤੇਰੀ ਨੂੰਹ ਨੇ। ਸੇਵੀਆਂ ਬਣਾ ਕੇ ਖਵਾਈਆਂ ਹੱਥਾਂ ਨਾਲ? ਮੇਰਾ ਹੀ ਝੂਠ, ਭਲਾ ਕਨੇਡਾ ਵਾਲੀ ਨੂੰ ਵੀ ਸੇਵੀਆਂ ਬਣਾਉਣੀਆਂ ਆਉਂਦੀਆਂ ਹੋਣੀਆਂ। ਕਹਿਤਾ ਉਹਨੂੰ ਗੱਲ ਕਰਾਵੇ ਮੇਰੀ ਨੂੰਹ ਰਾਣੀ ਨਾਲ। ਆ ਲੈ, ਤੇਰੀ ਤਾਈ ਗੱਲ ਕਰਨਾ ਚਾਹੁੰਦੀ ਆ ਨੂੰਹ ਰਾਣੀ ਦੇ ਨਾਲ। ਗੱਲ ਕਰਨੀ ਆ ਤਾਈ ਨੇ, ਕਦੇ ਆਪਦੀ ਨੂੰਹ ਨਾਲ ਗੱਲ ਨਹੀਂ ਕੀਤੀ ਹੈਗੀ, ਦੂਜਿਆਂ ਦੀਆਂ ਨੂੰਹਾਂ ਨਾਲ ਗੱਲਾਂ ਕਰਨੀਆਂ ਨੇ। ਫੱਫੇ ਕੁੱਟਣੀ ਤਾਈ, ਮੈਂ ਨਹੀਂ ਕਰਾਉਂਦਾ। ਬਹੁਤੀਆਂ ਗੱਲਾਂ ਨਾ ਕਰ, ਮੇਰਾ ਵੀ ਜੀ ਕਰਦਾ, ਗੱਲ ਕਰਵਾ। ਬੇਬੇ ਤੇਰੀ ਨੂੰਹ ਹੈ, ਤੂੰ ਜੀ ਸੱਦ ਕੇ ਗੱਲ ਕਰ। ਪਰ ਉਹ ਆਪਣੇ, ਹੈਲੋ ਬੇਬੇ, ਹੈਲੋ ਹੈਲੋ ਨਿਹਾਲ, ਹੈਲੋ। ਲੱਗਦਾ ਫੋਨ ਕੱਟਿਆ ਗਿਆ। ਕੀ ਪਤਾ ਕੱਟਿਆ ਗਿਆ ਕਿ ਕੱਟਤਾ, ਇਹ ਤਾਂ ਹੁਣ ਪਰਮਾਤਮਾ ਹੀ ਜਾਣਦਾ। ਲੈ ਆ ਗਿਆ। ਹੈਲੋ ਨਿਹਾਲ। ਹੈਲੋ, ਸਤਿ ਸ੍ਰੀ ਅਕਾਲ ਬੇਬੇ, ਜਸਨੀਤ ਬੋਲ ਰਹੀ ਹਾਂ, ਕੀ ਹਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ ਧੀਏ, ਜਿਉਂਦੀ ਰਹਿ, ਬੁੱਢ ਸੁਹਾਗਣ ਹੋਵੇ, ਅਸੀਂ ਤਾਂ ਕਦੋਂ ਦੇ ਤੈਨੂੰ ਉਡੀਕਦੇ ਆ। ਓ ਰੀਅਲੀ ਬੇਬੇ, ਮੈਂ ਵੀ ਤੁਹਾਨੂੰ ਬਹੁਤ ਮਿਸ ਕਰਦੀ ਹਾਂ, ਪਰ ਤੁਸੀਂ ਚਿੰਤਾ ਨਾ ਕਰੋ, ਅਸੀਂ ਜਲਦੀ ਤੁਹਾਨੂੰ ਮਿਲਣ ਆ ਰਹੇ ਹਾਂ। ਆ ਬੇਟਾ, ਆਪਦੀ ਤਾਈ ਨਾਲ ਗੱਲ ਕਰ ਲੈ, ਮੈਂ ਫੋਨ ਸਪੀਕਰ ਤੇ ਲਾਉਣ ਲੱਗੀ ਹਾਂ। ਤਾਈ ਸਪੀਕਰ ਤੇ? ਹੈਲੋ ਤਾਈ। ਹਾਂ ਕੁੜੇ, ਕੀ ਹਾਲ ਹੈ ਨੂੰ ਰਾਣੀਏ? ਹਾਂ, ਫੋਨ ਸਪੀਕਰ ਤੇ ਕਿਉਂ ਲਵਾਇਆ? ਗੁਰਦੁਆਰੇ ਵਾਲੇ ਸਪੀਕਰ ਤੇ ਲਵਾ ਦੇਣਾ ਸੀ। ਸਾਰੇ ਪਿੰਡ ਨੂੰ ਸੁਣਾ ਦੇ ਤਾਈ, ਸੂਹਾਂ ਲੈਂਦੀ ਫਿਰਦੀਆਂ ਤੂੰ ਲੋਕਾਂ ਦੇ ਘਰਾਂ ਦੀਆਂ। ਸਭ ਪਤਾ ਮੈਨੂੰ, ਤਾਈ ਨੂੰ ਕਰਕੇ ਫੋਨ, ਤੇਰਾ ਸਪੀਕਰ ਬੰਦ ਕਰਾਉਣਾ ਹੀ ਬਣਾ ਮੈਨੂੰ। ਹਾਂ ਕੁੜੇ, ਬੰਦ ਕਰ ਇਹਨੂੰ ਫੂਕਣੇ ਨੂੰ, ਇਹ ਤਾਂ ਭੌਂਕਣ ਲੱਗਿਆ ਵਾਲਾ ਦਾਲਾ ਨਹੀਂ ਵੇਖਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੈਲੋ ਨਿਹਾਲ। ਹਾਂ ਤੂੰ ਤਾਈ ਨੂੰ ਇਹਨਾਂ ਉੱਖ ਕੇ ਬੋਲਿਆ? ਉਹ ਇਹਨਾਂ ਕਰਕੇ ਤਾਂ ਸਾਰੇ ਪੰਗੇ ਪਏ ਨੇ, ਮੈਨੂੰ ਕਹਿੰਦੇ ਫੋਟੋ ਨੀ ਕੁੜੀ ਲੈ ਕੇ ਆ, ਕੁੜੀ ਗਾਂਸ ਵਾਲੀ ਸਮਾਨ ਪੈਕ ਕਰੀ ਬੈਠੀ ਆ ਵੀ ਜਿਹੜੀ ਮੈਂ ਕਹੂੰਗਾ ਚੱਲ ਤੇ ਚੱਲ ਪੂਗੀ। ਫੋਟੋ ਨੇ ਪੰਗੇ ਪਾ ਕੇ ਰੱਖਤੇ। ਚੰਗਾ ਹੁੰਦਾ ਨਾ ਜੇ ਬੇਬੇ ਨੂੰ ਮੇਰੀ ਫੋਟੋ ਦਿਖਾਈ ਹੁੰਦੀ। ਅੱਛਾ, ਫਿਰ ਤਾਂ ਬੇਬੇ ਨੇ ਮੈਨੂੰ ਆਉਣ ਹੀ ਨਹੀਂ ਸੀ ਦੇਣਾ। ਨਿਹਾਲ
ਚੋ ਆਸ਼ਕੀ ਕਰਦੀ ਹੈ ਤਾਂ ਫੱਟ ਬਾਕੀ, ਬੰਦੇ ਚੋ ਡਰ ਕਰਦੀ ਹੈ ਤਾਂ ਚੱਟ ਬਾਕੀ। ਕੀ ਨਾਂ ਦੱਸਿਆ ਆਪਣਾ? ਨਿਹਾਲ। ਵੈਰੀ ਗੁੱਡ। ਨਾ ਸਾਡੀ ਕਿਸੇ ਨਾਲ ਕੋਈ ਲਾਗ ਡਾਟਾ ਹੈ, ਨਾ ਕਿਸੇ ਨਾਲ ਕੋਈ ਦੁਸ਼ਮਣੀ ਹੈ। ਫਿਰ ਪਤਾ ਨਹੀਂ ਮੇਰੀ ਭਤੀਜੀ ਤੇ ਅਟੈਕ ਕੌਣ ਕਰਵਾ ਰਿਹਾ, ਕੌਣ ਬਣਿਆ ਮੇਰੀ ਬੱਚੀ ਦੀ ਜਾਨ ਦਾ ਦੁਸ਼ਮਣ? ਸਿੱਧੂ ਸਾਹਿਬ, ਮੈਂ ਪੱਕਾ ਤਾਂ ਨਹੀਂ ਕਹਿ ਸਕਦਾ, ਪਰ ਪਿਛਲੇ ਮਹੀਨੇ ਦੀ 20 ਤਰੀਕ ਨੂੰ ਕਿਸੇ ਨੇ ਜਸਨੀਤ ਦੇ ਫਾਦਰ ਦੀ ਵਸੀਅਤ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਦੇ ਅਨੁਸਾਰ ਜੇ 21 ਸਾਲ ਦੀ ਹੋਣ ਤੋਂ ਪਹਿਲਾਂ ਜਸਨੀਤ ਨੂੰ ਕੁਝ ਹੋ ਜੇ ਤਾਂ ਸਾਰੀ ਦੀ ਸਾਰੀ ਪ੍ਰੋਪਰਟੀ ਰਿਸ਼ਤੇਦਾਰਾਂ ਦੇ ਬਰਾਬਰ ਵੰਡੀ ਜਾਏਗੀ। ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਦੇਖੋ, ਮੈਨੂੰ ਗਲਤ ਨਾ ਸਮਝੋ, 1 ਮਹੀਨਾ ਪਹਿਲਾਂ ਹੀ ਡਾਕੂਮੈਂਟ ਲੀਕ ਆਊਟ ਹੋਏ ਨੇ ਤੇ ਉਦੋਂ ਤੋਂ ਹੀ ਜਸਨੀਤ ਤੇ ਅਟੈਕ ਹੋ ਰਹੇ ਨੇ। ਮੈਨੂੰ ਲੱਗਦਾ ਇਹਨਾਂ ਦੋਨਾਂ ਗੱਲਾਂ ਦਾ ਆਪਸ ਵਿੱਚ ਕੋਈ ਨਾ ਕੋਈ ਕਨੈਕਸ਼ਨ ਜ਼ਰੂਰ ਹੈ। ਹੋ ਸਕਦਾ ਹੈ। ਤੂੰ ਇੱਕ ਕੰਮ ਕਰ ਬੇਟੀ, ਮੈਂ ਤਾਂ ਕਹਿੰਦਾ 2 ਮਹੀਨੇ ਘਰੋਂ ਬਾਹਰ ਹੀ ਨਾ ਨਿਕਲ। ਤੇ ਜੇ ਦੁਸ਼ਮਣ ਘਰ 'ਚ ਹੀ ਬੈਠਾ ਹੋਵੇ? ਫਿਰ ਤੇਰਾ ਕੀ ਮਤਲਬ ਹੈ? ਮੈਂ ਆਪਣੀ ਭਤੀਜੀ ਤੇ ਅਟੈਕ ਕਰਵਾ ਰਿਹਾ? ਤੁਹਾਨੂੰ ਤੇ ਆਪਣਾ ਹੀ ਬਾਲਾ ਖਾ ਰਿਹਾ, ਮੈਂ ਕਿਸੇ ਤੇ ਉਂਗਲ ਨਹੀਂ ਚੁੱਕੀ। ਮੇਰੀ ਭਤੀਜੀ ਹੈ ਉਹ, ਮੇਰਾ ਆਪਣਾ ਖੂਨ, ਤੇਰੇ ਵਾਂਗੂ ਮਤਲਬ ਹੀ ਨਹੀਂ ਜੋ ਆਉਂਦੇ ਹੀ ਮੇਰੇ ਭਰਾ ਨੂੰ ਖਾ ਲਏ। 1 ਮਹੀਨਾ ਹੋਇਆ ਸੀ ਵਿਆਹ ਹੋਇਆ, ਮੇਰਾ ਭਰਾ ਐਕਸੀਡੈਂਟ 'ਚ ਮਾਰਿਆ ਗਿਆ। ਮੈਨੂੰ ਤਾਂ ਉਹ ਵੀ ਤੇਰੇ 'ਤੇ ਸ਼ੱਕ ਹੈ, ਤੂੰ ਹੀ ਕੀਤਾ ਸ਼ਿਕਾਰਾ, ਹੁਣ ਚਲਿੱਤਰ ਕਰਦੀ ਹੈ ਸਾਡੇ ਸਾਹਮਣੇ। ਬੇਟਾ ਤੂੰ ਮੇਰੇ ਕੋਲ ਰਹਿ, ਮੈਂ ਦੇਖਦਾ ਤੇਰੇ 'ਤੇ ਕੌਣ ਕਰਦਾ ਅਟੈਕ। ਹਾਂ ਹਾਂ, ਲੈ ਜਾ ਮੇਰੀ ਬੇਟੀ ਨੂੰ ਆਪਣੇ ਨਾਲ, ਤਾਂ ਕਿ ਉਹਦੀ ਕੋਈ ਹੁੱਕ ਸੁੱਕੀ ਨਾ ਲੱਗੇ। ਇੱਕ ਮਿੰਟ ਮੋਮ, ਕੈਨ ਯੂ ਗਾਇਸ ਪਲੀਜ਼ ਸਟਾਪ ਫਾਈਟਿੰਗ? ਅੰਕਲ, ਇਫ ਯੂ ਰੀਅਲੀ ਕੇਅਰ ਫਾਰ ਮੀ, ਨਿਹਾਲ ਨੂੰ ਮੇਰੇ ਬੋਡੀ ਗਾਰਡ ਲਈ ਹਾਇਰ ਕਰ ਲਿਆ। ਐਜ਼ ਯੂ ਵਿਸ਼ ਬੇਟਾ। ਬੇਟਾ, ਕੀ ਤੁਸੀਂ ਜਸਨੀਤ ਦੇ ਬੋਡੀ ਗਾਰਡ ਦੀ ਜੌਬ ਲੈਣ ਲਈ ਤਿਆਰ ਹੋ? ਫੁੱਲ ਤਿਆਰ ਹੈ ਜੀ। ਸੋਚ ਲਓ ਬੇਟਾ, ਤੁਹਾਨੂੰ ਹਰ ਟਾਈਮ ਜਸਨੀਤ ਦੇ ਨਾਲ ਰਹਿਣਾ ਪੈਣਾ। ਸੋਚਣ ਵਾਲੀ ਕੀ ਗੱਲ ਹੈ ਜੀ, 24 ਆਵਰ ਸਰਵਿਸ ਹੈ ਜੀ, ਡੈਡੀਕੇਸ਼ਨ ਨਾਲ ਜੌਬ ਕਰੀ ਦੀ ਹੈ ਜੀ। ਗੁੱਡ, ਬਸ ਫਿਰ ਠੀਕ ਹੈ। ਜਦੋਂ ਤੱਕ ਜਸਨੀਤ ਪੂਰੇ 21 ਸਾਲਾਂ ਦੀ ਨਹੀਂ ਹੋ ਜਾਂਦੀ ਉਦੋਂ ਤੱਕ ਉਹਦੀ ਜਾਨ ਦੀ ਰਖਵਾਲੀ ਕਰਨ ਦੀ ਜ਼ਿੰਮੇਵਾਰੀ ਤੁਹਾਡੀ। ਤੁਸੀਂ ਚਿੰਤਾ ਹੀ ਨਾ ਕਰੋ ਜੀ, ਡੋਂਟ ਟੇਕ ਚਿੰਤਾ। ਮੈਂ ਕਿਹਾ ਜੀ, 21 ਸਾਲ ਛੱਡੋ, 99 ਸਾਲਾਂ ਤੱਕ ਜ਼ਿੰਮੇਵਾਰੀ ਮੇਰੀ ਜੀ। ਦੈਟਸ ਗੁੱਡ ਬੇਟਾ, ਥੈਂਕ ਯੂ ਬੇਟਾ, ਥੈਂਕ ਯੂ। ਕਮਾਲ ਹੈ, ਪਿੰਡ ਲੋਕੀ ਨਿਹਾਲ ਸਿੰਘ ਤੋਂ ਆਪਣੀਆਂ ਕੁੜੀਆਂ ਬਚਾਉਂਦੇ ਸੀ, ਇੱਥੇ ਕੁੜੀ ਬਚਾਉਣ ਲਈ ਨਿਹਾਲ ਸਿੰਘ ਨੂੰ ਰੱਖਿਆ ਜਾ ਰਿਹਾ। ਸਮਾਰਟ ਲੋਕ ਨੇ ਕੈਨੇਡੇ ਦੇ, ਨਿਹਾਲ ਸਿੰਘ ਦਾ ਟੈਲੈਂਟ ਸਮਝ ਕੇ।
So Nihal, what do you want to have? Na ji, bas ye kuch nahi peena pona ji. Matlab kuch ta le le, coffee, cold drink, something. Is time ji coffee, cold drink. Kyun? Is time matlab? Is time nu ta jadd dost din peg la ke sutte pe hunde ji. Ta fir la le. Peg la la. Ha, have one. Acha ji. Par dekho ji, main duty de time ch dar dur peen de hak ch hai nahi. Bodyguard ni, main kada police wala vi jada ton aya farunga. Par tusi kehne ho ta ਪਿੱਕ ਲਾ ਲੈ ਜੀ ਬਟ ਮੈਨੂੰ ਰੋਕ ਦਿਓ ਜੀ ਦੇਖੋ ਮੈਂ ਨਾ ਇੱਕ ਪੈਗ ਤੋਂ ਬਾਅਦ ਫਿਰ ਮੈਂ ਥੋੜਾ ਜਿਹਾ ਤਾਂ ਵੀ ਡੱਫ ਜਾਣਾ ਕਈ ਵਾਰੀ ਹਾਂਜੀ ਚੱਲ ਲਾ ਲੈ ਜੀ ਰੋਕ ਲੈਂਗੇ ਮੈਡਮ ਜੀ ਉਦਾਂ ਤਾਂ ਗੱਲ ਕੋਈ ਨੀ ਆ ਸਲੀ ਨਾ ਦਾਰੂ ਪੀ ਕੇ ਨਾ ਜੀ ਸਾਡੇ ਸਾਡਾ ਪਿਆਰ ਜਾਗ ਜਾਂਦਾ ਦਿਲ ਦੀ ਗੱਲ ਕਹਿਣ ਨੂੰ ਜੀ ਕਰ ਆਉਂਦਾ ਵੀ ਜਿਵੇਂ ਹੁਣ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਮਤਲਬ ਕਹਿ ਦੇਵੇ ਵੀ ਜਿਵੇਂ ਆਈ ਲਵ ਯੂ ਮੈਡਮ ਜੀ ਨਹੀਂ ਨਹੀਂ ਮਤਲਬ ਐ ਨਹੀਂ ਵੀ ਜੇ ਬੰਦਾ ਪਿਆਰ ਕਰਦਾ ਹੋਵੇ ਤੇ ਉਹਦੀ ਗਰਲਫ੍ਰੈਂਡ ਸਾਹਮਣੇ ਬੈਠੀ ਹੋਵੇ ਉਹਦੇ ਕਹਿਣ ਨੂੰ ਮਤਲਬ ਜੀ ਕਰ ਆਉਂਦਾ ਸਾਲੀ ਦਲੇਰੀ ਰਹਿ ਜਾਂਦੀ ਹੈ ਹਨਾ ਉੱਥੇ ਮੈਡਮ ਅੱਜ ਹੁਣ ਜਦੋਂ ਸਾਲੀ ਪੀ ਲਈ ਆ ਮੈਂ ਤੁਹਾਨੂੰ ਦੱਸ ਦੇਣਾ ਬਈ ਤੁਸੀਂ ਸੋਹਣੇ ਬਹੁਤ ਮੈਡਮ ਕੰਮ ਸਾਲਾ ਤੇਰਾ ਹੀ ਆ ਮੈਂ ਜਦੋਂ ਪਹਿਲੀ ਵਾਰੀ ਦੇਖਿਆ ਨਾ ਤੁਹਾਨੂੰ ਮਤਲਬ ਦਿਲੋਂ ਆਵਾਜ਼ ਨਿਕਲੀ ਦਿਲੋਂ ਅੰਦਰ ਤੇ ਬੇਸਾਲੀ ਚੋਬਰ ਪਈ ਆ ਜਮਾ ਹੀ ਚੋਬਰ 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 ਮਤਲਬ ਜੀ ਜਿਵੇਂ ਗੁੰਦਮਾ ਜਿਹਾ ਮਾਲ ਮੈਡਮ ਜੀ ਤੁਸੀਂ ਮੈਨੂੰ ਲੱਗਦਾ ਗੱਲ ਸਮਝ ਗਏ ਬਈ ਯੂ ਆਰ ਵੈਰੀ ਬਿਊਟੀਫੁਲ ਥੈਂਕ ਯੂ ਨਿਹਾਲ ਅੰਗਰੇਜ਼ੀ ਫਿਲਮ ਦੀ ਹੀਰੋਇਨ ਹੁੰਦੀ ਨਾ ਸੇਮ ਟੂ ਸੇਮ ਡਿੱਟੋ ਹੀ ਬਸ ਤੂੰ ਅੰਗਰੇਜ਼ੀ ਫਿਲਮਾਂ ਵੇਖਦਾ ਹਾਂ ਜੀ ਆ ਸਾਲੇ ਤਾਰੀ ਦੀ ਮੋਟਰ ਤੇ ਹੋਰ ਕੀ ਕਰੀਦਾ ਜੀ ਆਹੀ ਗੱਲ ਦੱਸਵਾ ਕਰੀਦਾ ਤਾਰੀ ਦੀ ਮੋਟਰ ਤੇ ਕੀ ਕਿਹੜੀ ਫਿਲਮ ਵੇਖੀ ਤੂੰ ਤਾਰੀ ਦੀ ਮੋਟਰ ਤੇ ਤੁਸੀਂ ਛੱਡੋ ਜੀ ਉਹ ਤਾਂ ਬਸ ਪਰ ਉਹਦਾ ਮੈਂ ਟਿਟੈਨਿਕ ਵੀ ਦੇਖੀ ਜੀ ਮੋਬਾਈਲ 'ਚ ਮੋਬਾਈਲ ਤੇ ਕਿਉਂ ਵੇਖੀ ਘਰ ਟੀਵੀ ਤੇ ਕਿਉਂ ਨਹੀਂ ਵੇਖੀ ਮੈਡਮ ਐਸੀਆਂ ਫਿਲਮਾਂ ਘਰੇ ਤੋਂ ਨਾ ਦੇਖੀਦੀਆਂ ਨੇ ਜੀ ਅਰੇ ਸਾਫ ਸੁਥਰੀ ਤਾਂ ਫਿਲਮ ਹੈ ਟਿਟੈਨਿਕ ਕਿਰਦਾਰ ਦੀ ਗੱਲ ਕਰਦੇ ਜੀ ਉਹ ਤਾਂ ਸਾਲਾ ਜਹਾਜ਼ ਟਾਈਮ ਸਿਰ ਡੁੱਬ ਗਿਆ ਉਹਨਾਂ ਨੇ ਤਾਂ ਗੰਦ ਪਾਉਣ ਦੀ ਪੂਰੀ ਤਿਆਰੀ ਕਰ ਲਈ ਸੀ ਹਾਂਜੀ ਸਾਰੇ ਪਿੰਡਕਾਂ ਪੁੰਡਕਾਂ ਬਣਾਈ ਗਏ ਜੀ ਸਾਰੇ ਪਿੰਡ ਦੇ ਮੋਬਾਈਲ ਵਾਲੇ ਮੁੰਡਿਆਂ ਕੋਲੇ ਮੋਬਾਈਲ ਦੇ ਵਿੱਚ ਆਓ ਫਿਲਮ ਕਈਆਂ ਨੇ ਤਾਂ ਸਾਲਿਆਂ ਨੇ ਸੀਲ ਹੀ ਘੱਟ ਘੱਟ ਉਹ ਪਾਇਆ ਹੋਇਆ ਤੁਸੀਂ ਵੀ ਕਹਿੰਦੇ ਹੋਵੋਗੇ ਮੈਡਮ ਕਿਹੜੇ ਸਾਲੇ ਮਹਾਤੜ ਨਾਲ ਪੰਗਾ ਪੈ ਗਿਆ ਮੈਡਮ ਕਹਿਣ ਦਾ ਮਤਲਬ ਹੈ ਵੀ ਇਹ ਸਾਲੀ ਅਮੀਰੀ ਗਰੀਬੀ ਹੈ ਨਾ ਮੈਡਮ ਇਹ ਕੁਛ ਨੀ ਇਹ ਸਮਾਂ ਹੈ ਬੰਦੇ ਦੇ ਦਿਲ ਮਾ ਪਿਆਰ ਹੋਣਾ ਚਾਹੀਦਾ ਇੱਕ ਅਮੀਰ ਗਰੀਬ ਨੂੰ ਪਿਆਰ ਕਰ ਸਕਦਾ ਇੱਕ ਗਰੀਬ ਅਮੀਰ ਨੂੰ ਪਿਆਰ ਕਰ ਸਕਦਾ ਸਹੀ ਗੱਲ ਹੈ ਨਿਹਾਲ ਪਿਆਰ ਚ ਕਦੇ ਕੋਈ ਅਮੀਰੀ ਗਰੀਬੀ ਨਹੀਂ ਹੁੰਦੀ ਸਹੀ ਗੱਲ ਪਿਆਰ ਬਸ ਪਿਆਰ ਹੀ ਹੁੰਦਾ ਜੇ ਅਮੀਰੀ ਗਰੀਬੀ ਦਾ ਕੋਈ ਫਰਕ ਹੁੰਦਾ ਸ਼ਾਇਦ ਮੇਰੀ ਜ਼ਿੰਦਗੀ ਚ ਰੂਪ ਨਹੀਂ ਹੁੰਦਾ ਰੂਪ ਉਹ ਜਿਹਨੂੰ ਮੈਂ ਪਿਆਰ ਕਰਦੀ ਹਾਂ ਹੁਣ ਕਿੱਥੇ ਰੂਪ ਮੈਡਮ ਰੂਪ ਰੂਪ ਜ਼ਿਆਦਾਤਰ ਅਮਰੀਕਾ ਹੀ ਰਹਿੰਦਾ ਬਿਜ਼ਨਸ ਦੇ ਸਿਲਸਿਲੇ 'ਚ ਤੁਹਾਡੇ ਤੇ ਐਡੇ ਵੱਡੇ ਵੱਡੇ ਹਮਲੇ ਹੋ ਰਹੇ ਨੇ ਤੇ ਰੂਪ ਅਮਰੀਕਾ ਬੈਠਾ ਰੂਪ ਨੂੰ ਪਤਾ ਹੀ ਨਹੀਂ ਹੈ ਨਿਹਾਲ ਕਿਉਂਕਿ ਮੈਂ ਉਹਨੂੰ ਦੱਸਿਆ ਹੀ ਨਹੀਂ ਇਹੀ ਸੱਚਾ ਪਿਆਰ ਹੈ ਜੇ ਮੈਂ ਉਹਨੂੰ ਇੱਕ ਵਾਰੀ ਦੱਸ ਦਿੰਦੀ ਉਹ ਭਜਿਆ ਇੱਥੇ ਆਉਂਦਾ ਤੇ ਮੈਂ ਨਹੀਂ ਚਾਹੁੰਦੀ ਸੀ ਕਿ ਮੈਂ ਆਪ ਰੂਪ ਨੂੰ ਡੇਂਜਰ 'ਚ ਪਾਵਾਂ ਉਹਦੀ ਜਾਨ ਨੂੰ ਵੀ ਤਾਂ ਖਤਰਾ ਹੋ ਸਕਦਾ ਹੈ ਸੱਚਾ ਪਿਆਰ ਇਹਨੂੰ ਕਹਿੰਦਾ ਮੈਂ ਫੋਨ ਕਰਕੇ ਆਇਆ ਹੈਲੋ ਔਰ ਤਾਰੀ ਤੈਨੂੰ ਸਲੇ ਹੀ ਕੁੜੀ ਲੱਭੀ ਸੀ ਇੱਕ ਤਾਂ ਪੰਜਾਬੀ ਨਹੀਂ ਬੋਲਦੀ ਉੱਤੋਂ ਸਲੇ ਇੰਨੇ ਅਮੀਰ ਖਾਨਦਾਨ ਦੀ ਕੁੜੀ ਆ ਉੱਤੋਂ ਪੰਜ ਪੰਜ ਬਾਡੀਗਾਰਡ ਉੱਤੋਂ ਸਾਲੀ ਨੇ ਬੁਆਏਫ੍ਰੈਂਡ ਵੀ ਰੱਖਿਆ ਹੋਇਆ ਉੱਤੋਂ ਬੇਬੇ ਨੇ ਖੁਸ਼ੀ ਚ ਖੰਡ ਪਾਠ ਰਖਾ ਲਿਆ ਗੁਰਦੁਆਰੇ ਉੱਤੋਂ ਬੇਬੇ ਨੇ ਸਾਰੇ ਪਿੰਡ ਨੂੰ ਫੋਟੋ ਦਿਖਾਤੀ ਉੱਤੋਂ ਖੁਸਰੇ ਤੁਹਾਡੇ ਘਰੇ ਨੱਚ ਕੇ 21,000 ਰੁਪਇਆ ਲੈ ਗਏ ਨਾਲੇ ਗੱਲ ਸੁਣ ਸ਼ੇਰਾ ਹੁਣ ਤਾਂ ਜਿਹੜਾ ਗੱਲ ਚ ਢੋਲ ਪਿਆ ਨਾ ਬਸ ਇਹਨੂੰ ਚੁੱਪ ਕਰਕੇ ਬਜਾਈ ਚੱਲ ਹਾਂ ਉਹ ਨਹੀਂ ਹੁਣ ਕੁਛ ਨਹੀਂ ਹੋ ਸਕਦਾ
कुछ नहीं हो सकता। हाँ सच, एक आइडिया है। तू ऐ कर, नब्बे वापस चला जा, ते जांदे सारी पिंड वाले आंदे ना पैरी पै जा, कहती मेरे तो गलती हो गई, भतीजे जवानी च गलती हो जाती है। एक मिनट ना निहाल, तू इना सैड के बैठा है, फिर की होया जे ओदा बॉयफ्रेंड हैगा, तू ओनू इत्थे अपनी गर्लफ्रेंड दा बनाउण आया नहीं सी, है ना? देख, तू ओदे डर नू अपनी ताकत बना, वैसे भी ओ तेरे ते विश्वास तां करदी है, नहीं ते तैनू रूप बारे क्यों दसदी? शी फील सेफ विद यू। निहाल, मैनू एक आइडिया आया यार, क्यों ना आपां मिलके ओनू इन्ना डराइए, इन्ना डराइए कि ओनू लगे कि ओ सिर्फ निहाल दे नाल सेफ फील करदी है, चाहे ओ इंडिया होवे चाहे कैनेडा। बाय द वे, कल दा ओदा की प्लान है? स्क्रैप यार्ड। किथे मर गया भाई, कुड़ी नूं डराउण दे चक्कर च किते आप ही ना डर गया होवे पतंदर, सड़ककारां दी कब्रस्तान च छड गया। टाइम भी बहुत हो गया यार। इट्स सॉर्टेड, थैंक यू, थैंक यू। छड़, कुड़ी नूं पिस्तौल दिखांदा, गोली मारेंगे दे, डरो ना जी, गल्ले कोई नहीं, इत्थे मार जट दे टका के मथे च, जे तेरी गोली च दामा इत्थे प्रॉपर, हैं, मार देखदा गया जट खड़ा। गोली खा के लंघी, जे बेबे को जोंद ली जानी है ना कुड़ी तक ने डच डना ही पैना साले। चल चल बैठ, फिर सोके 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 गड्डी बैठ। निहाले हो की रहे है, मेरी तो कुछ समझ नहीं आ रहा है, कौन है जो सब कुछ छड़ के मेरी जान दे पीछे पिया होया है, मैं किसी का की बिगाड़े है? सीधी जी गल है मैडम, दो हफ्ते तक तुसी 21 साल दे हो जाना ते तुहाडी सारी प्रॉपर्टी तुहाडे कोले आ जानी है, पर मैनू लगदा के ਤੁਹਾਡਾ ਆਪਣਾ ਹੀ ਕੋਈ ਇਹ ਗੱਲ ਚਾਹੁੰਦਾ ਨਹੀਂ ਗਾ ਕਿ ਤੁਸੀਂ ਆਪਣੀ ਪ੍ਰੋਪਰਟੀ ਦੇ ਮਾਲਕ ਬਣੋ। ਆਪਣੇ? ਵਾਟ ਡੂ ਯੂ ਮੀਨ? ਮੰਮੀ, ਚਾਚਾ ਜੀ? ਨੋ, ਦਿਸ ਇਜ਼ ਹਾਰਡ ਟੂ ਬਿਲੀਵ, ਪਰ ਜੋ ਕੋਈ ਵੀ ਹੈ,
पता तो मैं करके ही छड़ूंगी। पता कराने लिए मैडम पहला बंदे नूं जिंदा रहना पैना, ते जेडे हालात चल रहे ने ना, ना बहुता चिर तुसीं जिंदे रहना ते ना मैं, नाले इस बगाने मुल्क दे विच मैं किन्ना चिर तुहाडा बचा कर सकदा है। मेरी मनो आ दो हफ्ते जब तक तुसीं 21 सालां दे नहीं हो जांदे, बिना किसी नूं दस्से तो मेरे नाल पंजाब चलो। पंजाब? पंजाब। पर मेरा कौन है पंजाब च? हले भी पुछदे हो कि तुहाडा कौन है पंजाब च? निहाल सिंह मरदा मर जूगा, पर जसनीत कौर नूं तां तीवां नहीं लगन दिंदा। पर रूप, रूप नूं बिना दसे मैं नहीं जा सकदी, उहनूं तां मैनूं दसना ही पैणा। ओह विचारा खामखा आपां छपार दे मेले नहीं चले मैडम, यह मौत दा खेड है। थोनू तो मैं बचा लूंगा, पर तुहाडे रूप नूं कौन बचाऊगा? बथेरे लोगों ते भरोसा करके देख लिया तुसी, एक बारी निहाल सिंह ते भी भरोसा करके देख लो। देखी मेरा भरोसा तोड़ी नहीं। ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਪਿੰਡ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫੀਟ ਵਾਲਾ ਨਿਹਾਲ ਆਪਣੀ ਹੋਣ ਵਾਲੀ ਵਹੁਟੀ ਜਸਨੀਤ ਨੂੰ ਕੈਨੇਡਾ ਤੋਂ ਲੈ ਕੇ ਆ ਰਿਹਾ ਹੈ। ਉਹ ਕੀ ਹੋ ਗਿਆ ਤੈਨੂੰ? ਓਏ ਕਿਉਂ ਰੋਈ ਜਾਨੀ ਦੱਸ ਤਾਂ ਸਹੀ। ਮਾਮਾ ਜੀ ਮੈਂ ਬਰਬਾਦ ਹੋ ਗਈ, ਮੇਰੇ ਦਿਲ ਦੇ ਬਾਗ ਹੀ ਉਜੜ ਗਏ। ਮੈਂ ਤਾਂ ਆਪ ਹੈਰਾਨ ਹਾਂ, ਇਸ ਮਲੰਗ ਨੂੰ ਕੁੜੀ ਦੇ ਕੀ ਨਾ ਦਿੱਤੀ। ਤੁਸੀਂ ਤਾਂ ਕਹਿੰਦੇ ਸੀ ਉਹਦੇ ਕਰਮਾਂ 'ਚ ਕੋਈ ਮਾਤਾ ਪੰਛੀ ਵੀ ਨਹੀਂ ਹੈ। ਮਹਾਰਾਜ ਤਾਂ ਪੂਰੀ ਦੀ ਪੂਰੀ ਤੀਵੀਂ ਲੈ ਕੇ ਆ ਗਿਆ। ਉਹ ਪਤਾ ਨਹੀਂ ਨਿਹਾਲ ਕਿਸ ਮਿੱਟੀ ਦਾ ਬਣਿਆ ਹੋਇਆ, ਉਹ ਤਾਂ ਮੇਰੇ ਨਾਲ ਨਾਲ ਗ੍ਰਹਿਉਂ ਵੀ ਚੱਲ। ਮੈਂ ਹੈਰਾਨ ਹੈ, ਉਹ ਸਾਲਾ 9ਵੀਂ ਫੇਲ ਤੇ ਮੈਂ ਬੀਐਡ ਪਾਸ, ਉਹਨੂੰ ਕੈਨੇਡਾ ਦੀ ਕੁੜੀ ਦੇ ਕੀ ਨੇ ਦਿੱਤੀ? ਇਹ ਤਾਂ ਮੈਂ ਮੰਨਦੀ ਹਾਂ ਵੀ ਨਿਹਾਲ ਬੜਾ ਸਕੀਮੀ ਹੈ, ਪਰ ਇਹੋ ਜਿਹੀ ਕਿਹੜੀ ਸਕੀਮ ਲੜਾ ਗਿਆ ਬਈ ਕੈਨੇਡਾ ਦੀ ਕੁੜੀ ਕੱਢ ਲਿਆ। ਹਾਂਜੀ ਭੂਆ ਜੀ, ਤੁਸੀਂ ਚਾਹ ਪੀ ਚੱਲ ਗਏ। ਹਾਂ ਲੋਕੀ ਨੂੰ ਬਾਹਰ ਹੀ ਟੱਪਿਆ ਏ, ਲੈ ਇੰਨੀ ਛੇਤੀ ਵਾਲਾ ਟੱਪਿਆ ਆ, ਉਹ ਕਮਾਲ ਹੈ ਜਿਸ ਹਿਸਾਬ ਨਾਲ ਉਹਨੇ ਸਪੀਡ ਪੜੀ ਹੈ। ਸਾਲਾ ਕਿਤੇ ਗਾਹੀ ਨਾ ਲੰਘ ਜੇ, ਤੂੰ ਜਾ ਕੇ ਸੜਕ ਤੇ ਖੜ। ਤਾਰੀ ਪੁੱਤ ਮੈਨੂੰ ਇਹ ਦੱਸ ਕਿ ਸਾਰੇ ਕੰਮ ਹੋ ਗਏ ਕਿ ਨਹੀਂ? ਹਾਂ ਬਾਕੀ ਸਾਰੇ ਕੰਮ ਤਾਂ ਹੋ ਗਏ ਚਾਚੀ, ਬਸ ਇੱਕੋ ਕੰਮ ਰਹਿ ਗਿਆ। ਉਹ ਕਿਹੜਾ? ਦੇਖ ਸਾਰੇ ਬਹਿ ਗਏ ਚਾਚੀ, ਹੁਣ ਮੇਰੀ ਵੀ ਹੱਥ ਪੀਲੇ ਕਰ ਦੇ। ਮੈਂ ਤੈਨੂੰ ਕਿੰਨੀ ਵਾਰੀ ਕਿਹਾ ਖੱਖਰ ਵਾਲੇ ਬਾਬੇ ਦੇ ਜਾ ਕੇ ਚਾਦਰ ਚੜਾ ਦੇ। ਚਾਦਰ ਕੀ, ਮੈਂ ਤਾਂ ਬਿਸਤਰਾ ਝੋਣ ਨੂੰ ਤਿਆਰ ਹਾਂ, ਪਰ ਸਾਲਾ ਕਿਤੇ ਕੰਮ ਵੀ ਬਣੇ। ਸਟਾਪ 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 ਦ ਕਾਰ ਰਾਈਟ ਨਾਓ। ਉਹ ਕੀ ਹੋ ਗਿਆ ਹੁਣ? ਗੱਡੀ ਕਾਸ ਤੁਰ ਕਵਾਲੀ ਆ, ਉਹ ਪਿੰਡ ਹਲੇ ਬਹੁਤ ਦੂਰ ਆ, ਕਾਹਤੋਂ ਵਿਚਾਲੇ ਰੋਕ ਲਈ ਗੱਡੀ। ਹੈਲੋ ਮੈਡਮ ਜੀ, ਕੀ ਹੋਇਆ ਦੱਸੋ? ਨੋ ਵੇ, ਆਮ ਨੋਟ ਵੇਅਰਿੰਗ ਥਿਸ ਕਾਈਂਡ ਆਫ ਕਲੋਥਸ, ਬਲੱਡੀ ਬੈਡ ਸ਼ੀਟਸ, ਕਿੰਨੀ ਗਰਮੀ ਲੱਗੀ ਜਾਂਦੀ ਹੈ ਮੈਨੂੰ ਇਹਨਾਂ ਵਿੱਚ, ਮੈਂ ਨਹੀਂ ਪਾਣੇ ਇਹ ਕੱਪੜੇ। ਕਮਾਲ ਦੀ ਗੱਲ ਆ, ਪਹਿਲੀ ਕੁੜੀ ਆ ਜਿਹੜੀ ਕਹਿੰਦੀ ਮੈਂ ਕੱਪੜੇ ਨਹੀਂ ਪਾਉਣੇ ਹੈਗੇ। ਕਿੱਦਾਂ ਦੇ ਕੱਪੜੇ ਪਵਾਉਂਦੇ ਨੇ, ਕਾਰ ਦੇ ਏਸੀ 'ਚ ਵੀ ਗਰਮੀ ਲੱਗੀ ਜਾਂਦੀ ਹੈ। ਐਕਚੁਅਲੀ ਕਾਰ ਦਾ ਏਸੀ ਖਰਾਬ ਆ। ਚੱਲਦਾ ਹੈ ਭਾਜੀ? ਸੜਿਆ ਚਲਾਇਆ ਨਹੀਂ ਫਿਰ? ਭਾਜੀ ਤਾਰੀ ਭਾਜੀ ਨੇ ਪੈਸੇ ਨਾ ਉਹਨੇ ਸੀ ਦੇ ਦਿੱਤੇ ਨੇ। ਸਲਾਹ ਤਾਰੀ, ਇਹਨੇ ਸਾਰੇ ਕੱਪੜੇ, ਉਹ ਤੋਂ ਕਾਰ ਦਾ ਏਸੀ ਵੀ ਨਹੀਂ ਚੱਲਦਾ। ਆਈ ਨੀਡ ਅ ਚੇਂਜ, ਡਰਾਈਵਰ ਡਿੱਕੀ ਓਪਨ ਕਰੋ। ਜੀ ਮੈਡਮ। ਓਏ ਨੋ ਓਪਨ, ਬਾਬਾ ਤੂੰ ਕੱਪੜੇ ਨਹੀਂ ਬਦਲ ਸਕਦੀ ਜਸਨੀਤ। ਕਰ ਲੈਣ ਦੇ ਭਾਜੀ, ਥੱਪੜ ਮਾਰੂ ਸਾਲੇ ਦੇ ਮੈਂ। ਚੱਲ ਗੱਡੀ 'ਚ ਬੈਠ। ਅਬੇ ਜਸਨੀਤ ਦੇਖ, ਤੈਨੂੰ ਇੱਥੇ ਆਪਣਾ ਆਈਡੈਂਟੀ ਕਾਰਡ ਲੁਕੋ ਕੇ ਰੱਖਣਾ ਪੈਣਾ। ਆਈਡੈਂਟੀ ਕਾਰਡ? ਮਤਲਬ ਕਿ ਤੈਨੂੰ ਕੋਈ ਪਛਾਣ ਨਾ ਲਵੇ। ਪਰ ਇੱਥੇ ਮੈਨੂੰ ਕੌਣ ਪਛਾਣੇਗਾ? ਜਿੰਨਾ ਤੈਨੂੰ ਸਾਡੇ ਪਿੰਡ 'ਚ ਪਛਾਣਦੇ ਆ, ਸਾਰੀ ਦੁਨੀਆ 'ਚ ਨਹੀਂ ਪਛਾਣਦੇ ਹੋਣੇ। ਵਾਟ ਯਾਰ, ਜੇ ਛੋਟੇ ਛੋਟੇ ਕੱਪੜੇ ਪਾ ਕੇ ਘੁੰਮੇਗੀ, ਕੋਈ ਨਾ ਕੋਈ ਤਾਂ ਸਾਲਾ ਪਛਾਣੇ ਲਊਗਾ। ਅੱਜ ਕੱਲ੍ਹ ਪਿੰਡਾਂ ਦੇ ਵਿੱਚ ਇੰਟਰਨੈਟ, ਗੂਗਲਾਂ, ਸਭ ਕੁਝ ਚੱਲਦਾ। ਲੋਕ ਸਾਲੇ ਮੋਟਰਾਂ 'ਤੇ ਬੈਠ ਬੈਠ ਕੇ ਕੁੜੀਆਂ ਦੀਆਂ ਫੋਟੋਆਂ ਪ੍ਰਿੰਟ ਕਰਦੇ ਨੇ। ਮੇਰੀ ਗੱਲ ਸੁਣਾ, ਦੇਖ ਤੇਰੇ ਪਿੱਛੇ ਮੈਂ ਦਾੜੀ ਰੱਖ ਲਈ ਆ, ਆਪਣਾ ਆਈਡੈਂਟੀ ਕਾਰਡ ਮੈਂ ਬਦਲਦਾ ਵਾ। ਪਲੀਜ਼ ਟ੍ਰਾਈ ਟੂ ਅੰਡਰਸਟੈਂਡ, ਜਸਨੀਤ ਤੂੰ ਇੱਥੇ ਜਸਨੀਤ ਨਹੀਂ, ਜਸਨੀਤ ਕੌਰ ਹੈ। ਕੌਰ? ਕੌਰ ਦਾ ਮਤਲਬ ਟੌਰ। ਵੱਡਿਆਂ ਦਾ ਸਤਿਕਾਰ ਕਰੋ, ਛੋਟਿਆਂ ਨੂੰ ਪਿਆਰ ਕਰੋ, ਜੇ ਕੋਈ ਸ਼ੱਕ ਹੈ ਤਾਂ ਸਾਈਡ 'ਤੇ ਆ ਕੇ ਨਿਹਾਲ ਸਿੰਘ ਨਾਲ ਵਿਚਾਰ ਕਰੋ। ਹੁਣ ਚਲੋ ਗੱਡੀ 'ਚ ਬੈਠੋ, ਬਾਕੀ ਗੱਲਾਂ ਆਪਾਂ ਘਰੇ ਜਾਏ ਕਰਦੇ ਹਾਂ। ਫੋਰਐਵਰ। ਸ਼ੁਕਰ ਆ ਇੱਥੇ ਤਾਂ ਬਚ ਗਿਆ ਨਿਹਾਲ ਸਿੰਘ, ਹਾਲੇ ਘਰੇ ਜਾ ਕੇ ਪਤਾ ਨਹੀਂ ਕਿਹੜੇ ਕਿਹੜੇ ਝੂਠ ਬੋਲਣੇ ਪੈਣੇ ਆ। ਚੱਲ ਚਾਚੀ, ਹਲਵਾਈ ਨੇ ਸਾਰਾ ਕੰਮ ਰੈਡੀ ਕਰਤਾ, ਹੁਣ ਸੈੱਟ ਆ ਜਾਵਾਂ। ਚੱਲ ਹਾਂ, ਪੂਰਾ ਬੇਟਾ ਲੈ ਆ ਗਏ ਆ ਗਏ ਆ ਗਏ। ਆਹੋ ਜੀ ਆਹੋ ਜੀ, ਉਹ ਲੱਥੋ ਜੀ, ਮੇਰੀ ਮੰਮੀ ਨੂੰ ਨਾ ਬੇਬੇ ਕਹੀ। ਨੀ ਸਿੰਪੋ ਨੀ, ਆ ਜਾਓ ਨੀ ਆ ਜਾਓ, ਮੇਰਾ ਲਾਡਲਾ ਪੁੱਤ ਆ ਗਿਆ। ਮੰਮੀ ਨੂੰ ਨਾ ਬੇਬੀ ਵਧੀਆ ਲੱਗਦਾ। ਯੂ ਮੀਨ ਬੇਬੀ ਰਾਈਟ? ਬੇਬੀ ਨਹੀਂ,
ਬੇ 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 ਤੇਲ ਤਾਂ ਚੋ ਲੈਣ ਦੇ ਪੰਡਿਤ ਜੀ ਤੁਹਾਡੀਆਂ ਭਵਿੱਖਬਾਣੀਆਂ ਗਲਤ ਹੁੰਦੀਆਂ ਜਾਂਦੀਆਂ ਨੇ ਨਿਹਾਲ ਬੈਸਟ ਫਰੈਂਡ ਤਰਜੀਤ ਸਿੰਘ ਪੁਰਖਤਾਰੀ ਰਾਮ 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 ਐ ਹੋ ਨਹੀਂ ਸਕਦਾ ਇਹਦੇ ਵਿੱਚ ਜ਼ਰੂਰ ਕੋਈ ਭੇਦ ਹੈ ਚਾਰ ਕੁ ਦਿਨ ਦੇਖਦੇ ਆ ਸੱਚ ਆਪਣੇ ਆਪ ਸਾਹਮਣੇ ਆ ਜਾਓ ਹੈ ਠੀਕ ਹੈ ਆਓ ਚਲੀਏ ਸਲਿਆ ਮੇਰੀ ਬਾਰੀ ਤੂੰ ਤਾਂ ਸੱਚੀ ਲਾਇਆ ਓਏ ਸ਼ੁਕਰੀਆ ਮਿਹਰਬਾਨੀ ਹੱਥ ਬਾਲੀ ਕੋਲੇ ਨੇ ਕਨੇਡਾ ਵਾਲੀ ਦੇ ਓਏ ਤੈਨੂੰ ਕੀ ਦੱਸਾਂ ਜਸਨੀਤ ਤੈਨੂੰ ਪਤਾ ਸਾਡੇ ਪਿੰਡ ਆਖਰੀ ਵਿਆਹ ਕਦੋਂ ਹੋਇਆ ਸੀ ਵੈਨ ਸਨ 93 ਚ ਜਦੋਂ ਵੱਡੇ ਹੜ ਆਏ ਸੀ ਹੜ ਫਲੱਡ ਓ ਸਾਡੇ ਪਿੰਡ ਸੱਜਣ ਕੇ ਬਿੱਟੇ ਦਾ ਵਿਆਹ ਸੀਗਾ ਤੇ ਬਰਾਤ ਨਾ ਭਰੀ ਹੋਈ ਬਸ ਸਿੱਧੀ ਜੋੜੇ ਪੁਲਾਂ ਚੋਂ ਨਹਿਰ ਚ ਦੁੜੁਮ ਮਤਲਬ ਜੰਪ ਕਰ ਗਈ ਓ ਮਾਈ ਗੋਡ ਸੱਚੀ ਮੁੱਚੀ ਅਤਾਰੀ ਦਾ ਪਾਪਾ ਬਸ ਚਲਾਉਂਦਾ ਸੀਗਾ ਵਿੱਚੇ ਉਹ ਸ਼ਹੀਦ ਹੋ ਗਏ ਦੱਸ ਸਾਲਿਆ ਹਾ 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 ਬਸ ਦੇ ਨਾਲ ਹੀ ਪਾਪਾ ਜੀ ਠੰਡ ਅਬ ਜਦੋਂ ਦੇ ਦੇ ਪਾਪਾ ਜੀ ਪੂਰੇ ਹੋਏ ਨੇ ਨਾ ਦੀ ਐਂਡ ਨੂੰ ਠੰਡ ਹੀ ਪੜਨ ਲੱਗ ਗਿਆ ਵਿਚਾਰਾ ਉਸ ਘਟਨਾ ਤੋਂ ਬਾਅਦ ਨਾ ਸਾਡੇ ਪਿੰਡ ਕਿਸੇ ਨੇ ਵੀ ਪੁੱਤ ਵਿਆਹਣ ਦੀ ਹਿੰਮਤ ਨਹੀਂ ਕੀਤੀ ਹੈਗੀ ਹੁਣ ਜਦੋਂ ਵੀ ਕੋਈ ਕੁਆਰੀ ਕੁੜੀ ਸਾਡੇ ਪਿੰਡ 'ਚ ਆਉਂਦੀ ਆ ਸਾਡੇ ਪਿੰਡ ਵਾਲੇ ਏਦਾਂ ਹੀ ਨੂੰਹ ਨੂੰਹ ਕਹਿ ਕੇ ਉਹਦੇ ਸ਼ਗਨ ਸ਼ੁਗਨ ਪੂਰੇ ਕਰ ਲੈਂਦੇ ਨੇ ਪਾਪਾ ਜੀ ਮੇਰਾ ਮਤਲਬ ਫਾਦਰ ਸਾਹਿਬ ਸਾਰੀ ਆਮ ਸੋ ਸੌਰੀ ਯੂ ਹੈਵ ਟੂ ਹੀਅਰ ਦੈਟ ਅੱਛਾ ਜੀ ਹਾਂ ਵੇ ਕਿਉਂ ਮੇਰੀ ਕੁੜੀ ਨੂੰ ਤੰਗ ਕਰੀ ਜਾਂਦੇ ਆ ਚਲਤੀ ਏ ਅੰਦਰ ਚੱਲੀਏ ਕਿਉਂ ਸਾਲਿਆ ਤੇਰਾ ਕੀ ਢਿੱਡ ਦੁਖਦਾ ਸੀ ਅਗਲੀ ਮੇਰੇ ਜਿਉਂਦੇ ਪਿਓ ਦਾ ਅਫਸੋਸ ਕਰ ਰਹੀ ਸੀ ਜੇ ਬੇਬੇ ਨੇ ਅੰਦਰ ਪੈਰੋਂ ਕੱਢ ਲਈ ਨਾ ਸਾਰੇ ਪਿੰਡ ਨੇ ਆਪਣੇ ਅਫਸੋਸ ਤੇ ਬਹਿ ਜਾਣਾ ਚੱਲ ਕੀ ਗੱਲ ਪੁੱਤਰ ਤੂੰ ਇੰਨੇ ਉਦਾਸ ਕਿਉਂ ਆ ਉਹ ਮੈਨੂੰ ਸਭ ਕੁਝ ਦੱਸਤਾ ਨਿਹਾਲ ਨੇ ਬੇਬੇ ਜੀ ਸੁਣ ਕੇ ਬਹੁਤ ਅਫਸੋਸ ਹੋਇਆ ਕਿਹੜੀ ਗੱਲ ਦਾ ਅਫਸੋਸ ਹੋਇਆ ਬੇਟਾ ਉਹੀ ਬੱਸ ਵਾਲੀ ਗੱਲ ਗੋਡ ਸ਼ੁਡਨਟ ਡੂ ਥਿਸ ਟੂ ਐਨੀਵਨ ਅਬ ਬੇਬੇ ਅਬ ਜਸਨੀ ਥੱਕ ਗਈ ਹੋਣੀ ਆ ਨਾ ਇੰਨੀ ਦੂਰੋਂ ਤੁਰ ਕੇ ਆਈ ਆ ਕੈਨੇਡਾ ਤੁਰ ਕੇ ਨਹੀਂ ਜਹਾਜ਼ ਤੇ ਆ ਮਤਲਬ ਇੱਕੇ ਗੱਲ ਆ ਜਾ ਤਾਰੀ ਜਾ ਕੇ ਰੂਮ ਦਿਖਾ ਇਹਨਾਂ ਨੂੰ ਹਾਂ ਹਾਂ ਜੀ ਹਾਂ ਜੀ ਚਲੋ ਪੁੱਤਰ ਇਹ ਕਿਹੜੇ ਪਾਸੇ ਗੱਲ ਕਰ ਰਹੀ ਸੀ ਉਹ ਬੇਬੇ ਜਦੋਂ ਤੂੰ ਮੱਸਿਆ ਗਈ ਸੀ ਪ੍ਰੀਤ ਵਾਲਿਆਂ ਦੀ ਮਿੰਨੀ ਬੱਸ ਬਹਿ ਕੇ ਅਮਲੇਰ ਕੋਟਲੇ ਗੁਰੂ ਸਰ ਗੁਰਦੁਆਰੇ ਪਰ ਮੈਂ ਕਦੋਂ ਗਈ ਸੀ ਗੁਰੂ ਸਰ ਗੁਰਦੁਆਰੇ ਬੇਬੇ ਉਦੋਂ ਹੀ ਜਦੋਂ ਤੁਹਾਡੀ ਬੱਸ ਦੇ ਮੂਹਰੇ ਬੈਠੀ ਆ ਗਈ ਸੀ ਤਾਂ ਇਹਦੇ ਚ ਅਫਸੋਸ ਵਾਲੀ ਕਿਹੜੀ ਗੱਲ ਆ ਕੈਨੇਡੇ ਤੋਂ ਆਈ ਆ ਤੇਰੀ ਨੂੰ ਉੱਥੇ ਜਾਨਵਰਾਂ ਤੇ ਬੰਦਿਆਂ ਨੂੰ ਬਰਾਬਰ ਸਮਝਦੇ ਆ ਹਾਊ ਕਹਲੇਗੀ ਬੈੜੀ ਦਾ ਵਿਚਾਰੀ ਕਿੰਨੀ ਮਲੂਕ ਜਿੰਦਾ ਮੇਰੀ ਧੀ ਉਦਾਂ ਤਾਂ ਤੂੰ ਕਦੇ ਕੋਈ ਚੰਗਾ ਕੰਮ ਕੀਤਾ ਨੀ ਪਰ ਆ ਮੇਰੀ ਨੂੰਹ ਨੂੰ ਲਿਆ ਕੇ ਤਾਂ ਤੂੰ ਮੇਰਾ ਦਿਲ ਜਿੱਤ ਲਿਆ ਪੁੱਤ ਜਿਉਂਦਾ ਰਹਿ ਪਤਾ ਨੀ ਬੱਸਾਂ ਮੂਰੇ ਬੈੜੀਆਂ ਲਿਆ ਲਿਆ ਕੇ ਕਿੰਨਾ ਚਿਰ ਬਚਾਂਗੇ ਵਾਹਿਗੁਰੂ ਵੇਅਰ ਆਰ ਯੂ ਉਹ ਕੀ ਹੋਇਆ ਰੋਈ ਕਿਉਂ ਜਾਨੀ ਹੈ ਮੇਰਾ ਦਿਲ ਟੁੱਟ ਗਿਆ ਦਿਲ ਟੁੱਟ ਗਿਆ ਫਿਰ ਗੈੜ ਗੜ ਗੰਨੇ ਕੋ ਖਾਈ ਜਾਨੀ ਹੈ ਦਿਲ ਟੁੱਟਿਆ ਦੰਦ ਨੇ ਟੁੱਟੇ ਇੱਕ ਤਾਂ ਮੈਨੂੰ ਤੇਰੀ ਸਮਝ ਨਹੀਂ ਆਉਂਦੀ ਕਦੇ ਤੂੰ ਮਚਾਂ ਤੇ ਚੜ ਜਾਨੀ ਹੈ ਕਦੇ ਟੈਂਕੀ ਤੇ ਚੜ ਜਾਨੀ ਹੈ ਤੇਰਾ ਦਿਮਾਗ ਖਰਾਬ ਹੋ ਗਿਆ ਹਾਂ ਬੋਲ ਮੈਨੂੰ ਕਦੋਂ ਬੁਲਾਇਆ ਅਨਮੋਲ ਤੂੰ ਮੈਨੂੰ ਪਹਿਲਾਂ ਇਹ ਦੱਸ ਕਿ ਉਹ ਕੈਨੇਡਾ ਵਾਲੀ ਚੇਜਾ ਕੀ ਹੈ ਜੋ ਮੇਰੇ ਚ ਨਹੀਂ ਹੈ ਮੇਰੇ ਵਰਗੀ ਖਾਂਦੇ ਪੀਂਦੇ ਘਰ ਦੀ ਕੁੜੀ ਕਿ ਨਿਹਾਲ ਨੂੰ ਮਿਲਣੀ ਹੈ ਇਹ ਗੋਰਾ ਰੰਗ ਇਹ ਤਿੱਖੇ ਨੈਨਕਸ਼ ਇਹ ਕਾਲੀਆਂ ਜ਼ੁਲਫਾਂ
ਦੱਸ ਮੈਨੂੰ ਕੀ ਕਮੀ ਹੈ ਮੇਰੇ ਚਨਮੋਲ, ਦੱਸ ਮੈਨੂੰ। ਓ ਕਮਲੀਏ, ਤੇਰਾ ਤੇ ਉਹਦਾ ਕੀ ਮੁਕਾਬਲਾ ਹੈ? ਉਹ ਤੇਰੇ ਵਾਂਗੂ ਕਮਾਚ ਚੋ ਜੜ ਸਮੇਤ ਗੰਨਾ ਪੱਟ ਲੂ। ਤੇ ਤੂੰ ਗੰਨਾ ਛੱਡ, ਮੈਂ ਸਣੇ ਜੜ ਕਿੱਕਰ ਪੱਟਦਾ, ਪਰ ਨਿਹਾਲ ਮੇਰਾ ਹੋਣਾ ਚਾਹੀਦਾ। ਅਨਮੋਲ, ਮੈਂ ਤੈਨੂੰ ਦੱਸਦੀ ਆ ਕਮੀ ਕੀ ਹੈ। ਕਮੀ ਇਹ ਹੈ ਕਿ ਉਹ ਕੈਨੇਡਾ ਵਾਲੀ ਵਾਂਗੂ ਮੈਂ ਚਵੜ ਚਵੜ ਇੰਗਲਿਸ਼ ਨਹੀਂ ਬੋਲ ਸਕਦੀ। ਯੈਸ, ਯੂ ਆਰ ਰਾਈਟ। ਅਨਮੋਲ, ਜਮੀ ਏਦਾਂ ਦੀ ਅੰਗਰੇਜ਼ੀ ਮੈਨੂੰ ਸਿਖਾ ਦੇ। ਹਾਂ ਹਾਂ ਸਿਖਾਉਂਗਾ, ਹਾਂ ਸਿਖਾਉਂਗਾ। ਕਿੰਨੀ ਫੁੱਲ ਸਪੀਡ ਤੇ ਭੱਜਦੀ ਆ ਮੇਰੇ ਪਾਪੇ ਦੀ ਕਾਰ। ਇਹਨੂੰ ਕਾਰ ਕਹਿੰਦੇ? ਬਲੜੀ ਗਾਰਬੇਜ। ਓਏ ਗਾਰਬੇਜ ਗੁਰਬੇਜ ਨਾ ਬੋਲੀ, ਮੇਰੀ ਗੱਲ ਸੁਣ ਲਾ। ਪਹਿਲੀ ਕਾਰ ਆ ਜਿਹੜੀ ਸਾਡੇ ਪਿੰਡ ਦੇ ਵਿੱਚ ਆਈ ਆ, ਮੇਰਾ ਡੈਡੀ ਲੈ ਕੇ ਆਇਆ ਸੀ। ਉਸ ਤੋਂ ਬਾਅਦ 3600 ਫੁੱਟ। ਅੱਜ ਵੀ ਜਦੋਂ ਗੁਰਦੁਆਰੇ ਅਨਾਊਂਸਮੈਂਟ ਹੁੰਦੀ ਆ ਨਾ, ਅਸੀਂ ਫੀਅਟ ਕਾਰ ਵਾਲੇ ਵੱਜਦੇ ਆ, ਸੀਨਾ ਚੌੜਾ ਹੋ ਜਾਂਦਾ ਸੁਣ ਕੇ। ਓਏ ਉਨੀ ਟੌਰ ਤਾਂ ਪੱਗ 'ਚ ਤੁਰਲੇ ਦੀ ਨਹੀਂ ਹੁੰਦੀ ਜਿੰਨੀ ਸਾਡੀ ਫੀਅਟ ਕਾਰ ਦੀ ਆ। ਸਟਾਪ ਸਟਾਪ ਸਟਾਪ, ਬਸ ਕਰ ਨਿਹਾਲ, ਕਿੰਨਾ ਬੋਲਦਾ ਹੈ ਤੂੰ। ਸੋਰੀ ਜੇ ਤੈਨੂੰ ਗਲਤ ਬੋਲੀ ਉਹ। ਡੈਡੀ ਨੂੰ ਤਾਂ ਬੜੇ ਝੂਟੇ ਦਿੱਤੇ, ਸਾਡੀ ਵਾਰੀ ਖੜ ਗਈ ਹੈ। ਕੋਈ ਨੀ, ਤੂੰ ਜਿੰਨੀ ਮਰਜ਼ੀ ਬੇਇੱਜ਼ਤੀ ਕਰ ਲਾ, ਮੈਂ ਤਾਂ ਤੇਰੀ ਇੱਜ਼ਤ ਕਰੂੰ। ਡੈਡੀ ਦੀ ਆਖਰੀ ਨਿਸ਼ਾਨੀ। ਨਿਹਾਲ ਪੁੱਤ। ਹਾਂਜੀ। ਮੈਂ ਕਸ਼ਮੀਰੋ ਵੱਲ ਚੱਲੀ ਆ, ਉਹਦੀ ਮੱਝ ਬਿਮਾਰ ਆ। ਅੱਛਾ। ਜਸਜੀਤ ਨੂੰ ਕਹੀ ਮੇਰੇ ਆਉਂਦੀ ਨੂੰ ਰੋਟੀ ਬਣਾ ਕੇ ਰੱਖੇ। ਰੋਟੀ ਛੱਡ ਬੇਬੇ, ਰੋਟੀ ਬਣਾ ਕੇ ਕੀ ਕਰਨੀ ਆ? ਮੈਨੂੰ ਤਾਂ ਭੁੱਖ ਹੈ ਨੀ। ਮੈਂ ਤਾਂ ਕਹਿੰਦਾ ਤੂੰ ਵੀ ਕਸ਼ਮੀਰੋ ਚਾਚੇ ਲਈ ਖਾਇਆ। ਹਾਂ, ਮੈਂ ਅਗਲੇ ਦੇ ਘਰੇ ਕਿਉਂ ਰੋਟੀ ਖਾਵਾਂ, ਨਾਲੇ ਉਹਨਾਂ ਦੀ ਤਾਂ ਮੱਝ ਬਿਮਾਰ ਆ। ਕਮਾਲ ਦੀ ਗੱਲ ਆ ਬੇਬੇ, ਮੱਝ ਨੇ ਆਟਾ ਗੁੰਨ ਕੇ ਦੇਣਾ ਚਾਚੀ ਨੂੰ, ਤੈਨੂੰ ਰੋਟੀ ਨਹੀਂ ਖਿਲਾ ਸਕਦੀ ਉਹ। ਕਿਉਂ ਕਮਲੀਆਂ ਗੱਲਾਂ ਕਰਦਾ ਨਿਹਾਲ, ਮੈਂ ਰੋਟੀ ਘਰੇ ਆ ਕੇ ਖਾਣੀ ਆ। ਫਿਰ ਮੈਂ ਆਪਣੀ ਬੇਬੇ ਨੂੰ ਅੱਜ ਜਿਮੀਦਾਰ ਢਾਬੇ ਦੀ ਰੋਟੀ ਖਿਲਾਊ। ਕੜਾਈ ਪਨੀਰ ਤਾਂ ਇੰਨਾ ਸਵਾਦ ਬਣਾਉਂਦੇ ਆ, ਗੱਲਾਂ ਹੀ ਛੱਡ ਦੇ। ਮੈਂ ਨਹੀਂ ਖਾਣਾ ਪਨੀਰ ਪਨੂਰ, ਮੈਂ ਤਾਂ ਆਪਦੇ ਨੂੰਹ ਦੇ ਹੱਥੀ ਬਣੀ ਹੋਈ ਦਾਲ ਰੋਟੀ ਖਾਣੀ ਆ। ਤੂੰ ਦਾਲ ਰੋਟੀ ਖਾ ਲਈ ਬੇਬੇ, ਮੇਰੇ ਲਈ ਮੱਝ ਵਾਲੀ ਦਵਾਈ ਲੈ ਆਈ, ਮੈਂ ਉਹ ਖਾ ਲੂ। ਜਸਰੀਤ, ਇੱਕ ਗੱਲ ਦੱਸ। ਹਾਂ ਪੁੱਛ। ਤੇਰੇ ਸ਼ੌਕ ਕੀ ਨੇ? ਸ਼ੌਕ? ਯੂ ਮੀਨ ਹੌਬੀਜ਼? ਯੈਸ। ਓ, ਲੌਂਗ ਡਰਾਈਵਸ, ਐਡਵੈਂਚਰ ਸਪੋਰਟਸ, 뮤직, ਵਰਲਡ ਟ੍ਰੈਵਲ। ਘਰੇਲੂ ਸ਼ੌਕ? ਘਰੇਲੂ? ਆਟਾ ਗੁੰਨਣਾ, ਪੀੜੇ ਕਰਨੇ, ਰੋਟੀ ਬਣਾਉਣੀ। ਆਈ ਹੇਟ ਕੁਕਿੰਗ, ਆਈ ਡੋਨਟ ਇਵਨ ਨੋ ਦ ਸੀ ਆਫ ਕੁਕਿੰਗ। ਖਾਣਾ ਖਾਣਾ ਆਉਂਦਾ ਹੈ ਬਸ, ਰੋਟੀ ਬਣਾਉਣਾ ਤਾਂ ਦੂਰ। ਮੈਂ ਤਾਂ ਅੱਜ ਤੱਕ ਕਦੇ ਕਿਚਨ ਦੀ ਸ਼ਕਲ ਵੀ ਨਹੀਂ ਵੇਖੀ। ਫਿਰ ਤੈਨੂੰ ਮੈਂ ਅੱਜ ਕਿਚਨ ਦਿਖਾਉਂਗਾ। ਫੋਰਗਿਵ ਮੀ ਨਿਹਾਲ, ਮੈਂ ਕਿਚਨ ਨਹੀਂ ਵੇਖਣਾ, ਮੈਂ ਚੱਲੀ ਹਾਂ ਪਿੰਡ ਵੇਖਣ, ਠੀਕ ਹੈ? ਓਹ ਇੱਕ ਸੈਕਿੰਡ ਨਿਹਾਲ, ਉਹ ਜਿਹੜੀ ਟੈਂਕੀ ਹੈ, ਤੈਨੂੰ ਟੈਂਕੀ ਬਾਰੇ ਕੀ ਨਹੀਂ ਦੱਸਿਆ? ਦੱਸਿਆ ਨਹੀਂ, ਮੈਂ ਵੇਖਣ ਜਾਣੀ ਹੈ। ਬਾਬਾ ਉਹਨੂੰ ਦੇਖਣ ਨਾ ਜਾਈ, ਇਹ ਸਾਲੀ ਟੈਂਕੀ ਦੇ ਤਾਂ ਪਹਿਲਾਂ ਪਾਏ ਹੋਏ ਨੇ ਸਾਰੇ ਪੌੜੇ। ਪਤਾ ਨਹੀਂ ਕੀ ਕਹੀ ਜਾਂਦਾ ਤੂੰ। ਹੁਣ ਰੋਟੀ ਕੌਣ ਬਣਾਊ ਯਾਰ? ਤਾਰੀ। ਉਹ ਮੱਚ ਪੈ ਪੱਤ ਦੀਦੀ। ਤਾਰੀ, ਉਹ ਤਾਰੀ, ਰੋਟੀ ਵਾਲਾ ਕੰਮ ਤਾਂ ਹੋ ਗਿਆ ਬਈ। ਆ ਦੇਖ, ਆ ਦੇਖ, ਬਣ ਗਈ ਰੋਟੀ। ਮੈਂ ਕਹਿੰਦਾ ਤੇਰਾ ਜਲੇਬੀਆਂ ਦਾ ਕੰਮ ਜ਼ਿਆਦਾ ਵਧੀਆ ਚੱਲੇ। ਕਿਉਂ ਸਾਲਾ? ਰੋਟੀ ਥੋੜੋ, ਜਲੇਬੀਆਂ ਬਣਾਈ ਜਾਂਦਾ ਤੂੰ। ਉਹ ਸਾਲਿਆ ਦੁਬਾਰਾ ਬਣਾ ਦੇਣਾ ਮਾ। ਆਹ ਤੇਰੇ ਲਵ ਲੈਟਰ ਨਹੀਂ ਹੈਗੇ ਜਿਹੜੇ ਪਾੜ ਪਾੜ ਸਿੱਟੀ ਜਾਂਦਾ। ਅੰਨ ਦੇਵਤਾ, ਅੰਨ ਦੇਵਤਾ, ਰੋਟੀ ਹੈ, ਮਾਫੀ ਮੰਗ ਲੈ ਸਾਲਿਆ, ਮਾਫੀ ਇਹਤੋਂ। ਤੂੰ ਦਾਲ ਚੁਗ ਲਈ ਸਾਲਿਆ? ਮੈਨੂੰ ਕਹੀ ਜਾਂਦਾ ਮਾ ਜੇ ਦਾਲ ਨਾ ਚੁੱਕੀ ਮੇਰੇ ਫੁੱਲ ਚੁੱਕਣੇ ਪੈ ਜਾਣੇ ਨੇ। ਮੈਂ ਕਹਿੰਦਾ ਉਹ ਚੁੱਕਣੇ ਸੌਖੇ ਹੋਣਗੇ, 5 ਮਿੰਟਾਂ ਚੁੱਕੇ ਜਾਣਗੇ ਤੇਰੇ ਫੁੱਲ ਤਾਂ। ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਦਾਲ ਚ ਰੋੜੇ ਪਾਏ ਨੇ ਕਿ ਰੋੜਿਆਂ ਚ ਦਾਲ ਪਾਈ ਹੋਈ ਹੈ, ਪਤਾ ਕੀ ਸਕੀਮ ਆਈ ਮੈਨੂੰ ਹੁਣ। ਆ ਛੱਡ ਪਰਾਂ ਸਾਰਾ ਪੰਗਾ, ਆਪਾਂ ਬੇਬੇ ਹੁਣਾਂ ਨੂੰ ਗੁਰਦੁਆਰੇ ਲੈ ਕੇ ਚੱਲਦੇ ਹਾਂ। ਅੱਧਾ ਆਈਡੀਆ ਤਾਂ ਤੇਰਾ ਠੀਕ ਆ। ਅੱਧਾ ਕਿਵੇਂ ਹੋਏ? ਬੇਬੇ ਨੂੰ ਗੁਰਦੁਆਰੇ ਨਹੀਂ, ਹਾਂ ਗੁਰਦੁਆਰੇ ਰੋਟੀ ਲੈ ਕੇ ਆਉਂਦੇ ਹਾਂ। ਯੈਸ, ਚੱਕ ਬੇਬੇ, ਤੇਰੀ ਨੂੰਹ ਨੇ ਬਣਾਈ ਆ ਆਪਣੇ ਹੱਥਾਂ ਦੇ ਨਾਲ, ਆਪਣੇ ਕਰ ਕਮਲਾਂ ਦੇ ਨਾਲ। ਕਰ ਕਮਲਾਂ ਨੂੰ ਸਾਲਿਆ ਨਹੀਂ ਪਤਾ ਰੱਖਿਆ ਵਾ? ਬੇਬੇ ਮਾੜਾ ਜਿਹਾ ਬਾਹਰ ਗਈ ਆ ਤੇ ਮੈਨੂੰ ਕਹਿ ਗਈ ਵੀ ਬੇਬੇ ਨੂੰ ਪੁੱਛੀ ਕਿੱਦਾਂ ਲੱਗੀ, ਬਈ ਸਵਾਦ ਆ। ਮੇਰੀ ਧੀ ਤੇ ਤਾਂ ਰੱਬ ਦੀ ਬਹੁਤ ਮਿਹਰ ਆ, ਬਹੁਤ ਸਵਾਦ ਦਾਲ ਬਣਾਈ ਆ, ਚਵਾਈ ਲੰਗਰ ਵਰਗੀ। ਜੀ ਕਰਦਾ ਪੁੰਜੇ ਬਹਿ ਕੇ ਖਾਵਾ? ਬਣਦਾ ਤਾਂ ਪੁੰਜੇ ਬਹਿ ਕੇ ਖਾਣੀ ਆ, ਲੰਗਰ ਚੋ ਲਿਆਂਦੀ ਆ। ਓਏ ਸੜਕ ਹੀ ਬਕਵਾਸ ਮਾਰ ਰਿਹਾ, ਜੇ ਬੇਬੇ ਸੁਣ ਲੈਂਦੀ ਫਿਰ। ਉਹ ਤੈਨੂੰ ਕੀ ਪਤਾ ਮੈਂ ਕਿੰਨਾ ਔਖਾ ਹੋ ਕੇ ਪ੍ਰਸ਼ਾਦਾ ਲੈ ਕੇ ਆਇਆ? ਕਿਉਂ? ਉਹ ਭਾਈ ਜੀ ਤਾਂ ਵਰਸ਼ਾ ਮਾਰ ਕੇ ਮੇਰੀ ਬੱਕੀ ਪਾੜ ਨੂੰ ਫਿਰਦਾ ਸੀ, ਕਹਿੰਦਾ ਉਰੇ ਬਹਿ ਕੇ ਜਿੰਨਾ ਮਰਜ਼ੀ ਛਕ ਲਓ, ਘਰੇ ਨੀ ਮੈਂ ਲੈ ਜਾਣ ਦਿੰਦਾ। ਲੈ ਕੇ ਕਿਵੇਂ ਆਇਆ? ਉਹੀ ਪੁਰਾਣਾ ਤਰੀਕਾ। ਮੈਂ ਤਾਂ ਫਿਰ ਕਹਿਤਾ ਨਾਲ ਦੀ ਨਾਲ, ਮੈਂ ਕਿਹਾ ਭਾਈ ਜੀ ਮਿਹਨਤ ਵਾਲੀ ਗੱਲ ਹੀ ਹੈ, ਮੇਰਾ ਛੋਟਾ ਵੀਰਾ 2 ਦਿਨਾਂ ਦਾ ਭੁੱਖਾ, ਭਾਈ ਜੀ ਪਲੀਜ਼ ਪ੍ਰਸ਼ਾਦਾ ਦੇ ਦਿਓ।
ਆਹ ਕਿਹੜਾ ਪੁਰਜਾ ਆ ਗਿਆ ਓਏ। ਇਹ ਤਾਂ ਨੀਰੀ ਲਾਟ ਹੈ ਬਾਈ। ਸ਼ੁਕਰ ਹੈ ਸਾਲਿਓ ਜੀਰੀ ਵੱਢ ਲਈ, ਨਹੀਂ ਤਾਂ ਇਹਨੇ ਅੱਗ ਹੀ ਲਾ ਦੇਣੀ ਸੀ। ਆਏ ਹਾਏ ਓਏ। ਐਕਸਕਿਊਜ਼ ਮੀ, ਆਈ ਵਾਂਟ ਟੂ ਮੀਟ ਨਿਹਾਲ। ਹੈ ਕਿਵੇਂ ਜੀ? ਮੈਂ ਨਿਹਾਲ ਨੂੰ ਮਿਲਣਾ ਚਾਹੁੰਦੀ ਹਾਂ। ਮੈਂ ਪਛਾਣਿਆ ਨਹੀਂ ਤੁਹਾਨੂੰ ਜੀ। ਮੈਂ ਸਿਮਰਤ ਹਾਂ, ਮੈਂ ਤੇ ਨਿਹਾਲ ਅਸੀਂ ਦੋਨੋਂ ਇੱਕ ਦੂਜੇ ਨੂੰ ਕੈਨੇਡਾ ਤੋਂ ਜਾਣਦੇ ਹਾਂ। ਓ ਹਾਂਜੀ, ਤੇ ਤੁਸੀਂ ਢੀਂਡਸਾ ਸਾਹਿਬ ਕੋਲ ਤੇ ਨਹੀਂ ਰਹਿੰਦੇ? ਹਾਂਜੀ ਹਾਂਜੀ ਉਹੀ। ਲੈ ਮੇਰੇ ਸਕੇ ਚਾਚਾ ਹੀ ਨੇ ਉਹ ਤਾਂ। ਅੱਛਾ, ਹਾਂ ਵਿੱਚ ਜੇ ਬਣਦਾ ਤਾਂ ਮੇਰਾ ਵੀ ਸੀ ਆਉਣ ਦਾ ਕੈਨੇਡਾ। ਆ ਬਸ ਮੋਟਰ ਵਾਲਾ ਚੱਕਰ ਜਿਹਾ ਪੈ ਗਿਆ, ਸਮਰਸੀਬਲ ਲਾਉਣਾ ਸੀ ਨਾ ਆਪਾਂ, ਉਹ ਬਸ ਇੱਕ ਸਾਲ ਭਈਆ ਕਿਸੇ ਕੰਮ ਦਾ ਨਹੀਂ ਨਿਕਲਿਆ। ਅਗਲੇ ਸਾਲ ਪੱਕਾ ਗੇੜਾ ਮਾਰੂ, ਜਮਾ ਟਰ ਗਿਆ ਬਸ। ਹੋਰ ਸੁਣਾਓ ਫਿਰ, ਕਿੰਨੇ ਕੁੱਤੇ ਨੇ ਸਾਹ ਘੇਰਿਆ ਓਏ ਤੁਸੀਂ ਨਾ। ਸਿਮਰ ਹਾਈ ਨਿਹਾਲ। ਹਾਂ ਆ ਕੀ ਹੋਏ? ਬਾਹਰਲੇ ਮੁਲਕ ਗਿਆ ਕਦੇ? ਉੱਥੇ ਇੱਦਾਂ ਹੀ ਮਿਲਦੇ ਆ। ਓ ਅੱਛਾ ਜੀ, ਫੇਰ ਤਾਂ ਚਾਹੀਦੀ ਜੱਟ ਦਾ 100 ਕਿੱਲਾ ਵਿਕ ਜੇ, ਜੱਟ ਜਾਊ ਬਾਹਰ ਹੀ ਹੁਣ। ਕਿੱਲੇ ਕਾਕਾ ਜੀ ਆਪਾਂ ਜਾਂਦੇ ਨਹੀਂ ਕਹਿਗੇ, ਇੰਨੇ ਹੈ ਨਹੀਂ ਆਪਣੇ ਕੋਲ। ਆਓ ਸਿਮਰਤ ਆਪਾਂ ਉੱਧਰ ਗੱਲ ਕਰਦੇ ਹਾਂ। ਹਾਂ ਆ ਜਾਓ। ਆ ਜੀ ਉਹ ਸਾਲੇ, ਉਹ ਬੰਦ ਕਰ ਦਿਆ ਕਰੋ ਕਦੇ ਆ ਦੁਕਾਨ ਜੀ, ਉਹ ਆ ਵੀਰੇ ਫਾੜੇ ਨੂੰ ਢੱਕ ਕੇ ਰੱਖ। ਆ ਮਿੱਠੂ ਤੇ ਮੰਮੀ ਡੈਡੀ ਦੀ ਫਿਲਮ ਦੇਖਦੇ ਸੀ ਜੀ ਵਿਆਹ ਤੋਂ ਬਾਅਦ। ਹੁਣ ਤਾਂ ਮੈਂ ਪੱਕਾ ਹੀ ਸੋਚ ਲਿਆ, ਮੈਂ ਕੈਨੇਡਾ ਵਾਪਸ ਨਹੀਂ ਜਾਵਾਂਗੀ, ਇੱਥੇ ਹੀ ਰਵਾਂਗੀ। ਇਹ ਤਾਂ ਵਧੀਆ ਗੱਲ ਆ। ਮੇਰੇ ਕੋਲ ਬੰਦਾ ਹੈਗਾ, ਆਪਾਂ ਇਹਦਾ ਪਾਸਪੋਰਟ ਮੁਕਵਾ ਦਿੰਦੇ ਹਾਂ 25 ਲੱਖ 'ਚ। ਆਪਾਂ ਨੂੰ ਸਿੱਧਾ ਸਿੱਧਾ 5 ਲੱਖ ਰੁਪਇਆ ਬਚੂ, ਊਂ 4 ਲੱਖ ਬਚੂ। ਊਂ ਦਾ ਕੀ ਮਤਲਬ? 6.5 ਲੱਖ ਰੁਪਇਆ ਤੋਰੇ ਫੇਰੇ 'ਤੇ ਵੀ ਲੱਗੂ। ਸਾਲਾ ਤੋਰੇ ਫੇਰੇ ਦੇ ਪੈਸੇ ਜ਼ਿਆਦਾ ਦੱਸਦਾ, ਲੱਗਦਾ ਇੱਥੋਂ ਗੇਮ ਕਮਾਓ। ਪਰ ਮੇਰੀ ਇੱਕ ਪ੍ਰੋਬਲਮ ਹੈ ਨਿਹਾਲ। ਕੀ? ਮੈਨੂੰ ਸਮਝ ਨਹੀਂ ਆਉਂਦੀ ਮੈਂ ਮੰਮੀ ਡੈਡੀ ਨੂੰ ਫੇਸ ਕਿੱਦਾਂ ਕਰਾਂ। ਉਹ ਤਾਂ ਇਹੀ ਸਮਝੀ ਬੈਠੇ ਆ ਨਾ ਕਿ ਮੈਂ ਉਹਨਾਂ ਦੇ ਜਵਾਈ ਨਾਲ ਵਾਪਸ ਆ ਰਹੀ ਹਾਂ। ਉਹ ਯਾਰ ਸਭ ਕੁਝ ਜਾ ਕੇ ਸੱਚ ਸੱਚ ਦੱਸ ਦੇ, ਇਹਦੇ 'ਚ ਕੀ ਗੱਲ ਆ? 4 ਦਿਨ ਉਦਾਸ ਰਹਿਣਗੇ, ਬਾਅਦ 'ਚ ਠੀਕ ਹੋ ਜਾਣਗੇ। ਕਿਉਂ? ਹਾਂ ਤਾਂ ਹੀ ਤਾਂ ਏਅਰਪੋਰਟ ਤੋਂ ਸਿੱਧਾ ਤੇਰੇ ਕੋਲ ਆਈ ਹਾਂ ਮੈਂ। ਤੂੰ ਚੱਲ ਚੱਲ ਕੇ ਉਹਨਾਂ ਨੂੰ ਮਨਾ ਪਲੀਜ਼, ਜਾ ਕੇ ਉਹਨਾਂ ਨੂੰ ਸਮਝਾ ਪਲੀਜ਼। ਓਏ ਮੈਂ ਸਾਲਿਆ ਸੱਚ ਨਾ ਬੋਲੀ, ਤੂੰ ਇੱਕ ਵਾਰੀ 8 ਵਿੱਚ ਸੱਚ ਬੋਲ ਕੇ ਮਿੱਠੂ ਦੇ ਬਸਤੇ 'ਚੋਂ ਗੰਦਾ ਰਸਾਲਾ ਫੜਾਤਾ ਸੀ ਮਾਸਟਰ ਨੂੰ। ਸਾਲਿਆ ਮਿੱਠੂ ਉਦੋਂ ਦਾ ਕੋਮਾ 'ਚ ਹੈ। ਪਲੀਜ਼ ਨਿਹਾਲ, ਮੈਨੂੰ ਤੇਰੇ ਟੈਲੈਂਟ 'ਤੇ ਪੂਰਾ ਯਕੀਨ ਹੈ। ਨਾਲੇ ਤੂੰ ਆਪੇ ਤਾਂ ਕਹਿੰਦਾ ਸੀ ਨਿਹਾਲ ਜਿੱਥੇ ਜਾਂਦਾ ਸਾਰਿਆਂ ਨੂੰ ਨਿਹਾਲ ਕਰ ਦਿੰਦਾ। ਨਿਹਾਲ ਚੱਲ ਨਾ ਪਲੀਜ਼। ਨਹੀਂ ਸਾਲਾ ਝੂਠ ਬੋਲੀ। ਪਲੀਜ਼ ਨਿਹਾਲ ਪਲੀਜ਼। ਝੂਠ ਝੂਠ ਝੂਠ। ਮੈਨੂੰ ਲੱਗਦਾ ਕੁੜੀ ਦੇ ਅੱਗੇ ਪੰਚਾਇਤ ਹਲਕੀ ਪੈ ਰਹੀ ਹੈ। ਪਰੇ ਹਟੋਏ ਸਾਲਾ ਝੂਠ, ਸਾਲਾ ਬਰਵਾਏਗਾ ਸਾਨੂੰ, ਝੂਠ ਬੋਲ। ਸਾਲੇ ਉਹ ਰਹਿ ਕੀ ਮੰਗ ਲਈ, ਸਰਪੰਚੇ ਬਣ ਗਏ ਹੈ। ਚਲੋ ਇਹ ਤਾਂ ਐਵੇਂ ਬਕਵਾਸ ਕਰਦੇ ਆ, ਆਈ ਡੋਂਟ ਲਾਈਕ ਦੈਮ ਅਨਐਜੂਕੇਟਡ ਪੀਪਲ, ਅਨਪੜ੍ਹ ਪੰਚਾਇਤ। ਲੈ ਸਾਲਾ ਬੜੀ ਛੇਤੀ ਪੰਪ 'ਚ ਆਉਂਦਾ, ਔਰ ਜਦੋਂ ਵੀ ਪੰਪ 'ਚ ਆਇਆ ਸਾਲੇ ਨੇ ਜੁੱਤੀਆਂ ਖਾਧੀਆਂ ਨੇ, ਨਾਲੇ ਸਾਡੇ ਪਵਾਊਗਾ। ਚਲੋ ਜੀ ਇਸੇ ਸਿਲਸਿਲੇ ਦੇ ਵਿੱਚ ਮੋਟਰ 'ਤੇ 7 ਦਿਨ ਦੀਆਂ ਛੁੱਟੀਆਂ ਨੇ। ਉਹ ਬਿੱਟੂ ਆਪਣੇ ਮੰਮੀ ਪਾਪਾ ਦੀ ਵਿਆਹ ਵਾਲੀ ਸਿੱਧੀ ਚੱਕ ਲੈ ਜੀ, ਠੀਕ ਹੈ? ਉਹ ਤੇਰੇ ਕੰਨ 'ਤੇ ਪੈਣੀ ਹੈ। ਕਿਉਂ? ਮੇਰੀ ਵਾਰੀ ਹੈ। ਮੇਰੀ ਵਾਰੀ ਸੀ। 2 ਘੰਟੇ ਮੈਨੂੰ ਦੇ। ਨਿਹਾਲ ਮੈਂ ਬਹੁਤ ਨਰਵਸ ਹੋ ਰਹੀ ਹਾਂ, ਮੈਨੂੰ ਸਮਝ ਨਹੀਂ ਆਉਂਦੀ ਮੈਂ ਘਰਦਿਆਂ ਨੂੰ ਕਿੱਦਾਂ ਫੇਸ ਕਰਾਂ। ਓ ਯਾਰ ਆਪਣਾ ਆਪਦਾ ਘਰਾਂ ਡਰਨ ਵਾਲੀ ਕੀ ਗੱਲ ਆ। ਓ ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ। ਆ ਇੰਨੇ ਨਿਆਣੇ ਥੋੜੇ ਨੇ। ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ, ਸਿਮਰਤ ਦੀਦੀ ਆ ਗਏ। ਓਏ ਹੋਏ ਹੋਏ ਹੋਏ, ਮੰਮੀ ਜੀ ਤਾਂ ਇਮੋਸ਼ਨਲ ਹੋ ਗਏ, ਪਾਪਾ ਜੀ ਕਿੱਥੇ ਨੇ? ਕੀ ਦੇਖਦਾ? ਕਿੱਧਰ ਮੂੰਹ ਚੁੱਕਿਆ ਓਏ? ਆ ਕੀ ਆ? ਅੱਪੜਾ। ਇਹੀ ਮਾਰੂ ਸਾਲੇ ਦੇ। ਸਾਲਾ ਜੀਜਾ ਜੀ, ਜੀਜਾ ਜੀ ਆ ਗਿਆ। ਜੀਜਾ ਜੀ ਕਿਹੜਾ ਜੀਜਾ ਜੀ? ਤੁਸੀਂ ਹੈ ਸਾਰੀ ਗੱਲ ਸਮਝਾਉਣ ਵਾਲੀ ਕਿਹੜੀ ਗੱਲ? ਇਹਦੇ ਚ ਮੈਂ ਜਾਣਦਾ ਵੀ ਬਾਹਰ ਜਾ ਕੇ ਬੰਦੇ ਦੇ ਰੁਝੇਵੇਂ ਵੱਧ ਜਾਂਦੇ ਨੇ,
ਪਰ ਘੱਟੋ ਘੱਟ ਇੱਕ ਫੋਨ ਤਾਂ ਕਰਨਾ ਬਣਦਾ ਸੀ ਤੁਹਾਡਾ। ਦੇਖ ਜਵਾਈ ਪੁੱਤਾਂ ਵਰਗੇ ਹੁੰਦੇ ਨੇ, ਘੱਟੋ ਘੱਟ ਤੂੰ ਹੀ ਆਪਣਾ ਫਰਜ਼ ਨਿਭਾ ਦਿੰਦਾ। ਪਰ ਪਾਪਾ ਇੱਦਾਂ ਦੀ ਗੱਲ ਨਹੀਂ ਹੈ ਜੀ, ਇੰਨਾ ਗੁੱਸਾ ਨਹੀਂ ਖਾਈਦਾ ਹੁੰਦਾ, ਕਦੇ ਨੋਹਾਂ ਨਾਲੋਂ ਵੀ ਮਾਂ ਸੱਡ ਹੋਇਆ। ਚਲੋ ਪਾਓ ਜਫੀ। ਓਏ ਮੇਰੀਆਂ ਤਾਂ ਅੱਖਾਂ ਤਰਸੀਆਂ ਪਈਆਂ ਸੀ ਇਹਨਾਂ ਨੂੰ ਦੇਖਣ ਲਈ। ਓ ਮੇਰਾ ਜਵਾਈ ਪੁੱਤ, ਸੋ ਰੱਬ ਦੀ ਤੂੰ ਬਹੁਤ ਸੋਹਣਾ ਲੱਗਦਾ ਮੈਨੂੰ। ਜਸਨੀਤ, ਜਸਨੀਤ ਪੁੱਤ ਮਾੜੀ ਜੀ ਗੱਲ ਸੁਣੀ ਮੇਰੀ। ਜੀ ਬੇਬੇ। ਬੇਬੇ ਆ ਕੀ ਹੈ? ਇਹ ਪੁੱਤ ਆਪਣੀਆਂ ਖਾਨਦਾਨੀ ਚੂੜੀਆਂ ਨੇ। ਮਤਲਬ? ਮਤਲਬ ਇਹ ਕਿ ਜਦੋਂ ਨਿਹਾਲ ਦੀ ਦਾਦੀ ਇਸ ਘਰ ਚ ਵਿਆਹੀ ਆਈ ਸੀ ਨਾ, ਤਾਂ ਨਿਹਾਲ ਦੀ ਪੜਦਾਦੀ ਨੇ ਉਹਨੂੰ ਦਿੱਤੀਆਂ। ਜਦੋਂ ਮੈਂ ਇਸ ਘਰ ਚ ਵਿਆਹ ਕੇ ਆਈ, ਤਾਂ ਨਿਹਾਲ ਦੀ ਦਾਦੀ ਨੇ ਮੈਨੂੰ ਦਿੱਤੀਆਂ। ਹੁਣ ਮੈਂ ਤੈਨੂੰ ਦੇਣਾ ਚਾਹੁੰਦੀ ਆ। ਪਰ ਤੁਸੀਂ ਆਪਣੀ ਖਾਨਦਾਨੀ ਚੂੜੀਆਂ ਮੈਨੂੰ ਕਿਉਂ ਗਿਫਟ ਕਰਨਾ ਚਾਹੁੰਦੇ? ਬੇਟਾ ਗਿਫਟ? ਤੂੰ ਤਾਂ ਸਾਡੀ ਨੂੰਹ ਬਣਨ ਵਾਲੀ ਆ, ਤੈਨੂੰ ਹੀ ਦੇਣੀਆਂ। ਤੂੰ ਅੱਗੇ ਆਪਦੀ ਨੂੰਹ ਨੂੰ ਦੇ ਦੀ। ਮੈਂ ਕੁਝ ਸਮਝੀ ਨਹੀਂ। ਬੇਟਾ ਤੁਸੀਂ ਬਾਹਰਲੇ ਜੰਮੇ ਪਲੇ ਬੱਚੇ ਆ, ਤੁਹਾਨੂੰ ਇੱਥੇ ਦੇ ਰੀਤੀ ਰਿਵਾਜਾਂ ਦੀ ਕੀ ਸਮਝ? ਮੈਂ ਤਾਂ ਚਾਹੁੰਦੀ ਆ ਕਿ ਤੂੰ ਤੇ ਨਿਹਾਲ ਵਿਆਹ ਕਰਾ ਲਓ। ਕੀ? ਮੈਂ ਤੇ ਨਿਹਾਲ ਵਿਆਹ? ਦੇਖੋ ਬੇਟਾ ਇਹ ਤੁਹਾਡਾ ਅਮਰੀਕਾ ਕੈਨੇਡਾ ਨਹੀਂ ਆ, ਜਿੱਥੇ ਮੁੰਡਾ ਕੁੜੀ ਵਿਆਹ ਕਰਾਏ ਬਿਨਾਂ ਇਕੱਠੇ ਰਹਿ ਲੈਣਗੇ। ਇੱਥੇ ਤਾਂ ਵਿਆਹ ਕਰਾਉਣਾ ਹੀ ਪੈਂਦਾ। ਇਹਦਾ ਮਤਲਬ ਨਿਹਾਲ ਮੈਨੂੰ ਇੱਥੇ ਝੂਠ ਬੋਲ ਕੇ ਲੈ ਕੇ ਆਇਆ ਹੈ ਕਿ ਮੇਰੀ ਜਾਨ ਨੂੰ ਖਤਰਾ ਹੈ? ਇੱਥੇ ਤਾਂ ਮੇਰੇ ਪੂਰੇ ਖਾਨਦਾਨ ਨੂੰ ਖਤਰਾ ਹੈ। ਕੀ ਗੱਲ ਬੇਟਾ, ਚੁੱਪ ਹੀ ਹੋ ਗਈ? ਪੰਜਾਬੀ ਕੁੜੀ ਜਿੱਥੇ ਮਰਜ਼ੀ ਰਹਿ ਲੈ, ਸੰਗ ਉਹਦੇ ਨਾਲ ਹੀ ਰਹਿੰਦੀ ਆ। ਕਿੰਨੀ ਸਾਊ ਕੁੜੀ ਆ। ਸੱਚੇ ਪਾਤਸ਼ਾਹ ਤੇਰਾ ਲੱਖ ਲੱਖ ਸ਼ੁਕਰ। ਮੇਰੇ ਨਾਲ ਤਾਂ ਚੀਟਿੰਗ ਕੀਤੀ ਹੈ, ਹੁਣ ਮੈਨੂੰ ਸਮਝ ਆਇਆ why everybody was calling me new bloody cheat nihal I don't want to see your face where am I going airport kithe I don't want to see your face nihal jasneet eh te kar diye ਸਾਡਾ ਪਿੰਡ ਹੀ ਝੂਠਿਆਂ ਦਾ, ਸਰਪੰਚ ਤੋਂ ਲੈ ਕੇ ਕੋਦੂ ਤੱਕ ਸਾਰੇ ਝੂਠੇ ਆ, ਜਿਹੇ ਜੀ ਕੋਕੋ ਉਹੋ ਜਿਹੇ ਕੋਕੋ ਦੇ ਬੱਚੇ। ਸਾਡਾ ਤਾਂ ਪਿੰਡ ਫਾਸੀ ਝੂਠ ਚਾਹੁੰਦਾ। ਯੂ ਮੀਨ ਦਿਸ ਹੋਲ ਬਲੱਡੀ ਵਿਲੇਜ ਆਫ ਯੋਰਸ ਇਜ਼ ਫੁੱਲ ਆਫ ਲਾਇਅਰਸ? ਹਾਂਜੀ। ਕਾਚ ਬਲੱਡੀ ਵਿਲੇਜਰਸ। ਕਮਾਲ ਹੈ, ਤੁਸੀਂ ਬਾਹਰਲੇ ਪੜ੍ਹੇ ਲਿਖੇ ਕਿੰਨੇ ਹੁੰਦੇ ਹੋ, ਮਿੰਟ ਜੀ ਸਾਰੀ ਗੱਲ ਸਮਝ ਲੈਂਦੇ ਹੋ। ਚੱਲ ਮੈਨੂੰ ਫੜਾ ਦੇ ਡੈਜੀ, ਤੂੰ ਮੇਰੀ ਗੱਲ ਤਾਂ ਸੁਣ। ਉਹ ਗੁੱਸਾ ਨਹੀਂ ਕਰਦਾ ਘਰੇ, ਚੱਲ ਜਸਨੀਤ ਕਿਉਂ ਐਂ ਕਰਦੀ? ਜਸਨੀਤ ਐਂ ਨਹੀਂ ਕਰੀਦਾ ਹੁੰਦਾ। ਮੈਂ ਜਾ ਰਹੀ ਹਾਂ, ਡਰਾਈਵਰ ਲੈਟਸ ਗੋ। ਉਹ ਸੋਨੀ ਪੈਸੇ ਨਹੀਂ ਕਰਦੀ ਸਵਾਰੀ ਐ। ਨਾਲੇ ਗੱਲ ਸੁਣੋ ਮੇਰੀ, ਮੈਂ ਤਾਂ ਬਚ ਕੇ ਰਹੀ, ਬੜਾ ਕੱਬਾ ਸੁਭਾਅ ਹੈ ਮੇਰਾ। ਤਾਰੀ? ਉਹ ਨਿਹਾਲ। ਹਾਂ ਤਾਰੀ। ਉਹ ਸਾਲਿਆ ਤੇਰਾ ਤਾਂ ਬੇੜਾ ਹੀ ਬਹਿ ਗਿਆ ਓਏ। ਕੀ ਹੋਇਆ? ਹੁਣ ਪੁੱਤ ਤੈਨੂੰ ਵੀ ਟੈਂਕੀ ਤੇ ਚੜਨਾ ਪੈਣਾ। ਉਹ ਸਾਲਿਆ ਗੱਲ ਦੱਸੇਗਾ ਕੀ ਹੋਈ? ਜਸਨੀਤ ਟੈਚੀ ਚੱਕੀ ਫਿਰਦੀ ਸੀ, ਆ ਹੁਣੇ ਭੂਣ ਤੇ ਬਹਿ ਕੇ ਨਿਕਲੀ ਹੈ। ਉਹਨੂੰ ਸਾਰਾ ਕੁਝ ਪਤਾ ਲੱਗ ਗਿਆ, ਕਹਿੰਦੀ ਨਿਹਾਲ ਵਰਗਾ ਝੂਠਾ ਬੰਦਾ ਇਸ ਦੁਨੀਆ ਤੇ ਹੈ ਹੀ ਨਹੀਂ। ਆਹੋ ਉਹ ਖੜ ਜਾ। ਉਹ ਇੱਥੇ ਕਿੱਥੇ ਬੈਠੀ ਹੈ ਜਸਨੀਤ? ਚੱਕ ਸਮਾਨ ਘਰੇ ਚੱਲੀਏ। ਮੈਂ ਕਿਸੇ ਝੂਠੇ ਦੇ ਘਰ ਨਹੀਂ ਰਹਿੰਦਾ। ਝੂਠਾ? ਉਹ ਤਾਰੀ ਬੈਠਾ ਆਪਣੇ ਲੈਪਟਾਪ ਤੇ ਮਰ ਜੇ, ਸਾਲੇ ਦਾ ਮਰੇ ਦਾ ਪ੍ਰਿੰਟ ਆਊਟ ਨਿਕਲੇ ਜੇ ਮੈਂ ਕਦੇ ਝੂਠ ਬੋਲਿਆ ਬਈ ਯਾਰ। ਫੇਰ ਤੇਰੀ ਬੇਬੇ ਨੇ ਮੈਨੂੰ ਵਾਈ ਡਿਡ ਸ਼ੀ ਸੇ ਕਿ ਬਈ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਨਿਹਾਲ ਪਰਿਆਂ ਵਰਗੀ ਨੂੰ ਲੈ ਕੇ ਆਏਗਾ।
ਯਾਰ ਤੈਨੂੰ ਮੈਂ ਕੀ ਦੱਸਾਂ ਆਪਣੀ ਜ਼ਿੰਦਗੀ ਦੀ ਸਟੋਰੀ। ਮੈਂ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਜਿਹਦਾ ਨਾਂ ਸੀ ਸਿਮਰਤ, ਉਹ ਮੈਨੂੰ ਛੱਡ ਕੇ ਕੈਨੇਡਾ ਚਲੀ ਗਈ। ਬੇਬੇ ਦੇ ਕਹਿਣ 'ਤੇ ਉਹਦੇ ਪਿੱਛੇ ਮੈਂ ਕੈਨੇਡਾ ਚਲੇ ਗਿਆ। ਉੱਥੇ ਜਾ ਕੇ ਮੈਨੂੰ ਉਹ ਤਾਂ ਮਿਲੀ ਨਹੀਂ ਗਈ, ਤੇਰੀ ਬਾਡੀਗਾਰਡ ਦੀ ਨੌਕਰੀ ਮਿਲ ਗਈ। ਹੁਣ ਤੈਨੂੰ ਲੈ ਕੇ ਮੈਂ ਪੰਜਾਬ ਆ ਗਿਆ, ਬੇਬੇ ਲੱਗਿਆ ਮੈਂ ਉਸ ਕੁੜੀ ਨੂੰ ਲੈ ਕੇ ਆ ਗਿਆ ਜਿਹਦੇ ਪਿੱਛੇ ਮੈਂ ਕੈਨੇਡਾ ਗਿਆ ਸੀ, ਉਹ ਤੈਨੂੰ ਆਪਣੀ ਨੂੰਹ ਸਮਝ ਬੈਠੀ। ਫਿਰ ਮੈਂ ਕੀ ਕਰਾਂ? ਤੇਰੀ ਪ੍ਰੋਬਲਮ ਤੂੰ ਆਪ ਸਾਂਭ। ਐਡਜਸਟ ਕਰ ਯਾਰ। ਮੈਂ ਨਹੀਂ ਕਰਨਾ ਐਡਜਸਟ, ਪਹਿਲੇ ਸੋਚਣਾ ਚਾਹੀਦਾ ਸੀ ਨਾ ਇਹ ਸਭ ਕੁਝ। ਮੈਂ ਜ਼ਿਆਦਾ ਦਿਨਾਂ ਲਈ ਨਹੀਂ ਕਹਿ ਰਿਹਾ, ਦੋ ਚਾਰ ਦਿਨ ਲਈ। ਮੈਂ ਨਹੀਂ ਕਰਨਾ ਐਡਜਸਟ, ਤੂੰ ਜਾ ਇੱਥੋਂ। ਮੇਰੀ ਗੱਲ ਤਾਂ ਕੋਈ ਫਾਇਦਾ ਨਹੀਂ। ਆਈ ਸੈਡ ਜਸਟ ਗੋ। ਟ੍ਰਾਈ ਟੂ ਅੰਡਰਸਟੈਂਡ। ਆਈ ਸੈਡ ਜਸਟ ਗੋ ਯਾਰ। ਦੇਖ ਲੈ ਇੱਕ, ਮੈਂ ਕਿ ਜਾ ਇੱਥੋਂ। ਦੇਖ ਲੈ ਇੱਕ ਵਾਰੀ, ਗੈਟ ਲੋਸਟ, ਗੋ ਅਵੇ। ਹੈਲੋ, ਚਲੋ ਵੀਰ ਜੀ ਬਾਈ, ਪੁੱਛ ਲੈ ਇੱਕ ਵਾਰੀ ਹੋਰ, ਸ਼ਾਇਦ ਮੰਨ ਹੀ ਜਾਏ। ਤੂੰ ਪੁੱਛ ਲੈ, ਚੱਲ ਸਾਲੇ ਚੌਧਰੀ ਬਣ ਜਾਂਦੇ ਰੇ। ਬੇਬੇ ਸਤਨਾਮ ਵਾਹਿਗੁਰੂ। ਹਾਂ ਪੁੱਤ ਬੋਲ। ਬੇਬੇ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ। ਕੀ ਗੱਲ ਕਰਨੀ ਆ ਪੁੱਤ? ਬੇਬੇ ਮੈਂ ਸੋਚਦਾ ਵੀ ਐਤਕੀ ਤੈਨੂੰ ਪੌਂਟਾ ਸਾਹਿਬ ਮੱਥਾ ਟਿਕਾ ਕੇ ਲਿਆਵਾਂ। ਲੈ, ਇਹ ਤਾਂ ਤੂੰ ਬਾਹਲਾ ਹੀ ਚੰਗਾ ਸੋਚਿਆ ਪੁੱਤ। ਮਾੜੇ ਜਿਹੇ ਦਿਨ ਖੁੱਲ ਲੈਣ ਦੇ, ਫਿਰ ਆਪਾਂ ਚੱਲਦੇ ਆ, ਨਾਲੇ ਜਸਨੀਤ ਨੂੰ ਵੀ ਮੱਥਾ ਟਿਕਾ ਲਿਆਵਾਂਗੇ। ਬੇਬੇ ਮੈਂ ਐਕਚੁਅਲੀ ਮੈਂ ਉਹੀ ਗੱਲ ਤੇਰੇ ਨਾਲ ਕਰਨੀ ਸੀ। ਦੱਸ। ਆਪਾਂ ਨੂੰ ਪਿੰਡ ਛੱਡਣਾ ਪੈਣਾ ਬੇਬੇ। ਕਿਉਂ? ਪਿੰਡ ਛੱਡ ਕੇ ਕਿੱਥੇ ਜਾਣਾ? ਚੰਡੀਗੜ੍ਹ ਚੱਲਦੇ ਆ ਬੇਬੇ। ਉੱਥੇ ਬੇਬੇ ਨਾਲੇ ਕਿੰਨੀਆਂ ਸਹੂਲਤਾਂ ਨੇ, ਰੋਜ਼ ਗਾਰਡਨ 17 ਸੈਕਟਰ PGI ਕੋਲ ਆ, ਨਾਲੇ ਬੇਬੇ ਨਾਢਾ ਸਾਹਿਬ ਵੀ ਆ ਉੱਥੇ, ਸ਼ਾਮ ਸਵੇਰੇ ਮੱਥਾ ਟੇਕ ਲਿਆ। ਆਹੋ, ਹੁਣ ਤੇਰੀ ਕੈਨੇਡਾ ਵਾਲੀ ਵੋਟੀ ਜਿਉਂ ਆ ਗਈ, ਹੁਣ ਤੇਰਾ ਪਿੰਡਾਂ 'ਚ ਕਿਵੇਂ ਜੀ ਲੱਗਣਾ? ਬੇਬੇ ਉਹੀ ਤਾਂ ਮੈਂ ਗੱਲ ਕਰਨੀ ਸੀ ਕਿ ਵੀ ਜਿਹੜੀ ਕੈਨੇਡਾ ਵਾਲੀ ਆ ਨਾ, ਉਹ ਐਕਚੁਅਲੀ ਥੈਂਕ ਯੂ ਹੋਏ ਨਾ। ਸਤਿ ਸ਼੍ਰੀ ਅਕਾਲ ਜੀ। ਪੁੱਤ ਤੂੰ ਕੀ ਕਹਿੰਦਾ ਸੀ ਕੈਨੇਡਾ ਵਾਲੀ ਬਾਰੇ? ਆਹੀ ਬੇਬੇ ਵੀ ਆ ਕੈਨੇਡਾ ਵਾਲੀ ਨਾ ਚਾਹ ਬਹੁਤ ਸਵਾਦ ਬਣਾਉਂਦੀ ਆ, ਭੂਤਾਂ ਹੀ ਕੱਢ ਦਿੰਦੀ ਆ ਚਾਹ ਦੀਆਂ ਤਾਂ ਬੇਬੇ। ਲੈ ਅੱਛਾ ਤੂੰ ਮੈਨੂੰ ਇਹ ਦੱਸ ਨਿਹਾਲ, ਤੂੰ ਸੱਚੀ ਚੰਡੀਗੜ੍ਹ ਕੋਠੀ ਪਾਏਗਾ? ਉਹ ਮੈਂ ਤਾਂ ਹੱਸਦਾ ਬੇਬੇ, ਚੰਡੀਗੜ੍ਹ ਕੀ ਨੇ ਜਾਣਾ, ਹਾਰਨ ਵੱਜਦੇ ਰਹਿੰਦੇ ਆ ਟੈਂ ਟੈਂ ਪੈਂ ਪੈਂ, ਪਿੰਡਾਂ 'ਚ ਤਾਂ ਬਹਾਰ ਆ ਬੇਬੇ, ਨਾਲੇ ਅੱਜ ਕੱਲ ਤਾਂ ਫੁੱਲ ਵੀ ਬੜੇ ਸੋਹਣੇ ਸੋਹਣੇ ਖਿੜਦੇ ਆ। ਰੂਪ ਡੋਂਟ ਵਰੀ, ਆਮ ਫਾਈਨ ਹੇਅਰ, ਆਈਲ ਬੀ ਸੇਫ ਰੀਅਲੀ, ਇਟਸ ਜਸਟ ਅ ਮੈਟਰ ਆਫ ਅ ਫਿਊ ਡੇਜ਼, ਆਈ ਮਿਸ ਯੂ ਟੂ, ਬਾਏ। ਜਸਨੀਤ ਮੈਂ ਆਪਣੀ ਜਾਨ ਵਾਰ ਕੇ ਵੀ ਤੇਰਾ ਕਰਜ਼ਾ ਨਹੀਂ ਉਤਾਰ ਸਕਦਾ। ਅੱਛਾ, ਜੇ ਮੈਂ ਨਾਭੇ ਦਾ ਮਹਾਰਾਜਾ ਹੁੰਦਾ ਨਾ ਤਾਂ ਤੈਨੂੰ ਆਪਣੇ ਕੀਮਤੀ ਮੋਤੀਆਂ ਦਾ ਹਾਰ ਭੇਂਟ ਕਰਦਾ, ਪਰ ਹੁਣ ਤਾਂ ਜੱਟ ਕੋਲ ਸਿਰਫ ਇੱਕ ਜੱਫੀ ਹੈ, ਉਹ ਤੇਰੇ ਮੈਨੂੰ ਲੱਗਦਾ ਮੇਚ ਨਹੀਂ ਆਉਣੀ। ਜ਼ਿਆਦਾ ਡਰਾਮੇ ਨਾ ਕਰ, ਤੂੰ ਤਾਂ ਨਿਹਰਾ ਝੂਠਾ ਹੈ। ਥੈਂਕ ਯੂ, ਪਰ ਮੈਂ ਪਿਆਰ ਕਰਨ ਵਾਲਿਆਂ ਦੀ ਰਿਸਪੈਕਟ ਕਰਦੀ ਹਾਂ। ਰਿਸਪੈਕਟ ਕਰੀ ਜਾਈ, ਪਿਆਰ ਨਾ ਕਰੀ। ਇਹਦੇ ਚ ਮੇਰਾ ਕੀ ਕਸੂਰ ਹੈ ਜੇ ਮੈਨੂੰ ਮੇਰਾ ਪਿਆਰ ਨਹੀਂ ਮਿਲਿਆ? ਉਹਦਾ ਤਾਂ ਮੈਨੂੰ ਵੀ ਬਹੁਤ ਅਫਸੋਸ ਹੈ ਕਿ ਤੈਨੂੰ ਤੇਰਾ ਪਿਆਰ ਨਹੀਂ ਮਿਲਿਆ। ਸੱਚੀ ਪਿਆਰ ਤਾਂ ਤੇਰੇ ਵਰਗੇ ਕਰਮ ਵਾਲਿਆਂ ਨੂੰ ਮਿਲਦਾ ਜਸਨੀਤ। ਇਹ ਤਾਂ ਹੈ, ਆਈ ਫੀਲ ਸੋ ਲੱਕੀ, ਰੂਪ ਮੈਨੂੰ ਇੰਨਾ ਪਿਆਰ ਕਰਦਾ ਤੇ ਮੈਂ ਵੀ ਉਹਨੂੰ। ਓ ਗੋਡ, ਆਈ ਕਾਂਟ ਵੇਟ ਟੂ ਸੀ ਹਿਮ। ਖੁਸ਼ ਰਹੋ, ਆਬਾਦ ਰਹੋ, ਜਹਾਂ ਵੀ ਰਹੋ, ਆਪਣੇ ਸੱਜਣ ਸਿਉਂ ਕੇ ਪਾਸ ਰਹੋ। ਚੱਲ ਚੱਲ ਹੁਣ ਡਰਾਮੇ ਨਾ ਕਰ, ਆਪਣੀ ਤਾਂ ਸਾਰੀ ਜ਼ਿੰਦਗੀ ਡਰਾਮੇ 'ਚ ਲੰਘੀ ਆ। ਮਿਸਟਰ ਡਰਾਮੇਬਾਜ਼, ਮੈਂ ਜੋ ਕੁਛ ਵੀ ਕਰ ਰਹੀ ਹਾਂ ਬੇਬੇ ਲਈ ਕਰ ਰਹੀ ਹਾਂ, ਕਿਉਂਕਿ ਮੈਂ ਉਹਨਾਂ ਨੂੰ ਉਦਾਸ ਨਹੀਂ ਦੇਖ ਸਕਦੀ। ਬੇਬੇ ਦਾ ਖਿਆਲ ਰੱਖੀ ਜਾਈ, ਬੇਬੇ ਦਾ ਪੁੱਤ ਭਾਵੇਂ ਸਲਫਾਸ ਪੀ ਕੇ ਮਰ ਜੇ। ਹੋ ਡਰਾਈਵਰ ਨੂੰ ਰੋਹੜ ਤੇ ਜੱਟ ਨੂੰ ਹੋੜ ਪਿਆਰ ਜਾਨਾ ਤੋਂ ਕੱਪੜੇ ਚੇਂਜ ਕਰਕੇ ਆਉਂਦੀ ਹਾਂ।
कपड़े ही चेंज करी जाई माइंड ना चेंज करी निहाल पुत गल सुन जी कश्मीर ओदी मज मर गई अच्छा। मैं चली अफसोस करन अज चाची अली फेर चली रब मेहर करे की क्या अब मैं क्या रब मेहर करे मज दी रूह दे उत्ते ओनू अपने चरणा च थां देवे जा तू बेबे फिर एक काम करी जसनीत नू कही ओ जड़े कपड़े दीवान ते पए आ ना ओ सारे धो दे अच्छा कपड़े धोने आ बेबे मेरा मतलब कपड़े धोने आ जसकोने भी आ मशीन च पा दांगे नाल दी नाल सका भी दऊ पुत्त मशीन च आपा किवें पा दांगे ओ तां इन्ने दिनां तों खराब पई आ बेबे मैनूं लगदा सर्फ भी मुक्या होणा आपां कल धो लांगे ना पुत्त सारा कुछ हैगा चंगा मैं चलदी आ ओ रब्बा दे मैनूं थापी बस मैं अज थापी परेड करन जोगा हो जा साले कपड़े धोने किहड़ा सौखे पए आ सब साले झूठे आके दूध जी सफेदी बिना मले हैं आ गई मेरा मजाक उड़ाने तू कपड़े धो रहे हैं नहीं कपड़े बेहोश होके सीगे जी पानी चट बुट बो इन्हों होश च लिया रहा जी तू तो चेंज करन गई सी नाले मैं माइंड चेंज कर लिया साढ़ी बारी ना करी कदे कुछ नहीं अच्छा सुन मैं तेरी हेल्प करा दा करा सकती हाँ बिल्कुल करा सकती हाँ पिक मोगरी थापी आई मीन दिस बैट ओ दिस बैट नाउ हिट दैट कपड़ा मारना मेरा चक्का तू यू सेड हिट इट रहने दे तू ए कर आ पानी दी पाइप चक मेनू दसी चल वी दाग किथे किथे आ दाग ता तेरे मुंह ते भी बहुत ने थोड़ा अच्छा ना मैडम जी थोड़ा तो स्पेयर पार्ट भी नहीं मिलना इतों हेलो निहाल छेती करे आजा ओ यार मैं तो हले एक बेबे दी चुन्नी धोनी आ ते दो मरियां बनाना इडियट चुन्नियां ते बनाना नूं छड पापा दे दोस्त शाम नूं तेनूं घरे मिलन आ रहे ने तू बस जल्दी आजा अच्छा फिर मैं छेती तो पहला आया निहाल बेटा ए अमरीक ने मेरे बहुत पुराने मित्र ने अच्छा जी तू ए कर पुत जिनी देर तक बुढ़िया रोटी रूटी लेके आउणगियां ना तुसीं जाओ अपनी गल्लां बातां मारो ਬਾਈ ਜੀ ਕਿਸਮਤ ਵਾਲੇ ਹੋ ਜਿਹੜਾ ਸਿਮਰਤ ਵਰਗੀ ਕੁੜੀ ਦਾ ਪਿਆਰ ਤੁਹਾਨੂੰ ਮਿਲਿਆ ਅੱਛਾ ਥੈਂਕ ਯੂ ਨਾਲੇ ਬਾਈ ਜੀ ਨੂੰ ਬੰਦਾ ਚਾਹੁੰਦਾ ਹੋਵੇ ਉਹਦੇ ਨਾਲੇ ਵਿਆਹ ਹੋ ਜਾਵੇ ਹੋਰ ਕੀ ਚਾਹੀਦਾ ਜ਼ਿੰਦਗੀ ਤੋਂ ਸਹੀ ਗੱਲ ਹੈ ਫੇਰ ਤਾਂ ਅਸ਼ਕ ਦਾ ਦਿਲ ਕਰਦਾ ਵੀ ਉਹਨੂੰ ਲੈ ਕੇ ਨਾ ਕਿਤੇ ਉੱਡ ਜਾਵਾਂ ਕਦੇ ਦਿਲ ਕਰਦਾ ਵੀ ਉਹਦਾ ਪਰਛਾਵਾਂ ਹੋ ਜਾਂ ਕਦੇ ਦਿਲ ਕਰਦਾ ਉਹਨੂੰ ਆਪਣਾ ਪਰਛਾਵਾਂ ਕਰ ਲਵਾਂ ਕਦੇ ਜੀ ਕਰਦਾ ਉਹਦੇ ਨਾਲ ਕੱਪੜੇ ਧਵਾਵਾਂ ਕਦੇ ਕਚੱਲਾਂ ਕਦੇ ਸੁੱਕਣੇ ਪਵਾਵਾਂ ਇੱਕ ਥਾਪੀ ਉਹਦੇ ਹੱਥ 'ਚ ਹੋਵੇ ਇੱਕ ਥਾਪੀ ਮੇਰੇ ਹੱਥ 'ਚ ਹੋਵੇ ਇੱਕ ਥਾਪੀ ਮੈਂ ਮਾਰਾਂ ਇੱਕ ਥਾਪੀ ਉਹ ਮਾਰੇ ਸੜੀਆਂ ਮਾਰ ਮਾਰ ਥਾਪੀਆਂ ਝੱਗਾ ਪਾੜਦੀ ਬਾਈ ਤੈਨੂੰ ਨਹੀਂ ਲੱਗਦਾ ਆਪਾਂ ਗੱਲ ਕਿਸੇ ਹੋਰੇ ਪਾਸੇ ਲੈ ਗਏ ਪਤਾ ਨਹੀਂ ਯਾਰ ਗੱਲ ਕਿਹੜੇ ਪਾਸੇ ਗਈ ਆ ਪਰ ਗੱਲ ਦਾ ਸਵਾਦ ਬਹੁਤ ਆਇਆ ਹਾਂਜੀ ਕੀ ਗੱਲਾਂ ਚੱਲਦੀਆਂ ਨੇ ਕੀ ਹਾਲ ਹੈ ਸਮਰ ਬਸ ਵਧੀਆ ਜੀ ਬਾਈ ਮੈਂ ਚੱਲਦਾ ਯਾਰ ਕਿੰਨੇ ਕੁ ਚਿਰ ਤੋਂ ਜਾਣਦੀ ਇਹਨੂੰ ਤੂੰ ਬਚਪਨ ਤੋਂ ਕਲਾਸਮੇਟ ਸੀ ਮੇਰਾ ਪਰ ਕਿਉਂ ਨਹੀਂ ਨਹੀਂ ਵੈਸੇ ਪੁੱਛਿਆ ਫੇਰ ਵੀ ਕਿਉਂ ਪਿਆਰ ਕਰਦਾ ਤੈਨੂੰ ਪਾਗਲ ਹੋ ਗਿਆ ਨਿਹਾਲ ਤੂੰ ਵਾਹ ਓਏ ਮੇਰਿਆ ਰੱਬਾ ਆਸ਼ਕ ਤਾਂ ਜਮਾਂ ਸਿੱਧੇ ਬਣਾਤੇ ਤੇ ਮਸ਼ੂਕਾਂ ਜਲੇਬੀ ਵਰਗੀਆਂ
Humpty Dumpty sat on a wall. Humpty Dumpty had. ਮੇਰੇ ਤੋਂ ਨਹੀਂ ਇਹ ਹੰਪਟੀ ਡੰਪਟੀ ਸਿੱਖੇ ਜਾਂਦੇ, ਨਾਲੇ ਮੇਰੇ ਤੋਂ ਨਹੀਂ ਕਿਸੇ ਵਾਸਤੇ ਆਪਦੇ ਆਪ ਨੂੰ ਬਦਲਿਆ ਜਾਂਦਾ। ਜਿਹਨੇ ਮੇਰੇ ਪਸੰਦ ਕਰਨਾ ਹੋਊ ਏਦਾਂ ਦੀ ਉਹ ਕਰ ਲੂ। ਤੈਨੂੰ ਕਿਹਨੇ ਪਸੰਦ ਕਰਨਾ? ਚੌਥੀ ਜਮਾਤ ਤੋਂ ਲੈ ਕੇ ਤਾਂ ਤੂੰ ਨਿਹਾਲ 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 ਦੇ ਜਾਪ ਕਰਦੀ ਆ ਰਹੀ। ਅਨਮੋਲ, ਤੂੰ ਮੈਨੂੰ ਚੌਥੀ ਜਮਾਤ ਤੋਂ ਵੀ ਦੇਖਦਾ ਹੁੰਦਾ ਸੀ? ਹਾਂ, ਮੈਂ ਤੈਨੂੰ ਦੇਖਦਾ ਹੁੰਦਾ ਸੀ। ਤੇਰੇ ਪਿੱਛੇ ਤਾਂ ਖਮਾਣੋ ਸਕੂਲ ਦੇ ਦੋ ਮੁੰਡਿਆਂ ਦਾ ਮੈਂ ਖੜਕੈਂਤਾ ਚਾੜਦਾ ਸੀ। ਕਿਉਂ? ਉਸ ਵਾਲੇ ਤੈਨੂੰ ਮੋਟੀ ਮੋਟੀ ਕਹਿ ਕੇ ਬੁਲਾਉਂਦੇ ਸੀ। ਮੋਟੀ ਤਾਂ ਉਹ ਮੈਨੂੰ ਕਹਿੰਦੇ ਸੀ, ਫਿਰ ਤੈਨੂੰ ਕਾਹਦਾ ਦੁੱਖ ਲੱਗਦਾ ਸੀ? ਮੈਂ ਤੈਨੂੰ ਪਸੰਦ ਕਰਦਾ ਸੀ। ਤੇ ਅੱਜ? ਅੱਜ ਨਹੀਂ ਪਸੰਦ ਕਰਦਾ? ਕਰਦਾ, ਅੱਜ ਵੀ ਕਰਦਾ। ਹਾਏ ਅਨਮੋਲ, ਤੂੰ ਤਾਂ ਮੈਨੂੰ ਬਹੁਤ ਹੀ ਚੰਗਾ ਲੱਗਦਾ। ਗੋਲੀ ਮਾਰ ਨਿਹਾਲ ਨੂੰ। I love you very much ਅਨਮੋਲ। ਓਏ, ਤੈਨੂੰ ਤਾਂ ਅੰਗਰੇਜ਼ੀ ਆਉਣ ਲੱਗ ਗਈ। ਇੰਨੀ ਕੁ ਤਾਂ ਮੈਨੂੰ ਸ਼ੁਰੂ ਤੋਂ ਹੀ ਆਉਂਦੀ ਸੀ ਅੰਗਰੇਜ਼ੀ। ਅਨਮੋਲ, ਤੂੰ ਦੱਸ, ਤੂੰ ਮੇਰੇ ਨਾਲ ਵਿਆਹ ਕਰਾਏਗਾ ਨਾ? ਕਰਾਏਗਾ ਨਾ ਅਨਮੋਲ? ਦੱਸ ਅਨਮੋਲ, ਤੂੰ ਮੇਰੇ ਨਾਲ ਵਿਆਹ ਕਰਾਏਗਾ ਨਾ? ਕਰਾਏਗਾ ਨਾ ਅਨਮੋਲ? ਨਹੀਂ ਤਾਂ ਮੈਂ ਟੈਂਕੀ ਤੇ ਚੜ੍ਹ ਕੇ ਅਨਮੋਲ ਦੇ ਵਿਆਹ ਚ ਤੇਰੀ ਤੇ ਨਿਹਾਲ ਦੀ ਜੋੜੀ ਬਹੁਤ ਸੋਹਣੀ ਲੱਗ ਰਹੀ ਸੀ। ਉਹ ਤੁਸੀਂ ਕੀ ਗਾ ਰਹੇ ਸੀ? ਸਿੰਘਾ 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 ਨਹੀਂ ਸੀ, ਇਹ ਸੀ ਸਿੰਘਾ 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 ਸਿੰਘਾ। ਦੱਸਦੀ ਆ, ਇਹਨੂੰ ਫੜੋ। Left, right, singa, 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 Mr. Singa, Mr. Singa. ਚੱਲ ਚੱਲੀ ਨਾ ਹੋਵੇ ਤਾਂ। ਬੇਬੇ ਜੀ, ਤੁਸੀਂ ਬਹੁਤ ਸਵੀਟ ਹੋ। ਬਹੁਤ ਸਵੀਟ ਸਾਈਡ ਦਾ ਤਾਂ ਨਹੀਂ ਮੈਨੂੰ ਪਤਾ, ਬਸ ਮੈਨੂੰ ਤਾਂ ਇੰਨਾ ਪਤਾ ਕਿ ਮੇਰੀ ਹੋਣ ਵਾਲੀ ਨੂੰ ਰੱਬ ਦਾ ਰੂਪ ਹੋਏਗੀ ਜਦੋਂ ਮੈਂ ਤੇਰਾ ਫੋਟੋ ਦੇਖਿਆ। ਮੇਰੀ ਫੋਟੋ? ਲੈ, ਮੈਂ ਕੀ ਫੋਟੋ ਤਾਂ ਤੇਰੀ ਸਾਰੀ ਪਿੰਡ ਨੇ ਦੇਖੀ ਸੀ ਪੁੱਤ। ਸਾਰੇ ਪਿੰਡ ਨੇ ਮੇਰੀ ਫੋਟੋ ਵੇਖੀ ਸੀ? ਤੈਨੂੰ ਨੀ ਪਤਾ ਪੁੱਤ, ਸਰਪੰਚ ਆਪਣੇ ਘਰੇ ਸਪਨਾ ਦਾ ਰਿਸ਼ਤਾ ਲੈ ਕੇ ਆਇਆ ਸੀ, ਨਿਹਾਲ ਨੇ ਨਾ ਕਰਤੀ, ਸਪਨਾ ਜਾ ਕੇ ਟੈਂਕੀ ਤੇ ਚੜ ਗਈ, ਫੇਰ ਕਿਤੇ ਜਾ ਕੇ ਨਿਹਾਲ ਨੇ ਤੇਰਾ ਫੋਟੋ ਦਿਖਾਇਆ ਸਾਨੂੰ। ਇਹਦਾ ਮਤਲਬ ਤੁਸੀਂ ਮੇਰੀ ਫੋਟੋ ਮੇਰੇ ਆਉਣ ਤੋਂ ਪਹਿਲਾਂ ਵੇਖ ਲਈ ਸੀ? ਹਾਂ ਪੁੱਤ, ਫੋਟੋ ਦੇਖਣ ਤੋਂ ਬਾਅਦ ਹੀ ਤਾਂ ਨਿਹਾਲ ਸਾਰੇ ਪਿੰਡ ਦੇ ਕਹਿਣ ਤੇ ਤੈਨੂੰ ਇੱਥੇ ਲੈ ਕੇ ਆਇਆ। ਨਿਹਾਲ, ਮੈਂ ਤੇਰੇ ਤੇ ਕਿੰਨਾ ਭਰੋਸਾ ਕੀਤਾ ਤੇ ਤੂੰ। ਤਾਰੀ? ਹੈਲੋ। ਹਾਂ ਤਾਰੀ, ਹੈ
ਜਾ ਕੇ ਭੂੜ ਤੇ ਚੜ ਜਾਣੀ ਆ। ਕਿੱਥੇ ਚੱਲੀ ਆ? ਉਹ ਤੋਤੀ ਰੁਕ ਰੁਕ ਸਾਲਿਆ ਰੁਕ 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 ਰੁਕ। ਕਿੱਥੇ ਚੱਲੇ ਜੀ? ਭੂੜ ਤੇ ਬਹਿ ਗਏ ਜਾਂ ਫੇਸਬੁੱਕ ਤੇ ਫੋਟੋ ਲਾਉਣੀ ਆ ਵੀ ਪਿੰਡ ਦੀ ਸੈਰ ਇਨ ਪੌਂਡ। ਫੇਸਬੁੱਕ ਤਾਂ ਬੜਾ ਪਤਾ ਹੈ ਤੈਨੂੰ, ਮੇਰੀ ਫੋਟੋ ਫੇਸਬੁੱਕ ਤੋਂ ਹੀ ਕੱਢ ਕੇ ਬੇਬੇ ਨੂੰ ਦਿਖਾਈ ਸੀ ਨਾ ਕਿ ਇਹ ਤੁਹਾਡੀ ਨੂੰ ਹੈ। ਕਿਹੜੀ ਫੋਟੋ? ਮੇਰੀ ਫੋਟੋ, ਬੇਬੇ ਨੇ ਦੱਸਤਾ ਮੈਨੂੰ ਸਭ ਕੁਝ। ਬੇਬੇ ਵੀ ਗੱਲ ਨੂੰ ਬੜੀ ਛੇਤੀ ਲੀਕ ਆਊਟ ਕਰ ਦਿੰਦੀ ਆ। ਚਲੋ ਜੇ ਬੇਬੇ ਨੇ ਤੁਹਾਨੂੰ ਦੱਸ ਹੀ ਦਿੱਤਾ ਨਾ, ਬਾਕੀ ਦਾ ਸੱਚ ਤੁਹਾਨੂੰ ਮੈਂ ਦੱਸਦਾ। ਉਹ ਬਸ ਕਰ ਤੂੰ, ਮੈਂ ਕੋਈ ਹੋਰ ਝੂਠ ਨਹੀਂ ਸੁਣਨਾ ਚਾਹੁੰਦੀ। ਉਹ ਮੇਰੇ ਰੈਪੂਟੇਸ਼ਨ ਤੇ ਨਾ ਜਾ, ਮੈਂ ਸੱਚ ਬੋਲ ਰਿਹਾ ਵਾਂ। ਯਾਰ ਪਿੰਡ ਵਾਲੇ ਮੇਰਾ ਵਿਆਹ ਕਿਹੋ ਜਿਹੀ ਕੁੜੀ ਨਾਲ ਕਰਨ ਨੂੰ ਫਿਰਦੇ ਸੀਗੇ ਜਿਹਨੂੰ ਮੈਂ ਪਿਆਰ ਹੀ ਨਹੀਂ ਸੀ ਕਰਦਾ। ਧਾਰੀ ਨੇ ਸਾਲੇ ਨੇ ਨੈਟ ਤੋਂ ਕੱਢ ਕੇ ਤੇਰੀ ਫੋਟੋ ਦਿਖਾਤੀ, ਫਿਰ ਮੈਂ ਕੈਨੇਡਾ ਗਿਆ। ਬਾਕੀ ਦੀ ਸਟੋਰੀ ਯੂ ਨੋ ਬੈਟਰ। ਹੈਲੋ, ਚੱਲ ਕਰ ਚੱਲੀਏ ਨਾ। ਜਸਟ ਸ਼ਟ ਅਪ, ਹਾਊ ਡੇ ਯੂ। ਤੂੰ ਆਪਣੀ ਪ੍ਰੋਬਲਮ ਸੋਲਵ ਕਰਨ ਲਈ ਮੇਰਾ ਯੂਜ਼ ਕੀਤਾ ਹੈ? ਨਹੀਂ ਨਹੀਂ ਨਹੀਂ, ਗੱਲ ਇਦਾਂ ਦੀ ਨਹੀਂ ਕਿ ਟ੍ਰਾਈ ਟੂ ਅੰਡਰਸਟੈਂਡ, ਮੇਰੀ ਗੱਲ ਸੁਣ ਪਲੀਜ਼। ਚੱਲ, ਮੈਂ ਬੇਬੇ ਨੂੰ ਕੀ ਦੱਸੂਗਾ? ਨੋ ਡਰਾਈਵਰ, ਲੈਟਸ ਗੋ ਪਲੀਜ਼। ਯਾਰ ਤੇਰਾ ਯੈਲੋ ਟਿਕਟ ਟੁੱਟ ਨਾ ਜਾਵੇ। ਮੈਕ ਯੂ ਨੋ ਵੇ ਡਰਾਈਵਰ, ਚਲੋ ਨਾ। ਡਰਾਈਵਰ ਇੱਕ ਮਿੰਟ, ਜਸਟ ਗੇਟ ਅਪ ਆਊਟ ਆਫ ਮਾਈ ਲਾਈਫ ਯਾਰ, ਜਸਟ ਗੋ ਵੇ। ਅੱਛਾ, ਭੂੰਡ ਵਾਲੇ ਨੂੰ 25 ਰੁਪਏ ਦੇ ਵੱਧ ਨਾ ਦੇਈ, ਮੈਂ 50 ਦੂੰਗੀ। ਐਨੀ ਪ੍ਰੋਬਲਮ, ਜਸਟ ਗੇਟ ਲੋਸਟ। ਤੁਸੀਂ ਬਿਆਹ ਲੈ ਲਈ ਓਏ, 25 ਤੇਰੇ ਭਾਪੇ ਨਾਲ ਕਰ ਲੂ ਮੈਂ। ਡਰਾਈਵਰ ਚਲੋ, ਟੇਕ ਕੇਅਰ, ਆਉਣਾ। ਇਹ ਤਾਂ ਚੱਲੀ ਕੈਨੇਡੇ, ਹੁਣ ਬੇਬੇ ਨੂੰ ਕੀ ਜਵਾਬ ਦਊਂ? ਉੱਤੋਂ ਦੀ ਪਿੰਡ ਵਾਲਿਆਂ ਨੇ ਤਾਨੇ ਮਾਰ 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 ਦੇਣਾ। ਟਾਇਰ ਦਾ ਪੈ ਗਿਆ ਪਟਾਕਾ ਓਏ। ਜਾਨ ਬਚਾਉਣਾ ਮੇਰਾ ਫਰਜ਼ ਹੈ। ਇਹ ਗੱਲ ਨਿਹਾਲ ਸਿੰਘ ਨਹੀਂ, ਤੇਰਾ ਬੋਡੀਗਾਰਡ ਕਹਿ ਰਿਹਾ। ਪਰ ਹੁਣ ਮੈਂ ਨਹੀਂ ਚਾਹੁੰਦਾ ਕਿ ਜਸਮੀਤ ਇੱਥੋਂ ਜਾਵੇ।
क्यों? मैं सोचा भी नहीं सी मेरा बोलिया होया एक झूठ मेरी जिंदगी दा एडा वड्डा सच बन जाऊगा। तू तो जानता ही है वो किसे होर नूं चाहुंदी है, ये गल सोचण दा की फायदा फिर? प्यार उस वगदे पानी दे बहाव वर्गा हुंदा जिसनूं आपां रोक नहीं सकते। तेरियां गल्लां ना मेरी समझ तो बाहर ने। रब ते प्यार नूं गल्लां नाल नहीं समझा जांदा, जे समझणा है ते जाके समर दीआं अक्खां च देख। समर की मतलब? सच्चे संत ते पक्के आशक दी तां अख दस दिंदी है। जाके उहदा हथ फड़ लै, तेरी जिंदगी बन जाऊ, बाकी तेरे घरदिआं नूं उहने आपे मना लैणा। सले आशकां नूं गल्लां बहुत आउंदीआं हुंदीआं ने। बहुत बहुत बधाइयां होण जी, अज तुहाडी नूर राणी दी आण दी खुशी च मैं अखंड पाठ रखवाया। बड़े दिनां बाद इस घर नूं भाग लगे ने। निहाल दे बापू जी, अज तुहाडी कमी बहुत महसूस हो रही है। जे इस खुशी दे मौके ते तुसी साडे नाल हुंदे तां बेबी जी की हो गया, तुसी अखां क्यों पार लिया? पुत्तर, अज निहाल दे बापू जी ते बहुत याद आ रही है। निहाल छोटा जा हुंदा सी जदों सानू दोहां नूं कल्यां नूं छड़ के इस दुनिया तो चले गए। बेबी जी, I'm sorry, मैं... कोई नहीं पुत, उन्हां दे जान तो बाद साडे मां पुत दी जिंदगी विच पहली बार कोई खुशियां लेके आया। बस हुण तां रब अगे ही अरदास है कि इस घर नूं किसे दी नजर ना लगे। हुण तां छेती दिने तेरा ते निहाल दा विआह हो जावे, नाले अज तो बाद निहाल दी जिम्मेदारी तेरी। हुण तां मेरा पोते पोतियां नाल खेडण नूं बड़ा ही जी करदा। नाले एक गल होर, मुंडा होवे या कुड़ी, मेरे निहाल झूठ बोलिया, तैनू भी तो झूठ बोल के लेके आया सी। बस
ਏਕੰਕਾਰ ਸਤਨਾਮ ਕਰਤਾ ਪੁਰਖ मैं ठीक हां बेबे पर पहले मेरे सवाल दा जवाब दे पुत सब तो पक्की तन तां प्यार ते विश्वास दी हुंदी आ रिश्ता भावे जेड़ा मर्जी होवे पर जे किसे बद नसीब तो तन टुट जे बेबे पोते तंदा एक बारी टुट जान ता फिर बहुत औखियां जुड़दियां ने ते जे जुड़ भी जान ता गांड जरूर पैंदी है पर जे उस अकाल पुरख दी मेहर होवे ता माफी दी तन्ना रिश्ता जरूर जुड़ सकता है बस फिर बेबे अपने इस नलायक पुत नु माफ कर दे की होया निहाल मैं सारी जिंदगी तेरे नाल झूठ बोलिया बेबे मेरा जिस रीत नाल विआह नहीं होया झूठ बोल के लेके आया निहाल मैनू माफ कर दे बेबे नहीं तो तेरे बद नसीब पुत नू रब ने भी माफ नहीं करना तेरे झूठ ने मेरा दिल तो बहुत दुखाया पुत पर मां दी खुशी लई एना कुछ करने वाला पुत्र केड़ा रब सारे नू दिंदा ना मेरा पुत शायद जे तू ये झूठ ना बोलदा तो मैनू जसनीत वर्गी धी दा प्यार ना मिलता ਉਹਨੇ ਵੀ ਮੈਨੂੰ ਖੁਸ਼ ਰੱਖਣ ਲਈ ਬਹੁਤ ਕੁਝ ਕੀਤਾ ਨਿਹਾਲ ਦੇ ਬਾਪੂ ਜੀ ਨਿਹਾਲ ਨੂੰ ਮਾਫ ਕਰ ਦੇਣਾ ਉਹਨੇ ਮੇਰੀ ਖੁਸ਼ੀ ਖਾਤਰ ਝੂਠ ਬੋਲਿਆ ਸੀ ਮੈਨੂੰ ਨਿਹਾਲ ਨੇ ਸਭ ਕੁਝ ਸੱਚ ਸੱਚ ਦੱਸ ਦਿੱਤਾ ਬੇਟਾ ਜੇ ਮੈਥੋਂ ਕਦੇ ਉੱਚਾ ਨੀਵਾਂ ਬੋਲਿਆ ਗਿਆ ਹੋਵੇ ਤਾਂ ਮੈਨੂੰ ਮਾਫ ਕਰ ਦੇ ਨਾ ਬੇਬੇ ਇੱਦਾਂ ਦੀਆਂ ਗੱਲਾਂ ਨਾ ਕਰੋ ਬੇਬੇ ਮੈਨੂੰ ਆਪਣੀ ਪੂਰੀ ਜ਼ਿੰਦਗੀ 'ਚ ਕਿਸੇ ਨੇ ਇੰਨਾ ਪਿਆਰ ਨਹੀਂ ਦਿੱਤਾ ਜਿੰਨਾ ਤੁਸੀਂ ਇੰਨੇ ਥੋੜੇ ਦਿਨਾਂ 'ਚ ਦਿੱਤਾ ਮੈਂ ਤਾਂ ਆਪ ਵਿੱਚ ਰਹਿਣਾ ਚਾਹੁੰਦਾ ਤੈਨੂੰ ਕੋਈ ਬਾਹਰ ਮਿਲਣ ਆਇਆ Happy birthday to you. Happy birthday to you. Oh gosh, I missed you so much. I love you, my sweetheart. Oh, ki ho gaya? Kithe gwachi hai? Apna hi birthday bhuli baithi hai. Jassi? Nihal. Nihal. रूप हाय निहाल नाइस टू मीट यू सत श्री अकाल जी मेरी बहना जी देरो चलिए हां पा पुत्र पहली बारी घर आए हो कोई चाय पानी पी के जाओ बेबी जी थैंक यू सो मच एक्चुअली वी आर गेटिंग वेरी लेट शैल वी लीव नहीं यू गो आई विल कम ओके आई विल वेट नियर द कार चंगा जी सत श्री अकाल पुत्र जे फिर कदे इंडिया आई तो मिलके जरूर जाई थैंक यू निहाल एक गल होर पग बन के रखिया कर सोना लगता है रूप वेट कर दा थैंक यू सो मच सरदार जी
ਤੁਸੀਂ ਮੇਰੀ ਜੱਸੀ ਦਾ ਬੜਾ ਖਿਆਲ ਰੱਖਿਆ। ਮੈਂ ਤੇ ਕਹਿਣਾ ਤੁਸੀਂ ਵੀ ਕੋਈ ਸੋਹਣੀ ਜੀ ਕੁੜੀ ਲੱਭ ਲਓ ਔਰ ਵਿਆਹ ਕਰਾ ਲਓ। ਕਿਉਂ ਜੱਸੀ? ਮੇਰੀ ਚਿੰਤਾ ਨਾ ਕਰ, ਹਰ ਸਰਦਾਰ ਨੂੰ ਕੁੜੀ ਮਿਲ ਜਾਂਦੀ ਆ, ਪਰ ਹਰ ਕੁੜੀ ਨੂੰ ਸਰਦਾਰ ਨਹੀਂ ਮਿਲਦਾ। ਠੀਕ ਹੈ ਜੀ, ਚਲੀਏ, ਆਓ ਜੀ ਬੈਠੋ। Stop the car, please. What happened, darling? Tu gaddi to thali kyun utrai? I hope everything is okay. Come on, let's go. Ek minute. Okay, okay. I don't want to leave, Roop. I don't know, but I just don't want to leave this place and go. Have you gone mad? ਮੈਂ ਇੰਨੀ ਦੂਰੋਂ ਤੈਨੂੰ ਲੈਣ ਆਇਆ ਤੇ ਤੂੰ ਕਹਿ ਰਹੀ ਤੂੰ ਮੇਰੇ ਨਾਲ ਨਹੀਂ ਜਾ ਸਕਦੀ? I don't know what's wrong with me, Roop. Just confused that all I know is ਮੈਂ ਕੈਨੇਡਾ ਨਹੀਂ ਵਾਪਸ ਜਾਣਾ ਚਾਹੁੰਦੀ। I just feel I'm missing something. Excuse me? Hello? Look at me. Look at me. Don't tell me that you're in love with Nihal. Oh my God. Oh my... Don't tell me that you're in love with Nihal. Shit! You have to stop one time. What did you see? ਕੀ ਫਾਇਦਾ? ਉਹ ਤਾਂ ਰੂਪ ਨੂੰ ਪਿਆਰ ਕਰਦੀ ਆ। ਵੇਖੀ ਨਿਹਾਲ, ਕਿਤੇ ਭੁਲੇਖੇ ਚ ਨਾ ਰਹਿ ਜੀ। ਕੁੜੀ ਦਾ ਇਹ ਤਾਂ ਪਤਾ ਲੱਗ ਜਾਂਦਾ ਹੁੰਦਾ ਕਿ ਰੁੱਸੀ ਕਿਹਦੇ ਨਾਲ ਹੈ, ਪਰ ਇਹ ਕਹਿਣਾ ਬਹੁਤ ਮੁਸ਼ਕਿਲ ਹੁੰਦਾ ਕਿ ਪਿਆਰ ਕਿਹਦੇ ਨਾਲ ਕਰਦੀ ਹੈ। ਇਹ ਤਾਂ ਮੈਨੂੰ ਪਤਾ ਨਹੀਂ, ਬਸ ਮੈਂ ਤਾਂ ਇਹੀ ਜਾਣਦਾ ਵੀ ਬੰਦਾ ਜਿਹਨੂੰ ਪਿਆਰ ਕਰਦਾ ਹੋਵੇ ਉਹਦਾ ਕਦੇ ਦਿਲ ਨਹੀਂ ਤੋੜ ਸਕਦਾ। ਨਿਹਾਲ ਨੇ ਤੈਨੂੰ ਕੁਛ ਕਿਹਾ? ਉਹ ਤਾਂ ਝੂਠਾ ਹੈ, ਕੁਛ ਨਹੀਂ ਕਹਿੰਦਾ, ਬਸ ਗੱਲਾਂ ਹੀ ਕਰੀ ਜਾਂਦਾ। Okay, listen to me. Nihal is a very nice guy. Je tusi dono ek dooje nu pyar karde ho ta don't bother about me. I will do anything for your happiness, just trust me. Thank you so much, Roop. Thanks a lot for that. Nale main tere gharde nu aaj sara kuch sach sach dass dena ke main oh munda ni jinne tenu dhokhe na Canada bulaya si. Mainu eh sach bare ta pehle hi pata si beta ji. ਮੈਂ ਇਹ ਵੀ ਜਾਣਦਾ ਕਿ ਤੂੰ ਆਹ ਸਾਰਾ ਕੁਝ ਸਾਡੀ ਖੁਸ਼ੀ ਲਈ ਕਰ ਰਿਹਾ ਅਤੇ ਮੈਂ ਆਪਣੇ ਪਰਿਵਾਰ ਦੀ ਖੁਸ਼ੀ ਲਈ ਤੈਨੂੰ ਆਪਣੇ ਜਵਾਈ ਮੰਨ ਕੇ ਤੇਰਾ ਵੈਲਕਮ ਕੀਤਾ ਸੀ, ਪਰ ਮੇਰੀਆਂ ਅੱਖਾਂ ਹਾਲੇ ਵੀ ਇਸ ਕੰਜਰ ਨੂੰ ਲੱਭ ਰਹੀਆਂ ਨੇ ਜਿਹਨੇ ਮੇਰੀ ਬੇਟੀ ਨੂੰ ਧੋਖਾ ਦਿੱਤਾ ਸੀ। ਰਹਿਣ ਦੋ ਪਾਪਾ। ਉਹ ਦੇਖ ਤਾਂ ਲੈਣ ਦੇ ਕਿੰਨਾ ਕੁ ਸੋਹਣਾ ਮੇਰੇ ਨਾਲੋਂ। ਪਲੀਜ਼ ਉਹ ਲਿਆ ਉਰੇ। ਆਈ ਹੇਟ ਹਿਮ। ਹੁਣ ਤੈਨੂੰ ਤੇ ਨਿਹਾਲ ਨੂੰ ਮਿਲਾਣਾ। ਇਹ ਉਹੀ ਆ ਜਿਹੜਾ ਜਸਨੀਤ ਨੂੰ ਮੇਰੇ ਤੋਂ ਲੈ ਕੇ ਗਿਆ। ਓ ਨੋ, ਜਸਨੀਤ ਕੁਛ ਬੋਲੀ ਨਾ, ਮੇਰੀ ਗੱਲ ਧਿਆਨ ਨਾ ਸੁਣ। ਇਹ ਰੂਪ ਉਹੀ ਮੁੰਡਾ ਵਾ ਜਿਹਨੇ ਸਿਮਰਤ ਦੀ ਜ਼ਿੰਦਗੀ ਬਰਬਾਦ ਕੀਤੀ ਆ। ਮੈਨੂੰ ਲੱਗਦਾ ਤੇਰੇ 'ਤੇ ਜਿਹੜੇ ਅਟੈਕ ਹੋ ਰਹੇ ਨੇ ਨਾ ਇਹ ਵੀ ਇਹੀ ਕਰਾ ਰਿਹਾ।
ਸੀ। ਤੂੰ ਘਬਰਾ ਕਿਉਂ ਰਹੀ ਹੈ? ਆਪਣੇ ਹੀ ਬੰਦੇ ਨੇ। ਮੈਂ ਤੇਰੇ ਕੋਲ ਨਾ ਵਾ, ਮੈਂ ਤੇ ਤੇਰਾ ਰੂਪ ਆ ਨਾ। ਕੁੜੀਆਂ ਰੂਪ ਤੋਂ ਭੱਜਦੀਆਂ ਨਹੀਂ, ਰੂਪ ਕੁੜੀਆਂ ਨੂੰ ਛੱਡ ਦਿੰਦਾ। ਤੂੰ ਚੱਲ ਮੇਰੇ ਨਾਲ, ਆ ਜਾ, ਚੱਲ ਚੱਲ ਮੇਰੇ ਨਾਲ। ਭੱਜ ਗਈ। ਹੁਣ ਐ ਨਾ ਪੁੱਛੀ ਕਿਹਦੇ ਨਾਲ ਗੱਲੇ, ਪਰ ਤੂੰ ਘਬਰਾਈ ਨਾ, ਬਿਲਕੁਲ ਨਾ ਘਬਰਾਈ। ਮੈਂ ਆਪਣੇ ਬੰਦੇ ਭੇਜੇ ਨਾ ਉਹਦੇ ਪਿੱਛੇ। ਮੈਂ ਤੇ ਕਹਿਣਾ ਤੂੰ ਵੀ ਆ ਜਾ, ਇਕੱਠਾ ਲੱਭਾਂਗੇ। ਜੇ ਜਸਨੀਤ ਨੂੰ ਕੁਛ ਹੋਇਆ ਨਾ। ਔਖਾ ਨਾ ਨਿਹਾਲ, ਹੁਣ ਤੱਕ ਤੂੰ ਉਹਨੂੰ ਬਚਾ ਰਿਹਾ ਸੀ ਜਦ ਮੈਂ ਉਹਨੂੰ ਮਾਰਨਾ ਨਹੀਂ ਚਾਹੁੰਦਾ ਸੀ, ਪਰ ਅੱਜ ਮੈਂ ਉਹਨੂੰ ਜ਼ਰੂਰ ਮਾਰਾਂਗਾ। ਜੇ ਸਿੰਘ ਤਾਂ ਮੈਂ ਨਾ, ਤਾਂ ਬਚਾ ਲਿਆ ਆਪਣੀ ਕੌਰ ਨੂੰ। ਜਸਨੀਤ, ਉਹ ਲੁੱਕਾ ਚੁੱਪੀ ਦਾ ਖੇਡ ਖੇਡਣਾ ਤਾਂ ਕੋਈ ਗੱਲ ਨਹੀਂ, ਖੇਡ ਲੈਨੇ ਆ। ਕੁੱਕ ਲੱਛੂਪਾ ਕੀ ਜੁਮੇ ਰਾਤ ਆਈ ਹੈ, ਜਿਹੜਾ ਅੱਗੇ ਪਿੱਛੇ ਦੇਖੇ ਉਹਦੀ ਸ਼ਾਬਤ ਆਈ ਹੈ। ਤੂੰ ਮੇਰੇ ਸਾਰੇ ਪਲੈਨ ਤੇ ਪਾਣੀ ਫੇਰ ਦਿੱਤਾ। ਤੇਰੇ ਤੇ ਮੈਂ ਇੰਨੇ ਅਟੈਕ ਕਰਵਾਏ, ਪਰ ਤੂੰ ਹਰ ਵਾਰੀ ਬਚਦੀ ਰਹੀ। ਚੜ੍ਹਦੀ ਕਿਉਂ? ਕਿਉਂਕਿ ਮੈਂ ਤੈਨੂੰ ਮਾਰਨਾ ਹੀ ਨਹੀਂ ਚਾਹੁੰਦਾ ਸੀ, ਸਿਰਫ ਡਰਾਉਣਾ ਚਾਹੁੰਦਾ ਸੀ ਤਾਂ ਕਿ ਸਾਰੀ ਦੁਨੀਆ ਤੇਰੀ ਫੈਮਿਲੀ ਤੇ ਸ਼ੱਕ ਕਰੇ। ਮਿਰਤੇ ਨੇ ਫਿਰ ਜਦੋਂ ਤੂੰ 21 ਸਾਲਾਂ ਦੀ ਕਰੋੜਪਤੀ ਬਣ ਜਾਂਦੀ, ਸਾਰੀ ਪ੍ਰਾਪਰਟੀ ਤੇਰੇ ਨਾਂ ਹੋ ਜਾਂਦੀ, ਤਾਂ ਮੈਂ ਤੇਰੇ ਨਾਲ ਵਿਆਹ ਕਰਦਾ, ਫਿਰ ਹੌਲੀ ਹੌਲੀ ਮੈਂ ਤੈਨੂੰ ਮਾਰਦਾ। ਆਟੋਮੈਟਿਕਲੀ ਸਾਰੀ ਪ੍ਰਾਪਰਟੀ ਮੇਰੇ ਨਾਂ ਹੋ ਜਾਂਦੀ, ਪਰ ਤੂੰ ਸੁਨਿਹਾਲ ਨੂੰ ਦਿਲ ਦੇ ਕੇ ਮੇਰੀ ਸਾਰੀ ਉਮੀਦਾਂ ਤੇ ਪਾਣੀ ਫੇਰ ਦਿੱਤਾ। ਪਰ ਹੁਣ ਤੂੰ ਮੇਰੇ ਕਬਜ਼ੇ 'ਚ ਹੈ, ਕੌਣ ਬਚਾਏਗਾ ਤੈਨੂੰ? ਉਹ ਸਿੰਘ, ਉਹ ਨਿਹਾਲ ਸਿੰਘ, ਉਹ ਤਾਂ ਡਰ ਗਿਆ। ਆਸ਼ਕ ਚੋ ਆਸ਼ਕ ਕੱਢਦੀ ਤਾਂ ਫੱਟ, ਬੰਦੇ ਚੋ ਡਰ ਕੱਢਦੀ ਹੈ ਤਾਂ ਜੱਟ ਬਾਕੀ। ਲਾਤ
लो जी तुहाडे रूप दा काम तां निबड़ गया हुण दसो की प्लान आ मैं की दसना बना ले अपने बेबे दी नूं दस मंजूर है जे मंजूर नहीं ते उहीं तेरे पिछे तपड़ तपड़ी होया फिरदा गल सुन गो बैक होम कपड़े धोण वाले पए ने हां कपड़े तां तू ही धोएगा क्या एक्सपीरियंस तां तेरा ही ज्यादा है ते रोटी रोटी भी तू ही बनाएगा होए गुरुद्वारे हो लैणी है